ਅੱਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਜੌਂਦ ਬਾਈ ਜੀ ਜੰਟੀ ਜੌਂਦ ਦੇ ਘਰ ਪਹੁੰਚੇ ਹਾਂ ਜੀ। ਸੋ ਉਹਨਾਂ ਨਾਲ ਕਰਦੇ ਹਾਂ ਆਪਾਂ ਗੱਲਬਾਤ ਅਤੇ ਬਾਈ ਜੀ ਜੰਟੀ ਜੌਂਦ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਵੈਲਕਮ ਆ ਵੀਰ ਭਿੰਦਰ ਜਕੜਿਆਲ ਦਾ ਜੋ ਸਾਡੇ ਕੋਲ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਪਹੁੰਚੇ ਨੇ ਇੱਥੇ ਪਹੁੰਚੇ ਅਤੇ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਹੋਰ ਵੀ ਜਿੰਨੇ ਸਾਡੇ ਸੱਜਣ ਮਿੱਤਰ ਇੱਥੇ ਪਹੁੰਚੇ ਨੇ ਆਪਣੇ ਕਹੇ 'ਤੇ ਉਹਨਾਂ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਵੈਲਕਮ ਹੈ ਜੀ। ਅੱਗੇ ਦੀ ਗੱਲ ਜੀ ਭਿੰਦਰ ਜੀ ਦੱਸਾਂਗੇ। ਹਾਂਜੀ ਅੱਜ ਆਪਾਂ ਘਰ ਪਹੁੰਚੇ ਹਾਂ ਬਾਈ ਜੀ ਜੰਟੀ ਜੌਂਦ ਦੇ ਜਿਨ੍ਹਾਂ ਦੇ ਪਹਿਲਾਂ ਫਾਦਰ ਸਾਹਿਬ ਦੇ ਉਸ ਤੋਂ ਪਹਿਲਾਂ ਇਹਨਾਂ ਦੇ ਦਾਦਾ ਜੀ ਉਸ ਤੋਂ ਪੜਦਾਦਾ ਜੀ ਦੇ ਵੀ ਕਬੂਤ ਰੱਖੇ ਸੀ ਅਤੇ ਛੇਵੀਂ ਸੱਤਵੀਂ ਪੀੜ੍ਹੀ 'ਚ ਇਹਨਾਂ ਦੇ ਕਬੂਤਰ ਹੈ। ਮੌਕਾ ਮਿਲਿਆ ਅੱਜ ਬਾਈ ਨਾਲ ਗੱਲਬਾਤ ਕਰਨ ਦਾ ਕਿਉਂਕਿ ਇਹਨਾਂ ਦਾ ਜਿਹੜਾ ਨਾਂ ਬਣਿਆ ਚੌਸਰਾਂ ਦੇ ਵਿੱਚ ਜੰਟੀ ਜਿਉਂਦ ਸ਼ਾਇਦ ਮੈਨੂੰ ਲੱਗਦਾ ਬੱਚਾ ਬੱਚਾ ਜਾਣਦਾ ਅਤੇ ਉਹ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਜੰਟੀ ਵੀਰ ਵੀ ਜਿਹੜੀ ਖਾਨਦਾਨੀ ਸ਼ੌਕ ਹੈ ਹਾਂਜੀ ਕਿਉਂਕਿ ਅੱਗੇ ਤਾਂ ਆਪਾਂ ਹਰ ਇੱਕ ਕਿਸੇ ਨੂੰ ਪੁੱਛਦੇ ਹਾਂ ਕਿ ਤੁਹਾਨੂੰ ਸ਼ੌਕ ਕਿੱਥੋਂ ਪਿਆ ਕਿਵੇਂ ਪਿਆ ਤੁਹਾਡੇ ਕਬੂਤਰ ਸ਼ੁਰੂ ਤੋਂ ਹੀ ਘਰ ਦੇ ਵਿੱਚ। ਹਾਂਜੀ ਤੁਸੀਂ ਦਾਦਾ ਜੀ ਨੂੰ ਆਪਦੇ ਨੂੰ ਵੇਖਿਆ? ਹਾਂਜੀ ਹਾਂ ਬਿਲਕੁਲ ਜੀ ਦੇਖਿਆ ਜੀ ਦਾਦਾ ਜੀ। ਹਾਂਜੀ ਉਹਨਾਂ ਤੋਂ ਹੀ ਸ਼ੌਕ ਪੈ ਗਿਆ ਸੀ? ਹਾਂ ਉਹਨਾਂ ਤੋਂ ਹੀ ਸ਼ੌਕ ਪੈ ਗਿਆ ਜੀ ਦਾਦਾ ਜੀ ਜੀ। ਉਸ ਟਾਈਮ 'ਚ ਘਰੇ ਦਾਦਾ ਜੀ ਦੇ ਕਬੂਤਰ ਸੀ? ਹਾਂ ਕਬੂਤਰ ਸੀਗੇ ਜੀ ਸਭ ਤੋਂ ਪਹਿਲਾਂ ਜੀ ਜਦੋਂ ਸਟਾਰਟਿੰਗ ਕਬੂਤਰਾਂ ਦੀ ਬੱਜੀ ਹੈ ਜੀ ਜੀ ਜਿਹੜੇ ਹਜ਼ਾਰ ਵਾਲੇ ਕਬੂਤਰ ਹੈ ਜੀ ਇਹ ਗੁਰਨਾਮ ਅਤੇ ਹਰਨਾਮ ਦੋ ਭਾਈ ਹੈ ਜੀ ਬੈਰੋਗੇ ਵਾਲੇ ਜੀ। ਉਹਨਾਂ ਤੋਂ ਅਸੀਂ ਇੱਕ ਪੱਠਾ ਲਿਆਂਦਾ ਸੀਗਾ ਜੀ ਮੇਰੇ ਦਾਦਾ ਜੀ ਨੇ ਮੇਰੇ ਫਾਦਰ ਸਾਹਿਬ ਵੀ ਅਤੇ ਮੇਰੇ ਤਾਏ ਜੀ ਨਾਲ ਹੀ ਸੀਗੇ ਸਾਰੇ ਅਤੇ ਉਹ ਪੱਠਾ ਸੀ ਬਾਜੀ ਛੱਡਿਆ ਜੀ ਅਤੇ ਜਾਂਦੀ ਉਹ ਪੱਠਾ ਬਾਜੀ ਦਾ ਗਿਆ ਸੀ ਹਰ ਪਰ ਜਿਹੜੀ ਆਹ ਨਸਲ ਆ ਜਿੰਨੀ ਬੈਠੀ ਆ ਜੀ ਸਾਡੇ ਕੋਲ ਇੱਕ ਨਸਲ ਸਾਰੀ ਉਹੀ ਹੈ ਜੀ ਪੰਜਾਬ ਦੀ ਜਾਂਦੀ ਜਿਹੜਾ ਮੁੱਢ ਬੱਜਾ ਜੀ ਉੱਥੋਂ ਗੁਰਨਾਮ ਅਤੇ ਹਰਨਾਮ ਤੱਕ ਬੱਚਾ ਜਿਹਨਾਂ ਤੋਂ ਸਰਦਾਰ ਜਸਵੀਰ ਸਿੰਘ ਬਾਅਦ ਵਿੱਚ ਮੁੱਲ ਲੈ ਗਏ ਸੀਗੇ ਹਜ਼ਾਰ ਵਾਲੇ ਕਬੂਤਰ ਵੱਜਦੇ ਆ ਜਿਹੜੇ ਉੱਥੋਂ ਹੀ ਚੱਲੀ ਆ ਜੀ ਖੇਡ ਅਤੇ ਉਸ ਤੋਂ ਬਾਅਦ ਉਹ ਕਬੂਤਰਾਂ ਨੇ ਬਹੁਤ ਨਾਮ ਚੰਗਾਏ ਤੁਹਾਡੇ ਦਾਦਾ ਜੀ ਵਾਲੇ ਕਬੂਤਰ ਤੁਹਾਡੇ ਕੋਲ? ਹਾਂਜੀ ਉਹੀ ਪੁਰਾਣੀ ਨਸਲ ਹੈ ਹਜ਼ਾਰ ਵਾਲੇ ਆਪਾਂ ਕਹਿ ਸਕਦੇ ਅੱਜ ਵੀ ਜਿੰਨੇ ਅਸੀਂ ਤਾਂ ਹਜ਼ਾਰ ਵਾਲੀ ਕਹਿੰਦੇ ਹਾਂ ਕਿਉਂਕਿ ਜੀ ਉਸ ਟਾਈਮ ਦੇ ਵਿੱਚ ਉਹਨਾਂ ਨੇ ਜਿਹੜਾ ਬੱਚਾ ਦਿੱਤਾ ਸੀ ਸਾਨੂੰ ਚਿੱਟੀਆਂ ਅੱਖਾਂ ਦਾ ਸੀਗਾ ਜੀ ਕਾਲਕੰਤ ਦਾ ਤਕਰੀਬਨ ਤੁਸੀਂ ਹੁਣ ਨਸਲ ਦੇਖੀ ਜੀ ਆਪਣੇ ਕੋਲ ਕਾਲੇ ਜੀ ਨੇ ਚਿੱਟੇ ਜਾਂ ਮੌਜੋ ਡੱਕੇ ਵਾਲੇ ਵੀ ਕੱਢ ਜਾਂਦੇ ਸੀ ਕਬੂਤਰ ਅਤੇ ਉਹੀ ਨਸਲ ਆ ਜੀ ਸਾਡੇ ਕੋਲ ਮੁੱਢ ਤੋਂ ਅਤੇ ਬਹੁਤ ਆਵਾਜ਼ਾਂ ਛੱਡੀਆਂ ਜੀ ਤਕਰੀਬਨ ਮੇਰੇ ਦਾਦਾ ਜੀ ਨੇ ਡੈਡੀ ਜੀ ਨੇ ਸਾਰਿਆਂ ਨੇ ਜੀ ਤਾਇਆ ਜੀ ਵਰਗਿਆਂ ਨੇ ਇਕੱਠਿਆਂ ਨੇ ਮਿਲ ਕੇ ਹਾਂ ਅਤੇ ਇੱਧਰ ਬੈਠੇ ਨੇ ਜੀ ਪਰੰਪਰੇ ਤੋਂ ਇਹਨਾਂ ਨੇ ਵੀ ਬਹੁਤ ਛੱਡੀਆਂ ਨਾਲ ਬਾਜੀਆਂ। ਕਿੰਨੀ ਉਮਰ ਉਦੋਂ ਤੁਹਾਡੀ ਸੀਗੀ ਜਦੋਂ ਤੁਸੀਂ ਪਹਿਲੀ ਬਾਜੀ ਚਾਲਦੇ ਦਾਦਾ ਜੀ ਦੇ ਨਾਲ ਬਾਜੀ 'ਤੇ ਗਏ ਸੀ? ਦਾਦਾ ਜੀ ਨਾਲ ਤਾਂ ਜੀ ਦੇਖੋ ਤਾਂ ਵੈਸੇ ਦਾਦਾ ਜੀ ਨਾਲ ਤਾਂ ਨਹੀਂ ਮੈਂ ਬਾਜੀ 'ਤੇ ਕੋਈ ਗਿਆ ਜੇ ਗਿਆ ਵੀ ਉਹ ਸੁਰਤ ਨਹੀਂ ਹੈਗੀ ਜੀ ਵੈਸੇ ਊਂ ਮੇਰੇ ਤਕਰੀਬਨ ਮੈਂ ਮੇਰੇ ਤਾਇਆ ਜੀ ਨਾਲ ਵੱਧ ਜਾਂਦਾ ਸੀਗਾ ਜੀ ਹਰਬੰਸ ਸਿੰਘ ਜੀ ਨਾਲ ਅਤੇ ਊਂ ਤਾਂ ਵੈਸੇ ਉਹ ਮੇਰੇ ਫਾਦਰ ਸਾਹਿਬ ਜੀ ਅਤੇ ਉਹ ਮੇਰਾ ਤਾਇਆ ਜੀ ਤਾਏ ਦਾ ਮੁੰਡਾ ਬਲਜੀਤ ਸਿੰਘ ਜੀ ਇਹਦਾ ਮੈਨੂੰ ਸੁੱਤੇ ਪੈ ਨੂੰ ਛੱਡ ਜਾਂਦੇ ਜੀ ਕਹਿਣਾ ਮਤਲਬ ਖੁੱਡੇ ਮੈਂ ਚਮਕਾ ਕੇ ਰੱਖਦਾ ਜੀ ਇੱਕ ਵੀ ਕਬੂਤਰ ਬੈਠਾ ਮਾਰਦਾ ਸੀ ਤਾਂ ਮੈਂ ਇੱਕ ਬੈਠ ਵੀ ਬਾਹਰ ਕੱਢ ਦਿੰਦਾ ਸੀ ਬਾਜੀ 'ਤੇ ਛੱਡ ਜਾਂਦਾ ਹਾਂ ਵੀ ਮੈਨੂੰ ਬਾਜੀ ਦੇ ਤੜਕੇ 4 ਵਜੇ ਨਿਕਲ ਜਾਂਦੇ ਸੀ ਦੂਰ ਬਾਜੀਆਂ ਛੱਡਦੇ ਸੀਗੇ ਜੀ ਜਾ ਕੇ ਹਾਂ ਵੈਸੇ ਵੀ ਬੱਚੇ ਨੂੰ ਉਦੋਂ ਜਾਗ ਆਉਂਦੀ ਨਹੀਂ ਹਾਂ ਵੈਸੇ ਜਾਗ ਵੀ ਨਹੀਂ ਆਉਂਦੀ ਸੀ ਤਕਰੀਬਨ ਜਦੋਂ ਦੇਖਦੇ ਸੀ ਚਲੋ ਸ਼ੌਂਕ ਸੀਗਾ ਵੀ ਚਲੋ ਆਪਾਂ ਨੂੰ ਕੁਛ ਨਾ ਕੁਛ ਦੇਣਗੇ ਆ ਕੇ 5-10 ਅਤੇ ਖੁੱਡੇ ਐਂ ਪਾਣੀ ਪੂਣੀ ਛਿੜਕ ਕੇ ਰੱਖਣਾ ਮਿੱਟੀ ਮੁੱਟੀ ਲਾ ਕੇ ਵਧੀਆ ਪੂਰੇ ਚਮਕਾ ਕੇ ਰੱਖਣਾ ਵੀ ਚਲੋ ਅੱਜ ਬਾਜੀ ਜਿੱਤ ਗਏ ਹੋਣਗੇ ਜੀ ਵੀ ਆਪਾਂ ਨੂੰ ਕੁਛ ਨਾ ਕੁਛ ਮਿਲੂ ਕਹਿਣ ਦਾ ਮਤਲਬ ਜੀ ਸਾਡੇ ਤਾਂ ਖਾਣ ਦਾ ਨਹੀਂ ਮੈਂ ਤਾਂ ਗੁੜਤੀ 'ਚ ਮਿਲੀ ਜੀ ਕਬੂਤਰ ਬਾਜੀ। ਹਾਂਜੀ ਜਿਹੜੀ ਕਬੂਤਰਬਾਜੀ ਅੱਜ ਤੁਹਾਡੇ ਕੋਲ ਹੁਨਰ ਹੈ ਹਾਂਜੀ ਚੌਸਰਾਂ ਦਾ ਹਾਂਜੀ ਇਹ ਵੀ ਤੁਹਾਡੇ ਦਾਦਾ ਜੀ ਤੋਂ ਹੀ ਸਿੱਖਿਆ ਤੁਸੀਂ? ਇਹ ਦਾਦਾ ਜੀ ਹੈ ਅਤੇ ਬਾਕੀ ਆਪਣੇ ਤਾਇਆ ਜੀ ਦੇ ਨਾਨਾ ਜੀ ਹੈ ਬਲਵੀਰ ਸਿੰਘ ਰੋਹਣ ਜੀ ਆਪਣੇ ਵੀ ਨਾਨਾ ਜੀ ਲੱਗਦੇ ਆ ਉਹਨਾਂ ਨੇ ਸਾਡਾ ਤਕਰੀਬਨ ਇੱਕ ਕੰਮ ਹੀ ਸੀਗਾ ਜੀ ਮੇਰੇ ਦਾਦਾ ਜੀ ਉਦੋਂ ਇੱਥੇ ਆਉਣ ਜਾਣ ਵਧੀਆ ਸੀ ਉਹਨਾਂ ਦੇ ਬਦੌਲਤ ਔਰ ਦਾਦਾ ਜੀ ਦੇ ਨਾਲ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਗੁਰਸਿੱਖ ਗਏ ਜੀ ਤਾਂ ਅੱਜ ਇਹ ਸੁਧਾਰ ਕੀਤਾ ਤਾਂ ਵਧੀਆ ਬਾਜੀਆਂ ਜਿੱਤੇ ਜੀ ਦੂਸਰਾ ਤੀਸਰਾ ਚੌਸਰਾ ਜੀ ਜਿਹੜੀਆਂ ਵਧੀਆ ਜੀ। ਦਾਦਾ ਜੀ ਜਦੋਂ ਬਾਜੀਆਂ ਛੱਡਦੇ ਸੀ ਉਦੋਂ ਕਿਹੜੇ ਕਿਹੜੇ ਖਿਡਾਰੀ ਹੁੰਦੇ ਸੀ ਉਹਨਾਂ ਦੇ ਨਾਲ ਆ ਕੇ ਕੁਛ ਗੱਲਾਂ ਬਾਤਾਂ ਸੁਣਾਉਂਦੇ ਹੋਣ? ਹਾਂ ਦਾਦਾ ਜੀ ਨੇ ਸਾਰੇ ਜਿੰਨੇ ਅੱਜ ਟੌਪ ਦੇ ਖਿਡਾਰੀ ਜਿਹਨਾਂ ਦਾ ਨਾਂ ਚੱਲਦਾ ਜੀ ਪੰਜਾਬ ਦੇ ਵਿੱਚ ਧੰਨਾ ਜੀ ਲਾ ਲਓ ਜੀ ਗੁੱਗੜ ਜੀ ਲਾ ਲਓ ਪੁੰਨੂ ਲਾ ਲਓ ਜੀ ਮੀਰ ਆਬ ਹੋਰ ਜਿੰਨੇ ਵੀ ਆਕਮ ਬੱਲੂ ਜੀ ਜਿੰਨੇ ਵੀ ਹੋਰ ਪੁਰਾਣੇ ਖਿਡਾਰੀ ਆ ਯਾਦਵਿੰਦਰ ਪੀਰਕੋਟ ਯਾਦਵਿੰਦਰ ਮਿੱਕੀ ਜੀ ਜਿੰਨੇ ਵੀ ਪੁਰਾਣੇ ਖਿਡਾਰੀ ਆ ਤਕਰੀਬਨ ਸਾਰਿਆਂ ਨਾਲ ਹੀ ਮੇਰੇ ਦਾਦਾ ਜੀ ਨੇ ਬਾਜੀਆਂ ਛੱਡੀਆਂ ਔਰ ਦੱਸਣ ਦੇ ਮੁਤਾਬਕ ਜੀ ਦਾਦਾ ਜੀ ਦੀਆਂ ਬਾਜੀਆਂ ਵੀ ਜਸਵੀਰ ਬਾਦਲ ਨਾਲ ਵੱਧਦੀਆਂ ਰਹੀਆਂ ਜੀ ਆਪਣੀਆਂ ਜੀ। ਹਾਂਜੀ ਉਹ ਟਾਈਮ ਦੇ ਵਿੱਚ ਉਹ ਟਾਈਮ ਦੇ ਵਿੱਚ ਬਾਜੀਆਂ ਜਿਵੇਂ ਬੱਲੋ ਜੀ ਤਾਜੋ ਚੌ ਰੂੜੇ ਕੀ
ਇਹ ਪਿੰਡਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਸੀ, ਇੱਥੇ ਬਾਜੀਆਂ ਉਹ ਵੱਜ ਕੇ ਉਹਨਾਂ ਦੀਆਂ ਚੱਲਦੀਆਂ ਸੀ, ਅਤੇ ਤਕਰੀਬਨ ਬਾਜੀਆਂ ਬਹੁਤ ਵਧੀਆ ਜਿੱਤੇ ਆ ਜੀ, ਇਸ ਦਾ ਮਤਲਬ ਇਹ ਆ ਜੀ। ਪਰ ਉਹ ਟਾਈਮ ਆਇਆ ਸੀ ਵੀ ਤਕੜੇ ਬੰਦਾ ਥੋੜ੍ਹਾ ਜਿਹਾ ਨਾ ਜ਼ਿਆਦਾ ਰਹਿ ਜਾਂਦਾ ਜੀ, ਉਹ ਟਾਈਮ ਦੇ ਵਿੱਚ ਮਾੜੇ ਬੰਦੇ ਨੂੰ, ਕਿਉਂ ਇਹਨਾਂ ਦਾ ਸਾਈਕਲਾਂ 'ਤੇ ਜਾਣਾ ਹੁੰਦਾ ਸੀਗਾ ਜੀ, ਨਾਲੇ ਐਂ ਨਹੀਂ ਜੀ ਕੱਲ੍ਹ ਨੂੰ ਬਾਜੀ ਆ ਤਾਂ ਇਹਨਾਂ ਨੇ ਅੱਜ ਤੁਰ ਪੈਣਾ ਸੀ, ਉਹ ਟਾਈਮ 'ਤੇ ਪਹੁੰਚੇ ਦੂਰ ਨੇੜੇ ਵੀ ਜਾਂਦੇ ਸੀ, ਅਤੇ ਉਹਨਾਂ ਕੋਲੋਂ ਤਕੜੇ ਬੰਦਿਆਂ ਕੋਲ ਭਾਈ ਗੱਡੀ ਉਹ ਟਾਈਮ ਦੇ ਵਿੱਚ ਫੀਏਟ ਬਹੁਤ ਵੱਡੀ ਹੁੰਦੀ ਸੀ, ਉਹ ਚਾਰ ਚਾਰ ਬਾਜੀਆਂ ਅੜਦੇ ਸਾਡੇ ਬੰਦੇ ਇੱਕ ਖੇਡਦੇ ਕੌਲੀਆਂ ਗਲਾਸ ਨਾਮ ਸੀ। ਬਾਜੀਆਂ ਤਾਂ ਬਹੁਤ ਜਿੱਤੀਆਂ ਪਰ ਅੱਜ ਕੱਲ੍ਹ ਉਹ ਤਕੜੇ ਬੰਦਿਆਂ ਨਾ ਰਹਿ ਜਾਂਦਾ, ਕਹਿਣ ਦਾ ਮਤਲਬ ਜੀ ਇਹ ਦੱਸਣਾ ਮੈਂ ਤਾਂ ਵੀਡੀਓ ਦੇ ਵਿੱਚ ਇਹ ਤਾਂ ਦੱਸਦਾ ਜੀ ਕਿਉਂਕਿ ਅੱਜ ਦੇ ਟਾਈਮ ਵਿੱਚ ਕਹਿੰਦਾ ਵੀ ਉਹ ਕੌਣ ਸੀ, ਤਾਂ ਆਪਾਂ ਫੋਟੋ ਮੈਂ ਤੁਹਾਨੂੰ ਦਿਖਾਈਆਂ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਪੁਰਾਣੇ ਖਿਡਾਰੀ ਉਹਨਾਂ ਨੂੰ ਪਤਾ ਸੀ ਵੀ ਜੇ ਕਬੂਤਰਬਾਜੀ ਦੇ ਵਿੱਚ ਹੈਗੇ ਸੀ ਤਾਂ ਜਿਉਂਦ ਪਿੰਡ ਦੇ ਵੀ ਕੁਝ ਬੰਦੇ ਹੈਗੇ ਸੀ ਜੀ, ਕਿਉਂਕਿ ਜੰਟੀ ਜਿਉਂਦ ਨੂੰ ਹੀ ਲੋਕ ਜਾਣਦੇ ਆ ਨਾ। ਦਾਦਾ ਜੀ ਦਾ ਨਾਮ ਜਾਂ ਉਹਨਾਂ ਦੀ ਤਸਵੀਰ ਅੱਜ ਮੈਂ ਪਹਿਲੀ ਵਾਰੀ ਵੇਖੀ ਮੈਂ ਵੀ, ਹਾਂਜੀ ਅਤੇ ਬਹੁਤ ਵਧੀਆ ਜਿਹੜਾ ਤੁਸੀਂ ਇਹ ਮੈਸੇਜ ਸਾਡੀ ਵੀਡੀਓ ਦੇ ਰਾਹੀਂ ਦਿੱਤਾ, ਬਾਕੀ ਲੋਕ ਜਾਣਨਗੇ ਕਿ ਕੌਣ ਕੌਣ ਦਾਦਾ ਜੀ ਨਾਲ ਕਬੂਤਰ ਉਡਾਇਆ ਸੀ, ਕੋਈ ਖਿਡਾਰੀ ਸੀ ਵੀ ਜਾਂ ਨਹੀਂ, ਸਾਰੇ ਏ ਟੂ ਜੈਡ ਜਿੰਨੇ ਪੁਰਾਣੇ ਪੰਜਾਬ ਦੇ ਖਿਡਾਰੀ ਆ ਜੀ ਉਹਨਾਂ ਦੇ ਨਾਲ ਆਪਣੇ ਕਬੂਤਰ ਉੱਡੇ ਆ ਜੀ, ਪੂਰੀਆਂ ਬਾਈਆਂ ਟੌਪ ਦੀਆਂ ਬਾਈਆਂ ਜਿੱਤੀਆਂ ਉਹਨਾਂ ਟਾਈਮਾਂ ਦੇ ਵਿੱਚ, ਘਰੇ ਵੀ ਆਉਂਦੇ ਸੀ ਖਿਡਾਰੀ ਆਪਣੇ ਕੋਈ ਆਇਆ, ਹਾਂਜੀ ਖਿਡਾਰੀ ਸਾਰੇ ਆਉਂਦੇ ਰਹੇ ਜੀ, ਜਿਵੇਂ ਆਪਣੇ ਮਤਲਬ ਇਹਨਾਂ ਨਾਲ ਵਧੀਆ ਸੀਗੀ ਧੰਨਾ ਜੀ ਨਾਲ ਵੀ ਵਧੀਆ ਸੀ, ਨਿੰਘ ਕਰਾਂਗਣਾ ਜੀ ਇਹਦਾ ਬਸ ਇੱਕ ਕੰਮ ਗੁਰਭਾਈ ਹੈ ਜੀ, ਹਾਂਜੀ ਇਹ ਸਾਰੇ ਹਾਕਮ ਵੱਲੋਂ ਘਰੇ ਆਉਂਦੇ ਰਹੇ, ਹਾਂ ਆਪਣੇ ਸਾਰੇ ਆਉਂਦੇ ਰਹੇ ਜੀ। ਕਬੂਤਰ ਵੀ ਲੈਣ ਦੇਣ ਕਰਦੇ ਸੀ ਦਾਦਾ ਜੀ ਕਿਸੇ ਹੋਰਾਂ ਨਾਲ ਜਾਂ? ਬਸ ਕਬੂਤਰਾਂ ਦਾ ਲੈਣ ਦੇਣ ਤਾਂ ਤੁਹਾਨੂੰ ਦੱਸਿਆ ਜੀ, ਮੁੱਢ ਵੀ ਜਾਣ ਦੀ ਕਹਿਣ ਦਾ ਮਤਲਬ ਉੱਥੋਂ ਸੀ, ਪਰ ਇਹ ਲੈ ਕੇ ਨਹੀਂ ਆਏ ਜੀ ਕਿਸੇ, ਜੇ ਲੈਣ ਦੇਣ ਸੀ ਇਕੱਲਾ ਨਿੰਘ ਘਰਾਂਗਣੇ ਨਾਲ ਲੈਣ ਦੇਣ ਸੀ ਕਬੂਤਰਾਂ ਦਾ ਜੀ, ਉਹ ਸਾਥੋਂ ਵੀ ਲੈ ਜਾਂਦਾ ਸੀ ਅਤੇ ਅਸੀਂ ਉਹਨਾਂ ਨੂੰ ਵੀ ਦੇ ਦਿੰਦੇ, ਉਹ ਤੋਂ ਅਸੀਂ ਵੀ ਲੈ ਜਾਂਦੇ, ਕਹਿੰਦੀ ਨਿੰਘ ਘਰਾਂਗਣੇ ਦੀ ਇੱਕ ਕਬੂਤਰੀ ਦੀ ਲਾਲਚੀ ਨਹੀਂ, ਜਿੱਥੋਂ ਸਾਡੇ ਕੋਲ ਨਸਲ ਬੰਨੀ ਆ ਉਹਦੇ ਕਬੂਤਰ ਉਹਦੀ ਵੀ ਲਾਲ ਸਾਡੇ ਕੋਲ ਬਹੁਤ ਉੱਡੀ ਹੈ। ਜਿਹੜੀ ਪਹਿਲੀ ਬਾਜੀ ਜੰਟੀ ਜਿਉਂਦ ਨੇ ਛੱਡੀ ਸੀ, ਹਾਂਜੀ ਕਿਹੜੇ ਪਿੰਡ ਛੱਡੀ, ਉਹ ਜਿੱਤਿਆ ਜਾਂ ਉਹ ਹਾਰਿਆ? ਕੱਪ ਮਾਰਨ ਦਾ ਵੈਸੇ ਕੋਈ ਫਾਇਦਾ ਨਹੀਂ, ਪਹਿਲਾਂ ਬਾਜੀਆਂ ਬਹੁਤ ਛੱਡੀਆਂ, ਜੇ ਮੰਨ ਲਓ ਜੇ 50 ਬਾਜੀਆਂ ਛੱਡੀਆਂ ਤਾਂ 50 ਹਾਰੇ ਵੀ ਹੈ, ਠੀਕ ਹੈ ਜੀ। ਬਾਜੀਆਂ ਸਟਾਰਟਿੰਗ ਤਾਂ ਬਹੁਤ ਕੀਤੀਆਂ ਤਕਰੀਬਨ, ਪਰ ਅਸਲ ਜਾ ਕੇ ਆ ਕੇ ਬਾਜੀਆਂ ਤਾਂ ਉਹ ਕਿਹੜੀਆਂ ਨਹੀਂ ਵੀ ਬਾਜੀਆਂ ਆਪਾਂ ਬਹੁਤ ਛੱਡੀਆਂ ਜੀ, ਪਰ ਹੁਣ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਹੋਊਗਾ ਜੀ, ਜਿਹੜੀਆਂ ਹੁਣ ਵਾਲੀਆਂ ਬਾਜੀਆਂ ਉਹ ਤਕਰੀਬਨ ਜ਼ਿਆਦਾ ਜੀ। ਪਹਿਲੀ ਬਾਜੀ ਦਾ ਕੋਈ ਆਪਾਂ ਐਂ ਕਹਿ ਨਹੀਂ ਸਕਦੇ ਵੀ ਅਸੀਂ ਫਲਾਣੇ ਪਿੰਡ ਜਿੱਤੀ ਜਾਂ ਧੌਕੇ ਪਿੰਡ ਜਿੱਤੀ, ਨਹੀਂ ਜਦੋਂ ਪਹਿਲੀ ਬਾਜੀ ਛੱਡੀ ਸੀ, ਹਾਂਜੀ ਮੈਂ ਤੁਹਾਨੂੰ ਇਹ ਪੁੱਛਿਆ ਵੀ ਉਹ ਜਿੱਤ ਗਏ ਸੀ? ਹਾਂ ਉਹ ਬਾਜੀ ਜਿੱਤ ਗਏ, ਜਿੱਤ ਗਏ, ਮਤਲਬ ਦਾਦਾ ਜੀ ਖੁਸ਼ ਹੋ ਗਏ? ਹਾਂ ਜੀ ਹਾਂ, ਵੀ ਜੇ ਆਪਣਾ ਪੋਤਰਾ ਗਿਆ ਅੱਜ, ਦਾਦਾ ਜੀ ਨੇ ਸਹਿਯੋਗ ਦਿੱਤਾ ਸੀ ਜਾਂ ਆਪਦੇ ਦਮ 'ਤੇ ਛੱਡੀ ਸੀ ਬਾਜੀ? ਨਹੀਂ ਜਦੋਂ ਮੈਂ ਦਾਦਾ ਜੀ ਵੇਲੇ ਸੁਰਤ ਹੋਵੇ ਤਾਂ ਘੱਟ ਬਾਜੀਆਂ ਛੱਡੀਆਂ ਜੀ, ਕਹਿਣ ਦਾ ਮਤਲਬ ਉਹ ਤਾਂ ਛੋਟੇ ਹੁੰਦੇ ਸੀ ਕਿਉਂਕਿ ਉਹਦਾ ਫਾਦਰ ਸਾਹਿਬ ਜਾਂ ਤਾਇਆ ਜੀ ਨਾਲ ਹੀ ਜਾਂਦੇ ਸੀ ਜੀ, ਕਹਿਣ ਦਾ ਮਤਲਬ। ਪਰ ਜਦੋਂ ਆਪਦੀ ਸੁਰਤ ਦੇ ਉਦੋਂ ਬਾਅਦ ਤਾਏ ਤਾਇਆ ਜੀ ਉਹ ਫਾਦਰ ਸਾਹਿਬ ਨਾਲ ਤਾਂ ਮੈਂ ਇੰਨੀਆਂ ਬਾਜੀਆਂ ਛੱਡੀਆਂ ਜੀ ਨਾਲ, ਅਤੇ ਤਕਰੀਬਨ ਜਿੱਥੇ ਜਾਂਦੇ ਸੀ ਬਾਜੀਆਂ ਜਿੱਤੀਆਂ ਤਕਰੀਬਨ ਜੀ, ਬਹੁਤ ਬਾਜੀਆਂ ਵਧੀਆ ਜਿੱਤੀਆਂ ਜੀ। ਆਹ ਨੇੜੇ ਤੇੜੇ ਜੇ ਜਿੰਨੇ ਆਪਣੇ ਪਿੰਡ ਵੀ ਲੱਗਦੇ ਆ ਜੀ ਸਾਰਿਆਂ ਦੇ ਵਿੱਚ ਬਾਜੀਆਂ ਜਿੱਤੀਆਂ ਪਈਆਂ ਜੀ ਆਪਣੇ। ਉਸਤਾਦ ਤੁਸੀਂ ਕਿਹਨੂੰ ਧਾਰਿਆ? ਉਸਤਾਦ ਕਿਸੇ ਨੂੰ ਨਹੀਂ ਧਾਰਿਆ ਜੀ, ਆਪਣੇ ਦਾਦਾ ਜੀ ਦੇ ਪੜਦਾਦਾ ਜੀ ਅਤੇ ਤਾਇਆ ਜੀ ਦੇ ਗੁਰਾਂ ਹੇਠ ਹੀ ਚੱਲਿਆ ਜੀ ਸਾਰਾ ਕੁਛ, ਉਹਨਾਂ ਦੇ ਸਿਰ 'ਤੇ ਆਪਾਂ ਜੋ ਉਹਨਾਂ ਦਾ ਲਿਖਿਆ ਸੀ ਸਮਾਨ ਡੈਰੀ ਵਗੈਰਾ ਜੋ ਡੈਰੀ, ਹਾਂਜੀ ਉਹਨਾਂ ਨੂੰ ਵੀ ਆਪਦਾ ਗੁਰੂ ਮੰਨਦੇ? ਹਾਂ ਉਹੀ ਚੀਜ਼ ਵਰਤਦੇ ਹਾਂ ਜੀ, ਉਹੀ ਅੱਜ ਵਰਤ ਰਹੇ ਹਾਂ ਜੀ, ਉਹੀ ਵਰਤਾਂਗੇ ਕਹਿਣ ਦਾ ਮਤਲਬ। ਜਿਹੋ ਜਿਹਾ ਕੋਈ ਮਾੜੀ ਮੋਟੀ ਹੋਈ ਸੋਧ ਕਰ ਲੈਂਦੇ ਹਾਂ ਜੀ, ਹਾਂਜੀ ਉਹ ਸਮੇਂ ਦੇ ਹਿਸਾਬ ਨਾਲ ਢਾਲਣਾ ਪੈਂਦਾ ਜੀ, ਉਵੇਂ ਢਲੀ ਜਾਂਦੇ, ਕਿਉਂਕਿ ਉਸ ਸਮੇਂ 'ਚ ਗਰਮੀ ਬਹੁਤ ਜ਼ਿਆਦਾ ਪੈਂਦੀ ਸੀ, ਕੁਛ ਜ਼ਿਆਦਾ ਪਾਣੀ ਅਲੱਗ ਬਣੇ ਹੁੰਦੇ ਸੀ, ਅੱਜ ਤਕਨੀਕ ਅਲੱਗ ਆ ਗਈ ਹੈ, ਕੁਛ ਪਾਣੀ ਅਲੱਗ ਚੀਜ਼ ਨਾਲ ਬਣਾਉਂਦੇ ਹਾਂ, ਉਹਨਾਂ 'ਚ ਕੋਈ ਚੀਜ਼ਾਂ ਮਿਕਸ ਕੀਤੀਆਂ ਆਪਾਂ? ਹਾਂ ਕੁਛ ਨਾ ਕੁਛ ਸੋਧ ਕੀਤੀ ਹੈ ਵੀ ਜਿਵੇਂ ਕੋਈ ਵਧੀਆ ਜੜੀ ਬੂਟੀ ਹੈ ਜਾਂ ਕੋਈ ਠੰਡਾ ਜ਼ਿਆਦਾ ਕਰਦਾ ਜੀ ਕਬੂਤਰ ਨੂੰ, ਉਸ ਤਰ੍ਹਾਂ ਨੇ ਉਹ ਚੀਜ਼ਾਂ ਰਲਾਈਆਂ। ਉਹ ਪਹਿਲਾਂ ਟਾਈਮ ਤਾਂ ਗਰਮੀ, ਹੁਣ ਉਹ ਗਰਮੀ ਤਾਂ ਪੈਂਦੀ ਵੀ ਨਹੀਂ, ਉਹ ਤਾਂ 12 ਵਜੇ ਨੂੰ ਬਾਜੀ ਜਿੱਤ ਕੇ ਉਹ ਘਰ ਆ ਜਾਂਦੇ ਸੀ, ਅੱਜ ਦੇ ਟਾਈਮ ਤਾਂ 7 ਤੋਂ 7 ਲੋ ਦੇ ਵਿੱਚ ਕਰਦੇ ਜੀ ਕਬੂਤਰ, ਇਹ ਟਾਈਮ ਆ ਜੀ। ਬਾਕੀ ਸੋਧ ਕੀਤੀ ਆ ਜ਼ਰੂਰ ਜੀ, ਪਰ ਚੱਲਦੇ ਉਹਨਾਂ ਦੇ ਨੁਕਤਿਆਂ 'ਤੇ ਵੀ ਆਪਾਂ ਆਪਾਂ ਕਹੀਏ ਵੀ ਆਪਣਾ ਫਲਾਣਾ ਗੁਰੂ ਆ ਜਾਂ ਧਿਆਉਕਾ ਗੁਰੂ ਆ, ਕੋਈ ਨਹੀਂ ਜੀ, ਆਪਣੇ ਪਿਓ ਦਾਦੇ ਦੀ ਖੇਡ ਆਪਣੇ ਕੋਲ, ਪਿਤਾ ਪੁਰਖੀ ਕੰਮ ਆ ਉਹਨਾਂ ਦੇ ਸਿਰ 'ਤੇ ਚੱਲੇ। ਜੰਟੀ ਜਿਉਂਦ ਦਾ ਨਾਂ ਕਦੋਂ ਪਿਆ, ਜਿਹੜਾ ਜੰਟੀ ਜਿਉਂਦ ਨੂੰ ਲੋਕ ਜਾਣਨ ਲੱਗੇ? ਜਾਣਦਾ ਤਕਰੀਬਨ ਪਹਿਲਾਂ ਵੀ ਸੀ, ਪਰ ਅਸਲ ਸਟਾਰਟਿੰਗ ਜੀ ਜੇ ਆਪਾਂ ਦੇਖਿਆ ਜਾਵੇ 2017 ਦੇ ਵਿੱਚ ਤਾਂ ਬਹੁਤ ਵਧੀਆ ਰਿਜ਼ਲਟ ਰਿਹਾ ਜੀ। ਆਪਾਂ ਮੰਨ ਲਓ ਤਕਰੀਬਨ ਮਤਲਬ 54-55 ਬਾਜੀਆਂ ਛੱਡੀਆਂ ਵੀ, ਜਿਹਨਾਂ ਦੇ ਉੱਤੋਂ 50 ਅਸੀਂ ਮਾਰਦੇ ਸੀ, 50 ਬਾਜੀਆਂ ਜਿੱਤੀਆਂ, 50 ਬਾਜੀਆਂ ਲਗਾਤਾਰ, ਹਾਂਜੀ ਬਿਲਕੁਲ। ਆਪਣੇ ਕੋਲ ਰਿਕਾਰਡ ਵੀ ਪਿਆ ਵੀ ਕਿਹੜੇ ਪਿੰਡ ਜਿੱਤੀ ਸੀ, ਆਪਦੇ ਕਬੂਤਰਾਂ ਨਾਲ ਵੀ ਜਿੱਤੀਆਂ ਜਾਂ ਹੋਰ ਜਿਵੇਂ ਕੋਈ ਯਾਰ ਦੋਸਤ ਮਿੱਤਰ ਉਹਨਾਂ ਦੇ ਕਬੂਤਰਾਂ ਨਾਲ ਵੀ ਜਿੱਤੀਆਂ ਜੀ ਬਾਜੀ। ਉਹ ਆਪਣੇ ਕੋਲ ਗੱਲਾਂ ਗੱਲਾਂ ਬਾਇਓਡਾਟਾ ਪਿਆ ਵੀ ਫਲਾਣੇ ਪਿੰਡ ਆਪਾਂ ਕਿੰਨੇ ਕਬੂਤਰ ਉੱਡੇ ਸੀ, ਕਿੰਨੀਆਂ ਬਾਜੀਆਂ ਕਬੂਤਰ ਛੱਡੇ ਸੀ, ਕਿੰਨੇ ਵਜੇ ਬਾਜੀ ਕੀ, ਕਿੰਨੇ ਕਬੂਤਰਾਂ ਨੇ ਕਿੰਨੇ ਘੰਟੇ ਦੀ ਵਿੱਥ ਪਾਈ ਸੀ, ਉਹ ਆਪਣੇ ਕੋਲ ਸਾਰਾ ਬਾਇਓਡਾਟਾ ਆਪਣੇ ਕੋਲ ਪਿਆ। ਬਾਜੀਆਂ ਜਿਹੜੀ ਤੁਸੀਂ
ਜਿੱਤੀ ਜਾਂ 18 ਦੇ ਵਿੱਚ ਜਿੱਤੀ? ਉਹ ਤਾਂ 2018 ਦੇ ਵਿੱਚ, 2018 ਜੀ, 64 ਪਹਿਲਾਂ ਤਿਸਰ ਤੱਕ ਰਹੀਆਂ ਬਾਜੀਆਂ। ਹਾਂਜੀ, ਤਿਸਰਾਂ ਦਾ ਮੈਂ ਤਕਰੀਬਨ 5-6 ਛੱਡੀਆਂ ਜੀ, ਅਤੇ ਤਕਰੀਬਨ ਉਹ 5-6 ਮੈਂ ਹੀ ਜਿੱਤੀਆਂ ਜੀ ਗੱਲਾਂ ਬਾਜੀ। ਪਰ ਮੈਂ ਆਪਾਂ ਮੈਂ ਕਹਿਣਾ ਨਹੀਂ ਚਾਹੁੰਦੇ, ਪਰਮਾਤਮਾ ਤੋਂ ਬਾਬੇ ਨਾਨਕ ਦੀ ਡੋਰ ਲੈ ਕੇ ਚੱਲਦੇ ਹਾਂ, ਪਰ ਜਦੋਂ ਆਪਾਂ ਬਾਜੀ 'ਤੇ ਜਾ ਕੇ ਛੱਡਦੇ ਹਾਂ ਤਕਰੀਬਨ ਆਪਣਾ ਕੰਪੀਟੀਸ਼ਨ ਪੂਰਾ ਚੱਲਦਾ ਜੀ। ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ, ਕਬੂਤਰਬਾਜੀ ਦੇ ਵਿੱਚ ਸਾਰਿਆਂ ਨਾਲ ਲਿਆ ਜਾਈ, ਕਬੂਤਰਾਂ ਦੇ ਵਿੱਚ ਕਿਸੇ ਨਾਲ ਕੋਈ ਲਿਆ ਜੀ। ਵਧੀਆ ਬਾਜੀਆਂ ਜਿੱਤੀਆਂ ਜੀ, ਤਿਸਰਾਂ ਤਾਂ ਮੈਂ ਜਿੰਨੀਆਂ ਤਕਰੀਬਨ ਆਪਦੇ ਹੱਥ ਨਾਲ ਛੱਡੀਆਂ ਜੀ, ਉਹ ਤਕਰੀਬਨ ਸਾਰੀਆਂ ਜਿੱਤੀਆਂ ਜੀ, ਅੱਜ ਤੱਕ ਕੋਈ ਹਾਰੇ ਨਹੀਂ। ਇੱਕ ਵੰਡਣ ਵਾਲਾ ਗੁਣ ਹੈ ਜੀ ਵਿੱਚ, ਹਾਂਜੀ, ਬਾਜੀ ਨਹੀਂ ਵੰਡਣੀ ਕਿਸੇ ਨਾਲ, ਇਹ ਵੀ ਗੁਣ ਹੈ ਜੀ। ਸਾਡਾ ਸਾਹਿਬ ਤਾਂ ਜਿਹਦਾ ਮਰਜ਼ੀ ਸਾਹਿਬ ਤਾਂ ਇਹਨੇ ਕਹਿ ਦੇਣਾ ਵੀ ਆਪਾਂ ਬਾਜੀ ਨਹੀਂ ਵੰਡਣੀ, ਬਾਜੀ ਨਹੀਂ ਵੰਡਣੀ। ਠੀਕ ਹੈ ਜੀ, ਚਾਹੀਦਾ ਵੀ ਇਸ ਤਰ੍ਹਾਂ ਸਾਂਭਣ ਦੀ ਗੱਲ ਅਲੱਗ ਹੈ, ਲਿਹਾਜ਼ ਅਲੱਗ ਹੈ, ਪਰ ਜਿਹੜੀ ਕਬੂਤਰਬਾਜੀ ਹੈ ਹਰ ਇੱਕ ਬੰਦੇ ਦਾ ਆਪਦਾ ਹੁੰਦਾ ਵੀ ਰੁਤਬਾ ਮੇਰਾ ਕੱਦ ਉੱਚਾ ਹੋਵੇ, ਉਹ ਚਾਹੀਦਾ ਵੀ ਹੈ ਜੀ, ਬਿਲਕੁਲ ਚਾਹੀਦਾ। ਆਪਣਾ ਵੀ ਆਪਾਂ ਗੋਡੀ ਛੱਡੇ ਜੀ ਇਹਨੇ ਸਾਂਭ ਕੇ ਜੀ, ਕਹਿੰਦਾ ਵੀ ਅੱਛਾ ਪਾਸੇ ਹੋ ਕੇ ਬਹਿ ਜਾਓ, ਕਹਿੰਦਾ ਵੰਡਣੀ ਨਹੀਂ, ਵੰਡਣੀ ਕਣੀਆਂ ਆ ਗਈਆਂ ਨੇ ਭੜਕਾ ਦੇ ਜੀ ਸਾਰੇ। ਠੀਕ ਹੈ ਜੀ, ਕਣੀਆਂ ਦੇ ਫਿਰ ਬਹੁਤ ਵਧੀਆ ਰਿਜ਼ਲਟ ਦਿੱਤੇ, ਬਹੁਤ ਦੂਜੇ ਦਿਨ ਦੁਸਰ ਤੇ ਬਹੁਤ ਵੱਡੇ। ਦਾਦਾ ਜੀ ਵੇਲੇ ਤਾਂ ਦੁਸਰ ਨਹੀਂ ਉੱਡਦੀ ਸੀ ਸ਼ਾਇਦ? ਨਹੀਂ, ਛੱਡੀਆਂ ਉਹਨਾਂ ਨੇ, ਛੱਡੀਆਂ ਜੀ। ਹਾਂ, ਦੂਸਰਾ ਛੱਡੀਆਂ ਜੀ, ਕਿਉਂਕਿ ਉਹ ਸਮੇਂ ਦੇ ਵਿੱਚ ਵੀ ਦੂਸਰਾ ਹੁੰਦੀਆਂ ਸੀਗੀਆਂ, ਇਹੋ ਜਿਹੀ ਗੱਲ ਨਹੀਂ। ਕੰਪੀਟੀਸ਼ਨ ਉਹ ਟਾਈਮ ਦੇ ਵਿੱਚ ਵੀ ਕਬੂਤਰ ਬਹੁਤ ਚੰਗੇ ਸੀਗੇ ਜੀ, ਆਪਾਂ ਸਹੀ ਤਰੀਕੇ 'ਚ ਦੇਖਿਆ ਜਾਵੇ। ਦੂਸਰਾ ਉਹਨਾਂ ਨੇ ਵੀ ਤਿਸਰ ਛੱਡੀ ਜਾਂ ਚੌਸਰ ਛੱਡੀ, ਇਹ ਤੁਸੀਂ ਕਿਵੇਂ ਮਨ ਦੇ ਵਿੱਚ ਖਿਆਲ ਲਿਆਂਦਾ, ਕਿਵੇਂ ਸੋਧ ਕੀਤੀ ਆਪਦੇ ਕੋਲੋਂ, ਕਿਵੇਂ ਦਿਮਾਗ ਲੜਾਇਆ, ਕੀ ਚੀਜ਼ਾਂ ਤਿਆਰ ਕੀਤੀਆਂ ਤੁਸੀਂ, ਉਹ ਦਿਮਾਗ ਲੜਾ ਕੇ ਉਹਨਾਂ ਦਾ ਆਈਡੀਆ ਕਿਵੇਂ ਆਇਆ ਵੀ ਇਹ ਤਿਸਰ ਦੇ ਵਿੱਚ ਵੀ ਕਬੂਤਰ ਜਿੱਤੂਗਾ ਜਾਂ ਚੌਸਰ ਵੀ ਛੱਡ ਲਈ ਤੁਸੀਂ? ਵੈਸੇ ਐਂ ਦੇਖੋ ਜਿਵੇਂ ਦੁਸਰ ਦੇ ਵਿੱਚ ਆਪਾਂ ਕਬੂਤਰ ਸਾਂਭਦੇ ਹਾਂ ਜੀ, ਉਹਦਾ ਉਹਦਾ ਐਸਟੀਮੇਟ ਲਾ ਕੇ ਹੋਏ ਦੁਸਰ ਤਿਸਰ ਦੇ ਵਿੱਚ ਵੀ ਆਪਾਂ ਇੰਨੀ ਕਰਾ ਕੇ ਇਹਨੂੰ ਬਚਾ ਸਕਦੇ ਹਾਂ ਜਾਂ ਇੰਨੀ ਨਹੀਂ ਬਚਾ ਸਕਦੇ, ਉਹ ਤਰੀਕੇ ਦੇ ਹਿਸਾਬ ਨਾਲ ਸੋਧ ਕਰਕੇ ਗਾਹਾਂ ਦੀ ਗਾਹਾਂ, ਜਿਵੇਂ ਦਾਦੇ ਜਾਂ ਬਲਵੀਰ ਰੋਣ ਦੇ ਜਿਵੇਂ ਕੋਈ ਨੁਕਤੇ ਲਿਖੇ ਹੋਏ ਜੀ ਆਪਣੇ ਕੋਲ, ਉਸ ਤਰੀਕੇ ਨਾਲ ਆਪਾਂ ਉਹਨੂੰ ਸੋਧ ਕਰਕੇ ਗਾਹਾਂ ਵੀ ਇੰਨੇ ਦੀ ਖੁਰਾਕ ਨਾਲ ਇੱਥੇ ਉੱਡੂ ਜਾਂ ਬੈਠੂ ਜਾਂ ਨਾ ਬੈਠੂ, ਉਹ ਤਰੀਕੇ ਨਾਲ ਗਾਹਾਂ ਕਰਕੇ ਤਿਸਰ ਚੌਸਰ ਜਿੰਨੇ ਵੀ, ਪਰ ਮਾਲਕ ਦੀ ਕਿਰਪਾ ਨਾਲ ਇੰਨਾ ਕੁ ਹੁਨਰ ਹੈਗਾ ਜੀ, 10 ਦਿਨ ਵੀ ਕਬੂਤਰ ਡਾ ਦਾਂਗੇ। ਬਹੁਤ ਵੱਡੀ ਗੱਲ ਹੈ ਜੀ, 10 ਦਿਨ ਕਬੂਤਰ ਡਾਉਣਾ ਪਾਕਿਸਤਾਨ 'ਚ ਸੁਣਿਆ ਸੀ, ਅੱਜ ਵੀਰ ਦੇ ਮੂੰਹੋਂ ਵੀ ਸੁਣਿਆ ਆਪਾਂ ਪਹਿਲੀ ਵਾਰੀ ਕਿ 10 ਦਿਨ ਕਬੂਤਰ ਡਾ ਸਕਦੇ, ਡਾ ਦਾਂਗੇ। ਕਦੇ ਮੌਕਾ ਮਿਲਿਆ ਜੀ ਵੀ ਚੌਸਰ ਤੋਂ 5ਵੇਂ ਦਿਨ ਨੂੰ ਵੀ ਬਾਜੀ ਜਾਂਦੀ ਦਿਸੀ ਹੋਵੇ ਜਾਂ ਖਤਮ ਹੋ ਗਈ ਚੌਥੇ ਦਿਨ? ਚੌਥੇ ਦਿਨ ਜੀ ਆਪਣੇ ਖਿਆਲ ਦੇ ਵਿੱਚ ਦੇਖੋ ਜੀ, ਆਪਾਂ ਇੱਥੇ ਤਲਵੰਡੀ ਛੱਡੀ ਸੀਗੀ ਜੀ ਰੈਕੋਰਡ ਦੇ ਕੋਲੇ, 4 ਦਿਨਾਂ ਦੀ ਚੱਲੀ ਸੀ ਬਾਜੀ, ਚਲੋ ਪਿੰਡ ਦੀ ਸਹਿਮਤੀ ਦੇ ਨਾਲ ਹੋ ਗਏ ਵੀ ਤਿਉਂ ਤੁਸੀਂ ਕਬੂਤਰਾਂ ਜਲੂਸ ਕੱਢਿਆ, ਕਹਿਣ ਦਾ ਮਤਲਬ ਜਿਵੇਂ ਬਜ਼ੁਰਗਾਂ ਦੀ ਕਹਾਵਤ ਹੁੰਦੀ ਹੈ ਵੀ ਉਹਨਾਂ ਨਹੀਂ ਪਤਾ ਜਿਹੜੇ ਬੰਦਿਆਂ ਨੂੰ, ਉਹ ਤਾਂ ਰੋਕਦੀ ਸੀ, ਨਹੀਂ ਤਕਰੀਬਨ 5ਵੇਂ ਦਿਨਾਂ 'ਤੇ ਵੀ ਉਹ ਬਾਜੀ ਵਿੱਚ ਵੀ ਜਾ ਸਕਦੇ, ਕਿਉਂ ਉੱਧਰ ਉੱਧਰ ਬਾਜੀ ਨਹੀਂ ਹੁੰਦੀ ਸੀਗੀ ਇੱਕ ਦੂਜੇ ਨਾਲ, ਕੋਈ ਵੀ ਚੀਜ਼ ਆ ਜੇ ਕੋਈ ਆਪਣੇ ਵਿਰੋਧੀ ਦਾ ਕਬੂਤਰ ਆ ਜਿਹਦੇ ਨਾਲ ਆਪਣੀ ਬਾਜੀ ਨਹੀਂ ਹੁੰਦੀ, ਉਹਨਾਂ ਦੇ ਕਬੂਤਰ ਫਿਰਦੇ ਸੀ ਜਾਂ ਆਪਣਾ ਕਬੂਤਰ ਫਿਰਦਾ ਸੀ, ਉਹਦਾ ਫਿਰ ਆਰ ਪਾਰ ਹੋ ਕੇ ਕੰਮ ਲੱਗਣਾ ਸੀਗਾ ਜੀ, ਇਹ ਸਿਸਟਮ। ਮਤਲਬ ਆਉਣ ਵਾਲੇ ਦਿਨਾਂ 'ਚ ਉਮੀਦ ਹੈ ਵੀ ਸ਼ਾਇਦ 5ਵਾਂ ਵੀ ਆਪਾਂ ਦਿਨ ਵੇਖ ਲਈਏ ਵੀ ਜਦੋਂ ਜੰਟੀ ਜਾਉਣ ਦਾ 5ਵੇਂ ਦਿਨ ਵੀ ਕਬੂਤਰ ਫਿਰਦਾ ਹੋਵੇ। ਬਾਕੀ ਉਹਦਾ ਚਲੋ ਮਾਲਕ ਦੀ ਕਿਰਪਾ ਹੀ ਤਕਰੀਬਨ ਤੁਹਾਨੂੰ ਦੱਸ ਹੀ ਦਿੱਤਾ ਵੀ ਜਿੰਨੇ ਕੁ ਦਿਨ ਕਬੂਤਰ ਉੱਡਣਗੇ ਉਨੇ ਕਬੂਤਰ ਡਾਉਣ ਦੀ ਆਪਾਂ ਕਾਬਲੀਅਤ ਰੱਖਦੇ ਹਾਂ ਵੀ ਡਾਲਾਂਗੇ। ਬਾਕੀ ਰਹੀ ਨਸਲਾਂ ਦੀ ਗੱਲ, ਹਾਂਜੀ, ਆਪਣੇ ਕੋਲ ਸਿਰਫ ਉਹੀ ਨਸਲ ਹੈ ਜਾਂ ਹੋਰ ਵੀ ਵਿੱਚ ਨਸਲਾਂ ਲਿਆਂਦੀਆਂ ਆਪਾਂ? ਕਿੰਨੀਆਂ ਨਸਲਾਂ ਹੁਣ ਟੋਟਲ ਆਪਣੇ ਖੁੱਡੇ ਦੇ ਵਿੱਚ ਜਿਹੜੀਆਂ ਨਸਲਾਂ? ਨਸਲਾਂ ਤਾਂ ਬਹੁਤ ਬੈਠੀਆਂ ਜੀ, ਪਰ ਅਸੀਂ ਦੱਸਣ ਯੋਗ ਵੀ ਨਹੀਂ, ਪਰ ਤਕਰੀਬਨ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਕੋਲ 1000 ਵਾਲੇ ਕਬੂਤਰੀ ਆ ਜੀ, ਹਜ਼ਾਰ ਵਾਲੇ ਮੇਨ ਕਬੂਤਰ ਜਿਹੜੇ ਇਹਨਾਂ ਦੇ, ਮੌਜੇ ਵੀ ਕੱਢਦੇ ਆ, ਚਿੱਟੇ ਵੀ ਕੱਢਦੇ ਆ, ਕਾਲੇ ਜੀਨੇ ਕੱਢ ਜਾਂਦੇ ਆ, ਜਾਂ ਇੱਕ ਸਾਡੇ ਕੋਲ ਲਾ ਦੇ ਗਏ ਜੀ ਬਲਵੀਰ ਰੋਣ ਦੇ ਕਬੂਤਰਾਂ ਦੀ, ਇੱਕ ਕਬੂਤਰ ਬਲਵੀਰ ਰੋਣ ਦਾ 17 ਬਾਜੀਆਂ ਜਿੱਤਿਆ ਸੀਗਾ ਜੀ, ਜਿਹੜੇ ਆਪਾਂ ਕਾਲੇ ਜੀਨੇ ਦੇਖਦੇ ਹਾਂ ਜੀ, ਉਹਨਾਂ ਦੇ ਕਬੂਤਰਾਂ ਦੀ ਲਾਲ ਸਾਡੇ ਕੋਲ ਉਹਨਾਂ ਕੋਲ ਪੱਠੇ ਪੱਠੇ ਆਈ ਆ, ਫਿਰ ਜਾਂ ਇੱਕ ਨਿੰਘ ਕਾਂਗੜਿਆਂ ਨਾਲ ਲੈਣ ਦੇਣ ਸੀ ਜੀ, ਉਹਨਾਂ ਕੋਲੋਂ ਲਾਲ ਚੀਨੀ ਕਬੂਤਰੀ ਲਿਆਈ ਸੀ ਮੇਰੇ ਤਾਏ ਜੀ ਦਾ ਲੜਕਾ ਜੀ ਬਲਜੀਤ ਸਿੰਘ ਜੀ, ਬਾਕੀ ਇਹਨਾਂ ਨੂੰ ਵੀ ਵੱਧ ਪਤਾ ਮੇਰੇ ਨੂੰ, ਅਤੇ ਉੱਥੋਂ ਸਾਡੇ ਕੋਲ ਤਕਰੀਬਨ ਨਸਲ ਚੱਲੀ ਜੀ। ਅਤੇ ਅੱਗੇ ਤੁਹਾਡੇ ਜਿਹੜੇ ਚੇਲੇ ਆ, ਤੁਸੀਂ ਤਾਂ ਗੁਰੂ ਚਲੋ ਆਪਦੇ ਦਾਦਾ ਜੀ ਨੂੰ ਆਈਡੀਅਲ ਮੰਨ ਲਿਆ, ਉਹਨਾਂ ਕੋਲ ਹੁਨਰ ਸੀ, ਅੱਗੇ ਚੇਲੇ ਤੁਹਾਡੇ ਕਿੰਨੇ ਬਣੇ ਆ? ਚੇਲੇ ਹੈਗੇ ਜੀ 10-11 ਤਕਰੀਬਨ, 11 ਚੇਲੇ। ਅੱਜ ਆਏ ਉਹਨਾਂ 'ਚੋਂ ਕੋਈ ਚੇਲੇ? ਹਾਂ, ਬਸ ਦੋ ਚਾਰ ਹੀ ਆਏ ਜੀ, ਉਹ ਪਹਿਲਾਂ ਚੇਲੇ ਬਣ ਕੇ ਗਏ ਸੀ, ਉੱਥੇ ਸਾਰਿਆਂ ਨੂੰ ਬੁਲਾਇਆ ਸੀਗਾ ਜੀ, ਇੱਕ ਆਹ ਮੀਂਹ ਦੀ ਗਰੋਪੀ ਕਾਰਨ ਜੀ ਅਗਲਾ ਹਰ ਘਰ ਦੀ ਫਸਲ ਬਾੜੀ ਸਾਂਭਦਾ ਜੀ, ਕਈ ਥਾਂ ਗੜੇ ਗੁੜੇ ਪੈ ਗਏ, ਉਹਨਾਂ ਨੂੰ ਫੋਨ ਤਾਂ ਕੀਤਾ ਜੀ, ਉਹ ਕਹਿੰਦੇ ਆ ਨਹੀਂ ਸਕਦੇ, ਸੁਬਹਾ ਅਸੀਂ ਖੇਤ ਖੂਤ ਦੇਖਣੇ ਆਪਦੇ, ਕਾਫੀ ਬਾਰਿਸ਼ ਦੇ ਕਾਰਨ ਵੀ ਨਹੀਂ ਆ ਸਕਦੇ, ਉਹ ਚੰਡੀਗੜ੍ਹ ਏਰੀਆ ਦੇ ਕੋਲ ਡੇਢ ਬਾ ਇੱਧਰ ਕਿਧਰੇ ਏਰੀਏ ਦੇ ਕਰਾਉਂਦੇ ਜੀ ਆਪਾਂ ਇਹਨਾਂ ਦੇ ਚੇਲਿਆਂ ਨਾਲ ਵੀ ਗੱਲਬਾਤ। ਉਸ ਤੋਂ ਪਹਿਲਾਂ ਆਪਾਂ ਆਉਂਦੇ ਹਾਂ ਬਾਈ ਜੀ ਹਰਬੰਸ ਰਾਈਆ, ਜਿਨ੍ਹਾਂ ਦੀ ਆਪਾਂ ਇੰਟਰਵਿਊ ਪਹਿਲਾਂ ਵੀ ਕੀਤੀ ਸੀ, ਅਤੇ ਬਾਈ ਜੀ ਹਰਬੰਸ ਰਾਈਆ ਨਾਲ ਉਹਦੇ ਵੀ ਤੁਸੀਂ ਮੈਨੂੰ ਪਹਿਲੀ ਵਾਰੀ ਜਿਹੜੀ ਆਪਾਂ ਇਹਨਾਂ ਦੀ ਇੰਟਰਵਿਊ ਕੀਤੀ ਸੀ, ਮੁਲਾਕਾਤ ਹੋਈ ਸੀ, ਹਾਂਜੀ, ਇਹਨਾਂ ਨਾਲ ਰਿਲੇਸ਼ਨ ਤੁਹਾਡੇ ਕਿਵੇਂ ਦੇ ਹੈ ਕਬੂਤਰਬਾਜੀ 'ਚ? ਕਬੂਤਰਬਾਜੀ ਦੇ ਵਿੱਚ ਰਿਲੇਸ਼ਨ ਆਇਆ ਜੀ, ਜਿਹੜਾ ਕੁਛ ਵੀ ਅੱਜ ਇਹਨਾਂ ਦੇ ਬਦੌਲਤ ਆਪਣੇ ਕਬੂਤਰ ਇਹਨਾਂ ਦੇ ਕਬੂਤਰ ਉੱਡਦੇ
ਵਧੀਆ ਕਬੂਤਰ ਇੱਧਰ ਲੈਣ ਦੇਣ ਹੈਗਾ ਜੀ ਵਧੀਆ ਇਹਨਾਂ ਦਾ ਜਾਂਦੀ ਕਬੂਤਰਬਾਜ਼ੀ ਦੇ ਵਿੱਚ ਵੀ ਨਾਂ ਗਾ ਬਾਕੀ ਤੁਸੀਂ ਇਹਨਾਂ ਦੇ ਮੂੰਹ ਸੁਣੋਗੇ ਇਹਨਾਂ ਦੀ ਤਾਰੀਫ ਵੀ ਕਿਵੇਂ ਉਹਨਾਂ ਦੇ ਕਬੂਤਰ ਉੱਡੇ ਆ ਕੀ ਇਹਨਾਂ ਨੇ ਇਹਨਾਂ ਨੂੰ ਗੁਰ ਦਿੱਤਾ ਹਾਂਜੀ ਤੁਹਾਡੇ ਲਓ ਜੀ ਗੁਰੂ ਸਾਹਿਬ ਇਹਨਾਂ ਦੇ ਜਿਹੜੇ ਦਾਦਾ ਜੀ ਹੈ ਸੌਣ ਸਿੰਘ ਅਤੇ ਫਿਰ ਤਾਂ ਕਾਫੀ ਕੁਛ ਮਤਲਬ ਤੁਹਾਨੂੰ ਵੀ ਉਹਨਾਂ ਨੇ ਜਨਮ ਨਹੀਂ ਸੀ ਇਹਨਾਂ ਬਹੁਤ ਛੋਟੇ ਤਾਂ ਮਤਲਬ ਅਸੀਂ ਬਹੁਤ ਛੋਟੇ ਜਦੋਂ ਆਉਂਦੇ ਰਹੇ ਉਹਨਾਂ ਕੋਲ ਠੀਕ ਹੈ ਜੀ ਕਿਹੋ ਜਿਹਾ ਸੁਭਾਅ ਸੀ ਉਦੋਂ ਉਹਨਾਂ ਟਾਈਮਾਂ 'ਚ ਦੱਸਦੇ ਹੋਣੇ ਤੁਹਾਨੂੰ ਤਾਂ ਗੱਲਾਂ ਜੇ ਮੰਨੋ ਜਿਹੜੇ ਉਹ ਚਲੋ ਤਾਂ ਪੰਜਾਬੀ ਪੁਰਾਣੇ ਬਜ਼ੁਰਗ ਸਾਰੇ ਜੀ ਆਪਾਂ ਉਹਨਾਂ ਨੂੰ ਐਂ ਮੰਨੋ ਕਹਿ ਕੇ ਚੱਲੀਏ ਵੀ ਸਾਧ ਸੀਗੇ ਬਿਲਕੁਲ ਬਹੁਤ ਸੁਭਾਅ ਚੰਗਾ ਕੋਈ ਕੌੜਾ ਬੋਲਣਾ ਹੀ ਨਹੀਂ ਕਿਸੇ ਨੂੰ ਪਿਆਰ ਨਾਲ ਸਾਨੂੰ ਆਪਦੇ ਪੁੱਤਾਂ ਵਾਂਗੂ ਉਹਨਾਂ ਨੇ ਦੱਸਿਆ ਅਤੇ ਪੁੱਤਾਂ ਵਾਂਗੂ ਇੱਥੇ ਗੱਲ ਕਰਦੇ ਦੋ ਆਉਂਦੇ ਬਹੁਤ ਛੋਟੇ ਛੋਟੇ ਆਉਂਦੇ ਰਹੇ ਅਸੀਂ ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਉਹਨਾਂ ਨੂੰ ਗੁਰੂ ਬਣਾਈਏ ਇੱਥੇ ਨਾਂ ਹੋਣਾ ਉਹਨਾਂ ਦਾ ਇਸ ਏਰੀਏ ਦੇ ਉਹ ਜੀ ਥੋੜ੍ਹਾ ਸਾਡਾ ਜਿਹੜਾ ਦਰਾਜ ਪਿੰਡ ਹੈ ਜੀ ਦਰਾਜ ਪਿੰਡ ਸਾਡੇ ਪਿੰਡੋਂ ਕੁੜੀਆਂ ਵਹੀਆਂ ਸੀ ਉਹਨਾਂ ਦਾ ਕਰਕੇ ਉੱਥੇ ਮੇਰਾ ਜਾਣ ਨੂੰ ਬਹੁਤ ਸੀਗਾ ਵੀਰਾ ਸੀਗਾ ਜੀ ਮੁੰਡਾ ਕੋਈ ਮੌਤ ਹੋ ਗਈ ਉਹਦਾ ਕਰਕੇ ਉੱਥੇ ਜਾਂਦੇ ਜੂੰਦੇ ਉੱਥੇ ਫਿਰ ਮੰਨ ਲਾ ਕਿ ਡਾਕਟਰ ਗਰਧਾਰੀ ਹੁੰਦਾ ਜੀ ਦੁਕਾਨ ਕਰਦਾ ਡਾਕਟਰ ਜੀ ਇੱਕ ਸ਼ਿੰਦਰ ਡਾਕਟਰ ਸੀਗਾ ਉਹਨਾਂ ਕੋਲ ਇਹਨਾਂ ਦੇ ਦਾਦਾ ਜੀ ਜਾਂਦੇ ਹੁੰਦੇ ਉੱਥੇ ਉਹਨਾਂ ਦਾ ਸ਼ਹਿਰ 'ਚ ਕੰਮ ਸੀ ਜਿਵੇਂ ਸੌਦਾ ਸੁਦਾ ਇੱਥੋਂ ਲੈਣ ਸਾਈਕਲਾਂ 'ਤੇ ਜਾਂਦੇ ਉਹਨਾਂ ਨਾਲ ਮੇਲ ਜੋਲ ਥੋੜ੍ਹਾ ਜਿਹਾ ਕਬੂਤਰਾਂ ਦੀ ਫਿਰ ਚੱਚ ਰੱਖਦੇ ਸੀ ਇਹਨਾਂ ਦੀ ਉਹਨਾਂ ਦੀ ਡਾਕਟਰ ਵਰਗੇ ਦੀ ਬਰੌਤ 'ਤੇ ਫਿਰ ਅਸੀਂ ਗੁਰੂ ਧਾਰਿਆ ਸੀ ਉਹਨਾਂ ਦੇ ਦਾਦਾ ਜੀ ਉਹਨਾਂ ਦਾ ਕਰਕੇ ਮੇਰਾ ਅੱਜ ਦਾ ਜਿਹੜਾ ਸਮਾਂ ਜਾਂ ਉਦੋਂ ਦਾ ਸਮਾਂ ਸੀ ਜਿਵੇਂ ਕਿ ਅੱਜ ਕਿਸੇ ਨੇ ਗੁਰੂ ਧਾਰਨਾ ਤਾਂ ਮੈਨੂੰ ਲੱਗਦਾ ਵੀ 2 ਸਾਲ ਲੱਗ ਜਾਂਦੇ ਹਾਂਜੀ ਤੁਹਾਨੂੰ ਕਿੰਨਾ ਸਮਾਂ ਲੱਗਿਆ ਸੀ ਗੁਰੂ ਬਣਾਉਣ ਲਈ ਇਹਨਾਂ ਨੂੰ ਜਾਂ ਪਹਿਲੇ ਗੇੜੇ ਹੀ ਬਣਾ ਲਿਆ ਤੁਸੀਂ ਮੰਨ ਚਲੋ ਸਾਨੂੰ ਤਾਂ 6 ਮਹੀਨੇ ਲੱਗੇ ਜਦੋਂ ਮੁਲਾਕਾਤ ਹੋ ਗਈ ਮੁਲਾਕਾਤ ਦਰਾਜ ਮੁਲਾਕਾਤ ਹੋਈ ਜੀ ਬਾਜੀ ਤੇ ਇਹਨਾਂ ਦੇ ਦਾਦਾ ਜੀ ਨੇ ਬਹੁਤ ਛੋਟਾ ਸੀ ਮੈਂ ਕੋਈ ਤਾਂ ਬੜਾ ਨਹੀਂ ਹੋਰ ਵੀ ਤੁਹਾਡੇ ਤੋਂ ਇਲਾਵਾ ਇਹਨਾਂ ਦੇ ਚੇਲੇ ਆ ਜਾਂ ਤੁਸੀਂ ਇਕੱਲੇ ਹੀ ਸੀ ਹੋਰ ਨਹੀਂ ਜੀ ਮੈਨੂੰ ਇੰਨਾ ਮਤਲਬ ਵੀ ਮੈਂ ਤਾਂ ਮੇਰੇ ਹਿਸਾਬ 'ਚ ਵੀ ਉਹਨਾਂ ਨੇ ਬਣਾਏ ਨਹੀਂ ਉਹਨਾਂ ਨੇ ਬਹੁਤ ਘੱਟ ਬਣਾਏ ਬਾਕੀ ਇਹਨਾਂ ਨੂੰ ਬਲਜੀਤ ਉਹ ਤਾਂ ਫਿਰ ਇਕੱਠੇ ਹੀ ਨਹੀਂ ਦੋਨੇ ਮੈਂ ਤੇ ਸਿੰਦਰ ਡਾਕਟਰ ਦੋਨਾਂ ਨੇ ਇਕੱਠਿਆਂ ਨਹੀਂ ਹੋ ਪਰੇ ਜੀ ਉਹ ਛੱਡ ਗਿਆ ਕਬੂਤਰ ਅਤੇ ਆਪਣੇ ਮਨ ਲਾਏ ਜੀ ਜਿਹੜਾ ਤਪੇ ਤੋਂ ਆ ਬਹੁਤ ਵਧੀਆ ਮਤਲਬ ਅਤੇ ਅਸਲ ਅਸੀਂ ਦੋਨਾਂ ਨੇ ਇਹੋ ਕਰਿਆ ਸੀ ਭਾਈ ਚੇਲੇ ਵਾਲਾ ਕਿਹੜਾ ਕੰਮ ਉਹ ਤੋਂ ਬਹੁਤ ਸੌਖਾ ਕੁਛ ਗੱਲਾਂ ਕੋਈ ਸਾਥੋਂ ਡਿਮਾਂਡ ਨਹੀਂ ਸੀ ਰੱਖੀ ਉਹਨਾਂ ਨੇ ਦਾਦਾ ਜੀ ਨੇ ਕੋਈ ਡਿਮਾਂਡ ਨਹੀਂ ਕਬੂਤਰ ਵੀ ਐਂ ਦਿੱਤੇ ਸੀ ਜਿਵੇਂ ਆਹ ਜਾਲ 'ਚ ਬੈਠੇ ਵੀ ਫੜ ਲਓ ਜਿਹੜੇ ਮਰਜ਼ੀ ਥੱਲੇ ਖੜੇ ਹੁੰਦੇ ਇਹਨਾਂ ਦੇ ਵੀ ਜਿਹੜੇ ਮਰਜ਼ੀ ਲੈ ਜਾਓ ਹੁਣ ਤਾਂ ਕੋਈ ਵੱਡੀ ਜੋੜੀ ਨੂੰ ਹੱਥ ਨਹੀਂ ਲਾਉਣ ਦਿੰਦਾ ਤਾਂ ਸਹੀ ਵੱਡੀਆਂ ਫੜ ਕੇ ਲਗੇ ਸੀ ਇਹਨਾਂ ਦੇ 10-10, 20-20 ਸਾਲ ਦੇ ਕਬੂਤਰ ਸੀ ਵਾਪਸ ਵੀ ਕੀਤਾ ਮੈਂ ਇਹ ਤਾਂ ਧਿਆਨ 'ਚ ਹੋਊ ਜਾਂ ਕਿਸੇ ਸੈਨ ਬਾਅਦ 'ਚ ਕੀਤਾ ਮਿੱਠੂ ਦਾ ਪਤਾ ਹੀ ਇਹਨਾਂ ਬਹੁਤ ਵਧੀਆ ਜੀ ਉਹਨਾਂ ਬੰਦਿਆਂ ਦਾ ਤੜਕੇ ਉੱਠ ਕੇ ਨਾਉਣ ਲੈਣ ਵਾਲੀ ਗੱਲ ਹੈ ਜੀ ਹੁਣ ਆਪਾਂ ਕਰਦੇ ਹਾਂ ਕੁਛ ਸੱਜਣ ਮਿੱਤਰ ਵੀਰ ਦੇ ਆਏ ਹੈ ਕੁਛ ਇਹਨਾਂ ਦੇ ਫੈਮਿਲੀ ਰਿਲੇਸ਼ਨ ਵਾਲੇ ਬੰਦੇ ਆਏ ਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਇਹਨਾਂ 'ਤੇ ਚਾਨਣਾ ਪਾਓ ਥੋੜ੍ਹਾ ਜਿਹਾ ਉੱਚੀ ਬੋਲੋ ਬਿੱਟੂ ਰਾਮ ਬਿੱਟੂ ਰਾਮ ਤੁਹਾਡੇ ਫਰੈਂਡ ਹੈ ਨਹੀਂ ਆਪਣੇ ਰਿਸ਼ਤੇਦਾਰੀ ਵੀ ਰਲਦੀ ਰਿਸ਼ਤੇਦਾਰੀ ਵੀ ਆ ਅਤੇ ਕਬੂਤਰਬਾਜ਼ ਵੀ ਆ ਖਿਡਾਰੀ ਹਾਂਜੀ ਤੋਂ ਆਪਾਂ ਇਹਨਾਂ ਤੋਂ ਕਬੂਤਰ ਲੈ ਕੇ ਗਏ ਹਾਂ ਜਾਂ ਆਪਣੇ ਕੋਲ ਆਪਦੀ ਕੋਈ ਨਸਲ ਹੈ ਇਹਨਾਂ ਤੋਂ ਵੀ ਲੈ ਕੇ ਗਏ ਜੀ ਅਤੇ ਹੋਰ ਦੱਸ ਵੀ ਲੈਂਦੇ ਸੀ ਮੈਂ ਇਹਨਾਂ ਦੇ ਮਤਲਬ ਕਿ ਮੇਰੇ ਮਾਮਾ ਜੀ ਲੱਗਦੇ ਆ ਜੀ ਕਹਿਣ ਦਾ ਮਤਲਬ ਇਹਨਾਂ ਦੇ ਬਾਈਆਂ ਬਹੁਤ ਜ਼ਿਆਦਾ ਜਿੱਤੀਆਂ ਬਾਈਆਂ ਜਾਂਦੇ ਹੁੰਦੇ ਅਤੇ ਲੁਧਿਆਣੇ ਇਕੱਠੇ ਜਾਂਦੇ ਰਹੇ ਜੀ ਇਹ ਅਤੇ ਮੇਰਾ ਡੈਡੀ ਜੀ ਅਤੇ ਉਹ ਤਾਏ ਦਾ ਲੜਕਾ ਜੀ ਇਹਨਾਂ ਨੇ ਬਹੁਤ ਬਾਈਆਂ ਛੱਡੀਆਂ ਜੀ ਇਕੱਠਿਆਂ ਨੇ ਤੁਸੀਂ ਵੀ ਜਿਹੜੇ ਇਹਨਾਂ ਦੇ ਦਾਦਾ ਜੀ ਸੌਣ ਸਿੰਘ ਸੀ ਉਹਨਾਂ ਦਾ ਹੀ ਨੁਕਸਾ ਜਿਹੜਾ ਵਰਤ ਜਿਹੜੇ ਕਬੂਤਰ ਤੁਸੀਂ ਲੈ ਗਏ ਸੀ ਇਹਨਾਂ ਦੇ ਵੱਧ ਉੱਡਦੇ ਆ ਤੁਹਾਡੇ ਵਾਲੀ ਨਸਲ ਇਹਨਾਂ ਲਈ ਜੀ ਉੱਥੇ ਹੀ ਚਲਾਈਏ ਸਰ ਇੱਥੋਂ ਹੀ ਚਲਾਈਏ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਜੀ ਹੋਰ ਵੀ ਆਪਣੇ ਨਾਲ ਆਏ ਹੋਏ ਆ ਉਹਨਾਂ ਨਾਲ ਕਰਦੇ ਆਪਾਂ ਗੱਲਬਾਤ ਇੱਕ ਆਪਣੇ ਬਜ਼ੁਰਗ ਇੱਧਰ ਸਭ ਤੋਂ ਪਹਿਲਾਂ ਇਹਨਾਂ ਦੇ ਕਰੋ ਕੀ ਆਪਣਾ ਕੀ ਨਾਂ ਹੈ ਜੀ ਦਵਿੰਦਰ ਸਿੰਘ ਹਾਂਜੀ ਪੱਖੋਵਾਲ ਪੱਖੋਵਾਲ ਤੋਂ ਆਏ ਬਾਈ ਜੀ ਪੱਖੋ ਬਿੱਕਰ ਪੱਖੋਵਾਲ ਵਾਲੇ ਹਾਂਜੀ ਠੀਕ ਹੈ ਜੀ ਆਪਾਂ ਬਾਈ ਦੇ ਫਰੈਂਡ ਆ ਜਾਂ ਕਿਵੇਂ ਫਰੈਂਡ ਹੀ ਹੈ ਜੀ ਫਰੈਂਡ ਹੈ ਤੁਸੀਂ ਵੀ ਇਹਨਾਂ ਤੋਂ ਕਬੂਤਰ ਲੈ ਕੇ ਗਏ ਹੋ ਨਹੀਂ ਜੀ ਉਹ ਤਾਂ ਪਿਓ ਪ੍ਰੇਮ ਹੈ ਜੀ ਵੈਸੇ ਮੋਹ ਪ੍ਰੇਮ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਨਾਲ ਇੱਕ ਬਾਪੂ ਜੀ ਬੈਠੇ ਜੀ ਬਜ਼ੁਰਗ ਸਾਡੇ ਸਤਿਕਾਲ ਜੀ ਸਤਿਕਾਲ ਕੀ ਨਾਂ ਹੈ ਜੀ ਆਪਣਾ ਮੱਖਣ ਸਿੰਘ ਜੀ ਮੱਖਣ ਸਿੰਘ ਤੁਸੀਂ ਵੀ ਸ਼ੌਕ ਰੱਖਦੇ ਹੋ ਕਬੂਤਰਾਂ ਦਾ ਬੱਲੇ ਜੀ ਵੱਲੋਂ ਥੋੜੀ ਜੀ ਪੂਰੀ ਚਾਨਣਾ ਪਾਓ ਜੀ ਤੁਸੀਂ ਹਾਂਜੀ ਵੀ ਬਾਈ ਡੰਟੀ ਚੌਂਦ ਦੇ ਪਰਿਵਾਰ ਨਾਲ ਕੀ ਰਿਲੇਸ਼ਨ ਆ ਤੁਹਾਡਾ ਨਹੀਂ ਆਪਣਾ ਮੂੰਹ ਪ੍ਰੇਮ ਹੀ ਹੈ ਜੀ ਆਪਣਾ ਹਾਂ
ਖੜੇ ਹੋ ਕੇ ਗੱਲ ਕਰੋ ਥੋੜਾ ਜਿਹਾ ਬਸ ਨਹੀਂ ਆਉਣਾ ਕਿਹੜਾ ਹੁਣ ਦੱਸੋ ਜੀ ਪ੍ਰੇਮ ਹੈ ਜੀ ਪ੍ਰੇਮ ਹੈ ਪ੍ਰੇਮ ਹੈ ਜੀ ਤੇ ਆਪਣਾ ਪਿੰਡ ਕਿਹੜਾ ਜੀ ਮੋੜ ਮੋੜ ਢਿੱਲ ਮੋੜ ਢਿੱਲ ਮੋੜ ਆਪਣੇ ਕਬੂਤਰ ਰੱਖੇ ਆ ਬਾਜ਼ੀਆਂ ਛੱਡਦੇ ਹਾਂ ਬਾਜ਼ੀਆਂ ਛੱਡਦੇ ਬਾਈ ਅਰਗੇ ਨਾਲ ਹੀ ਜਿੰਨ ਨਾਲ ਹੀ ਛੱਡਦੇ ਤੇ ਤੁਸੀਂ ਤਾਂ ਇਹਨਾਂ ਦੇ ਦਾਦਾ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨਹੀਂ ਜੀ ਮੈਂ ਨਹੀਂ ਜਾਣ ਤੁਸੀਂ ਨਹੀਂ ਜਾਣ ਨਹੀਂ ਨਹੀਂ ਹਾਂ ਇਹਨਾਂ ਦੇ ਪਿਤਾ ਜੀ ਨੂੰ ਜਾਣਦੇ ਪਿਤਾ ਜੀ ਨਾਲ ਉਸ ਤੋਂ ਬਾਅਦ ਪ੍ਰੇਮ ਹਾਂ ਜੀ ਹਾਂ ਹਾਂ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਸਤਿ ਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਵੀਰ ਆਪਣਾ ਕੀ ਨਾਮ ਹੈ ਜੀ ਬਲਜੀਤ ਥੋੜਾ ਜਿਹਾ ਉੱਚੀ ਬੋਲਿਆ ਬਲਜੀਤ ਸਿੰਘ ਬਲਜੀਤ ਸਿੰਘ ਆਪਾਂ ਕਿੱਥੋਂ ਆਏ ਵੀਰ ਜੀ ਮੇਰਾ ਜਾਂਟੀ ਦਾ ਬ੍ਰਦਰ ਹੋ ਸਹਿਯੋਗ ਦਿੰਦੇ ਹੋ ਪੂਰਾ ਬਾਈ ਜੀ ਹਾਂ ਪੂਰਾ ਸਹਿਯੋਗ ਬਾਜ਼ੀਆਂ ਤੇ ਵੀ ਜਾਂਦੇ ਹੋ ਨਾ ਨਹੀਂ ਬਾਜ਼ੀਆਂ ਤੇ ਨਹੀਂ ਜਾਂਦਾ ਜੀ ਘਰੇ ਦਾਣਾ ਘਰੇ ਹਾਂ ਘਰੇ ਦਾਣਾ ਪਾਉਣੇ ਧੰਨਵਾਦ ਜੀ ਤੁਹਾਡਾ ਤੇ ਆਪਾਂ ਵੀਰ ਜੀ ਪਰੰਪਰੇ ਤੋਂ ਪਰੰਪਰੇ ਤੋਂ ਆਪਾਂ ਵੀ ਕਬੂਤਰ ਰੱਖਿਆ ਕੀ ਨਾਂ ਹੈ ਜੀ ਬਿੱਲਾ ਜੀ ਬਿੱਲਾ ਬਿੱਲਾ ਰਾਮਪੁਰਾ ਠੀਕ ਹੈ ਜੀ ਤੇ ਜੰਟੀ ਨਾਲ ਕੀ ਲਿਆਜ ਹੈ ਬਹੁਤ ਜ਼ਿਆਦਾ ਪ੍ਰੇਮ ਹੈ ਜੀ ਪ੍ਰੇਮ ਹੈ ਜੀ ਆਪਣਾ ਠੀਕ ਹੈ ਇਹਨਾਂ ਨਾਲ ਬਜ਼ੁਰਗਾਂ ਦੇ ਨਾਲ ਬਾਈਆਂ ਬੁਜ਼ੀਆਂ ਤੇ ਜਾਂਦੇ ਰਹੇ ਜੀ 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 ਥੈਂਕ ਯੂ ਜੀ ਹਾਂਜੀ ਇੱਕ ਹੋਰ ਆਪਣੇ ਆਏ ਆ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਜੀ ਆਪਣਾ ਮੇਰਾ ਧੀਰਾ ਜੀ ਧੀਰਾ ਜੀ ਕਿਹੜੇ ਪਿੰਡ ਤੋਂ ਮੇਰਾ ਦਰਾਜ ਪਿੰਡ ਦਰਾਜ ਪਿੰਡ ਜੀ ਆਪਾਂ ਵੀ ਸ਼ੌਕ ਹੈ ਜੀ ਕਬੂਤਰਾਂ ਦਾ ਸ਼ੌਕ ਹੈ ਜੀ 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 ਬਾਕੀ ਜਾਂਟੀ ਨਾਲ ਰਿਸ਼ਤੇਦਾਰੀ ਵਾਲੇ ਵਿੱਚੋਂ ਜੀ ਮੈਂ ਬਿਆਹ ਮੈਂ ਤੁਸੀਂ ਇੱਥੇ ਸਹੁਰੇ ਸਹੁਰੇ ਆ ਤੁਹਾਡੇ ਠੀਕ ਆ ਜੀ ਅੱਜ ਵੇਖੋ ਜੀ ਚਿਹਰਾ ਨਹੀਂ ਰਲਦਾ ਬਾਈ ਦਾ ਜਿਵੇਂ ਕਹਿੰਦੇ ਹੁੰਦੇ ਆ ਹਾਂਜੀ ਪਿੰਡ ਦੇ ਮੌਜੂਦ ਸਾਬਕਾ ਸਰਪੰਚ ਸਾਬਕਾ ਸਰਪੰਚ ਸਾਹਿਬ ਦੇ ਜਵਾਈ ਸਾਹਿਬ ਹੈ ਜੀ ਅਜੋ ਵੇਖੋ ਜੀ ਚਿਹਰਾ ਹੀ ਨਹੀਂ ਰਲਦਾ ਜੀ ਸਹੁਰੇ ਆਏ ਬੰਦੇ ਦਾ ਤਾਂ ਹਾਂਜੀ ਨਹੀਂ ਗੱਲ ਇੱਕ ਵੱਖਰੀ ਹੁੰਦੀ ਹੈ ਜੀ ਸਹੁਰਿਆਂ ਦੀ ਖੁਸ਼ੀ ਥੋੜੀ ਜਿਹੀ ਅਲੱਗ ਹੁੰਦੀ ਹੈ ਜੁੱਤੀ ਜਾਤੀ ਪਾ ਕੇ ਬੰਦਾ ਮੜਕ ਨਾਲ ਥੋੜੀ ਜਿਹੀ ਉਹ ਫੀਲਿੰਗ ਵੱਖਰੀ ਆ ਜਾਂਦੀ ਹੈ ਚਾਹੀਦੀ ਹੈ ਜੀ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਜੀ ਹਸਮੁਖ ਸੁਭਾਅ ਤੁਹਾਡਾ ਤੇ ਇੱਕ ਖਾਸ ਆਪਣਾ ਵੀਰ ਸਤਿ ਸ੍ਰੀ ਅਕਾਲ ਜੀ ਥੋੜਾ ਇੱਧਰ ਹੋ ਜਾਓ ਪਾਈਪ 'ਚ ਨਾ ਆ ਜਾਓ ਖਾਸ ਇੱਕ ਜਾਣਕਾਰੀ ਹੈ ਕਿ ਵੀਰ ਜਿਹੜਾ ਕਿ ਕਬੂਤਰ ਚੋਰੀ ਹੋ ਜਾਂਦੇ ਆ ਉਹਨਾਂ ਦੇ ਵਾਸਤੇ ਇੱਕ ਬਾਈ ਨੇ ਬਹੁਤ ਵਧੀਆ ਇੰਜੀਨੀਅਰ ਹੈ ਬਾਈ ਇੱਕ ਅਲਾਰਮ ਤਿਆਰ ਕੀਤਾ ਉਹਦੇ ਬਾਰੇ ਜ਼ਰੂਰ ਦੱਸੋ ਜੀ ਸਾਰੇ ਕਬੂਤਰ ਖਿਡਾਰੀ ਵੀਰਾਂ ਨੂੰ ਵੀ ਤੁਸੀਂ ਉਹ ਕਿਵੇਂ ਅਲਾਰਮ ਤਾਂ ਤਿਆਰ ਕੀਤਾ ਤੁਹਾਡਾ ਮੋਬਾਈਲ ਨੰਬਰ ਪਿੰਡ ਕਿੰਨੇ ਦਾ ਉਹ ਅਲਾਰਮ ਹੈ ਸਤਿ ਸ੍ਰੀ ਅਕਾਲ ਜੀ ਵੀਰ ਜੀ ਜਿਵੇਂ ਕਿ ਮੈਂ ਹੀ ਰੋਜ਼ ਯੂਟਿਊਬ 'ਤੇ ਜਾਂ ਵਟਸਐਪ ਗਰੁੱਪਾਂ ਦੇ ਵਿੱਚ ਦੇਖਦੇ ਬਹੁਤ ਸਾਰੇ ਵੀਰਾਂ ਦੇ ਕਬੂਤਰ ਚੋਰੀ ਹੁੰਦੇ ਸੀ ਅਤੇ ਮੈਂ ਕਈ ਵਾਰ ਸੋਚਦਾ ਸੀ ਕਿ ਸ਼ਾਇਦ ਕਿ ਲੋਕ ਅਣਗਹਿਲੀ ਕਰ ਰਹੇ ਨੇ ਕਿ ਜੇ ਇਹਨਾਂ ਦਾ ਬਚਾਅ ਕਿਉਂ ਨਹੀਂ ਕਰ ਰਹੇ ਅਤੇ ਮੈਂ ਤਾਂ ਆਪਣੇ ਖੁੱਡੇ ਦੇ ਉੱਤੇ ਇੱਕ ਅਲਾਰਮ ਸਿਸਟਮ ਲਗਾਇਆ ਸੀ ਜੋ ਕਿ ਮੈਂ ਫਸਟ ਟਾਈਮ ਆਪਣੇ ਲਗਾਇਆ ਸੀ ਅਤੇ ਇੱਕ ਉਸਤਾਦ ਜਿਵੇਂ ਕਿ ਪਹਿਲਾਂ ਵੀ ਮੈਂ ਵੀਡੀਓ ਵਿੱਚ ਦੱਸਿਆ ਕਿ ਭੁੱਲੂ ਛੋੜਾ ਜੀ ਦੇ ਲਗਾਇਆ ਸੀ ਬਜ਼ੁਰਗ ਸੀ ਕਹਿੰਦੇ ਸੀ ਕਿ ਉੱਪਰ ਨਹੀਂ ਜਾ ਹੁੰਦਾ ਅਤੇ ਮੈਨੂੰ ਸਿਸਟਮ ਲਗਵਾ ਦਿਓ ਮੈਂ ਉਹਨਾਂ ਦੇ ਬਣਾ ਕੇ ਲਗਾਇਆ ਸਰ ਇਹ ਸਿਸਟਮ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੇ ਨਾਲ ਜਿੱਥੇ ਕੈਮਰਾ ਜਾਂ ਕੋਈ ਹੋਰ ਉਪਕਰਨ ਕੰਮ ਨਹੀਂ ਕਰਦਾ ਉੱਥੇ ਪ੍ਰੋਪਰ ਕੰਮ ਕਰਦਾ ਇਹ ਇਲੈਕਟ੍ਰੋਨ ਇਲੈਕਟ੍ਰੀਕਲੀ ਹੈ ਇਲੈਕਟ੍ਰੋਨਿਕ ਸਿਸਟਮ ਹੈ ਇਹ ਬਿਜਲੀ ਦੀ ਸਪਲਾਈ ਦੇ ਨਾਲ ਓਪਰੇਟ ਹੁੰਦਾ ਉਹਦੇ ਨਾਲ ਹੀ ਚੱਲਦਾ ਹੈ ਅਤੇ ਸਰ ਜੇ ਕੋਈ ਜਿਵੇਂ ਕਿ ਦੱਸਿਆ ਜਾਂਦਾ ਕੋਈ ਛੱਤ ਪੁੱਟੇ ਦੀਵਾਰ ਤੋੜੇ ਜਾਲੀ ਤੋੜੇ ਦਰਵਾਜ਼ਾ ਖੋਲ੍ਹੇ ਖਿੜਕੀ ਪੁੱਟੇ ਹਰ ਤਰ੍ਹਾਂ ਦੇ ਨਾਲ ਕੰਮ ਕਰਦਾ ਹੈਗਾ ਇਹ ਹੂਟਰ ਸਿਸਟਮ ਹੈ ਅਲਾਰਮ ਹੈ ਆਵਾਜ਼ ਨਾਲ ਜੋ ਹੈਗਾ ਮਾਲਕ ਨੂੰ ਜਗਾ ਦਿੰਦਾ ਹੈ ਇਹਦੀ ਜੋ ਕੀਮਤ ਹੈਗੀ ਆ ਨੋਰਮਲ ਮੈਂ ਸਿੱਧੇ ਸਿੱਧੇ ਦੱਸੂੰਗਾ ਸਰ ਇਹਦਾ ਜੋ ਪੈਨਲ ਆ ਕੰਟਰੋਲ ਪੈਨਲ ਬਣਦਾ ਹੈ ਉਹ ਸਰ 4,000 ਰੁਪਏ ਦੇ ਵਿੱਚ ਕੰਟਰੋਲ ਪੈਨਲ ਤਿਆਰ ਹੁੰਦਾ ਹੈ ਉਸ ਤੋਂ ਬਾਅਦ ਜਿੰਨੇ ਵੀ ਦਰਵਾਜ਼ੇ ਪਰ ਖਿੜਕੀ ਪਰ ਦਰਵਾਜ਼ਾ ਜਿਹੜਾ ਹੈਗਾ ਸਰ 1,000 ਕੁ ਰੁਪਏ 800 ਤੋਂ ਲੈ ਕੇ 1,000 ਕੁ ਰੁਪਏ ਖਰਚਾ ਆਉਂਦਾ ਸਰ ਇਹਦਾ ਮੈਕਸੀਮਮ ਜਿਹੜਾ ਹੈਗਾ ਆ ਅਤੇ ਬਾਕੀ ਇਹਦੇ ਨਾਲ ਜਿਹੜੇ ਕਬੂਤਰ ਆ ਪੂਰੇ ਸੇਫ ਹੋ ਜਾਂਦੇ ਆ ਇਹ ਡੇਅਰੀ ਪਲਾਂਟਾਂ ਦੇ ਵਿੱਚ ਫਾਰਮ ਹਾਊਸਾਂ 'ਚ ਘਰਾਂ ਦੇ ਵਿੱਚ ਦੁਕਾਨਾਂ 'ਤੇ ਕਿਤੇ ਵੀ ਲਗਾਇਆ ਜਾ ਸਕਦਾ ਅਤੇ ਬਾਕੀ ਤੁਸੀਂ ਸਰ ਦੇਖਿਆ ਹੀ ਹੈਗਾ ਆ ਅਤੇ ਮੋਬਾਈਲ ਨੰਬਰ ਜ਼ਰੂਰ ਬੋਲੋ ਮੇਰਾ ਮੋਬਾਈਲ ਨੰਬਰ ਹੈ ਸਰ 9888306910 9888306910 ਪੰਜਾਬੀ 'ਚ ਵੀ ਜ਼ਰੂਰ ਬੋਲੋ ਜੀ 9883069910 9883069910 ਮੇਰਾ ਮੋਬਾਈਲ ਨੰਬਰ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਵੀ ਵੀਰ ਦੇ ਕਬੂਤਰ ਚੋਰੀ ਹੋਣ ਦਾ ਡਰ ਹੈ ਵੀਰ ਨਾਲ ਸੰਪਰਕ ਇਸ ਨੰਬਰ 'ਤੇ ਕਰ ਸਕਦਾ ਜੀ ਅਤੇ ਆਪਦੇ ਖੁੱਡਿਆਂ ਦੀ ਸੇਫਟੀ ਜਿਹੜਾ ਅਲਾਰਮ ਲਵਾ ਸਕਦਾ ਆਓ ਅਗਲਾ ਇੱਕ ਵੀਰ ਹੋਰ ਬੈਠਾ ਗੱਲਬਾਤ ਕਰ ਰਿਹਾ ਕੀ ਨਾਂ ਜੀ ਕਰਨੀ ਸਿੰਘ ਜੀ ਕਰਮਜੀਤ ਸਿੰਘ ਕਿੱਥੋਂ ਆਏ ਹੋ ਰਾਮਪੁਰਾ ਅਤੇ ਜੋ ਥੋੜ੍ਹਾ ਜਿਹਾ ਆਪਣੇ ਜਾਣਕਾਰੀ ਵੀਰਾਂ ਨੂੰ ਕਬੂਤਰਾਂ ਵਾਲਿਆਂ ਨੂੰ ਕਿਵੇਂ ਆਪਾਂ ਨੂੰ ਸ਼ੌਕ ਪਿਆ ਕਿਵੇਂ ਸ਼ੌਕ ਜੀ ਇਹੀ ਸਾਡੇ ਉਸਤਾਦ ਜੀ ਬਿੱਟੂ ਰਾਮਪੁਰਾ ਜੀ ਇਹਨਾਂ ਵਾਲੇ ਬਾਜ਼ੀਆਂ 'ਤੇ ਜਾਂਦੇ ਰਹੇ ਜੀ ਹਾਂਜੀ ਇੱਥੋਂ ਸ਼ੌਕ ਗਿਆ ਜੋੜੇ ਹੁੰਦੇ ਸੀਗੇ ਪਹਿਲਾਂ ਲੱਗੇ ਕਬੂਤਰ ਰੱਖਦੇ ਸੀਗੇ ਜੀ ਉਹਨਾਂ ਨੂੰ ਛੱਤਰੀ 'ਤੇ ਬਹਾ ਲੈਂਦੇ ਉਹ ਛੱਤਰੀ 'ਤੇ ਗਿੱਜ ਜਾਂਦੇ
ਅਸੀਂ ਦੂਜੇ ਕਬੂਤਰ ਦੇਖੇ ਕਿ ਵੱਧ ਉੱਡਦੇ ਇਹ, ਫਿਰ ਉਹ ਦੂਜੇ ਕਬੂਤਰ ਹੌਲੀ ਹੌਲੀ ਸ਼ੌਕ ਪੈ ਗਿਆ। ਹਾਂਜੀ ਹਾਂ, ਇੱਥੋਂ ਸ਼ੌਕ ਪੈ ਗਿਆ ਜੀ। ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੱਚੇ ਬਾਈ ਜੰਟੀ ਜੌਨ ਦੇ ਚੇਲੇ, ਉਹਨਾਂ ਨਾਲ ਗੱਲਬਾਤ ਆਪਾਂ ਕਰਾਂਗੇ ਕਬੂਤਰਾਂ ਦੇ ਨਾਲ ਨਾਲ, ਕਬੂਤਰ ਦਿਖਾਉਣੇ ਨਾਲ ਨਾਲ ਉਹਨਾਂ ਦਾ ਆਪਾਂ ਗੱਲਬਾਤ ਰਾਹੀਂ ਇੰਟਰਵਿਊ ਕਰਾਵਾਂਗੇ। ਸਭ ਤੋਂ ਪਹਿਲਾਂ ਤਾਂ ਜਿਹੜਾ ਕਬੂਤਰ ਨੇ ਆਪਾਂ ਨੂੰ ਫੜਾਇਆ ਹੱਥ ਦੇ ਵਿੱਚ, ਬਾਈ ਜੰਟੀ ਜੌਨ ਦਾ ਕਬੂਤਰ ਤੁਹਾਨੂੰ ਚੰਗੀ ਤਰ੍ਹਾਂ ਵਿਖਾ ਦਈਏ ਜੀ। ਖੱਟੀਆਂ ਅੱਖਾਂ ਵਿੱਚ ਲਾਲ ਜੁੱਟ ਹੈ ਅਤੇ ਕਾਠੀ, ਜਿਹਨੂੰ ਆਪਾਂ ਕਾਠੀ ਕਹਿ ਸਕਦੇ ਹਾਂ, ਉੱਤੋਂ ਕਾਠੀ ਬਣੀ ਹੋਈ ਹੈ ਜੀ ਕਬੂਤਰ ਦੀ। ਕਿਹੜੀ ਨਸਲ ਚੋਂ ਹੈ ਜੰਟੀ ਜੀ? ਇਹ ਨਸਲ ਉਹੀ ਹੈ ਜੀ, ਇਹ ਹਜ਼ਾਰ ਵਾਲੇ ਕਬੂਤਰ, ਹਜ਼ਾਰ ਵਾਲੇ ਕਬੂਤਰੀ ਜੀ। ਇਹ ਆਪਣੇ ਕੋਲ ਸਭ ਤੋਂ ਵੱਡਾ ਕਬੂਤਰ ਹੈ, ਇਹ ਜਾਣੀ ਜੀ ਵੱਡਾ ਕਬੂਤਰ ਦਾ ਜਿਹੜਾ ਪਿਓ ਦਾ ਹੀ ਚੱਲ ਗਿਆ ਸੀਗਾ ਜੀ, ਇਹਦਾ ਪੱਠਾ ਹੈ ਜੀ। ਇਹ ਬਾਜੂ ਬੂਜ ਵੀ ਕੋਈ ਨਹੀਂ ਛੱਡੇ, ਨਸਲ ਵਾਸਤੇ ਬੰਦ ਕਰ ਲਿਆ ਸੀ, ਪਰ ਊਂ ਇਹਦੇ ਜਿੰਨੇ ਕਬੂਤਰ ਛੱਡੇ ਜੀ ਵੱਧ ਕੱਢਦਾ, ਹੋਰ ਕੋਈ ਨਹੀਂ, ਸ਼ਾਹ ਅੱਖੇ ਬੱਚੇ ਕੱਢਦਾ ਜੀ ਸ਼ਾਹ। ਹਾਂਜੀ ਹਾਂਜੀ, ਚਾਹੇ ਕਹੀਂ ਮਰਜ਼ੀ ਕਬੂਤਰੀਆਂ ਲਾ ਦਿਓ, ਸ਼ਾਹ ਅੱਖੇ ਕੱਢਣੇ ਆ। ਐਤਕੀ ਕਬੂਤਰੀਆਂ ਬਦਲ ਕੇ ਲਾਏ ਜਾਣੇ, ਇੱਕ ਰੱਤਾ ਪੱਠਾ ਜੀ ਅਤੇ ਦੋ ਕਬੂਤਰ ਹੋਰ ਕੱਢਿਆ, ਬਹੁਤ ਸੋਹਣੀ ਡਾਂਡ ਕਰਦੇ ਜੀ ਇਹਦੇ ਬੱਚੇ, ਅਤੇ ਪਿੰਡ ਪੁੰਡ ਵੀ ਨਹੀਂ ਛੱਡਦੇ ਜੀ। ਠੀਕ ਹੈ, ਹਾਂਜੀ ਹਾਂਜੀ। ਇਹਦੀ ਉਮਰ ਹੋਊਗੀ ਤਕਰੀਬਨ 7 ਸਾਲ, 7 ਸਾਲ ਦੀ ਉਮਰ ਹੋਊਗੀ। ਜਿਹੜੇ ਵੀ ਇਹਨਾਂ ਦੇ ਤੁਸੀਂ ਪੱਠੇ ਕਢਾਏ ਆ, ਹਾਂਜੀ ਬਹੁਤ ਵਧੀਆ ਉੱਡੇ। ਹਾਂ ਜੀ, ਵਧੀਆ ਉੱਡੇ ਆ ਬਾਕੀ ਚੇਲਿਆਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਦੂਜੇ ਕਬੂਤਰ ਦੀ, ਵੀਰ ਦੇ, ਜੋ ਕਿ ਜੌਂਸਰਾ ਜੀ, ਛਿੱਟ ਹੈ ਇਹਦੇ ਕਾਲੇ ਧੌਣ 'ਤੇ ਸਿਰ 'ਤੇ, ਬਾਕੀ ਦਾ ਸਫੈਦ ਚਿੱਟਾ, ਚਿੱਟੀਆਂ ਅੱਖਾਂ ਜੀ ਇਹਦੀਆਂ ਥੋੜ੍ਹੀਆਂ ਜੀਆਂ, ਨਾ ਚਿੱਟੀਆਂ ਕਹਿ ਸਕਦੇ ਹਾਂ ਨਾ ਪੀਲੀਆਂ ਕਹਿ ਸਕਦੇ ਹਾਂ, ਕਿਉਂਕਿ ਮਿਰਚ ਦਾਣਾ ਆਪਾਂ ਕਹਿ ਸਕਦੇ ਹਾਂ, ਸਾਈਡ 'ਤੇ ਮਿਰਚ ਦਾਣਾ ਬਣਿਆ ਹੋਇਆ ਜੀ, ਪੀਲ ਪੀਲ ਜੀ ਮਾਰ, ਪੀਲ ਜੀ ਮਾਰਦਾ ਜੀ। ਇਹ ਕਿਹੜਾ ਕਬੂਤਰਾਂ 'ਚੋਂ ਹੈ ਜੀ? ਇਹ ਕਬੂਤਰ ਵੀ ਹਜ਼ਾਰ ਵਾਲਿਆਂ 'ਚ, ਹਜ਼ਾਰ ਵਾਲਿਆਂ 'ਚ। ਇਹ ਆਪਾਂ ਬਾਜੀ ਛੱਡਿਆ, ਇਹ ਤਾਂ 12-13 ਬਾਈਆਂ ਛੱਡਦਾ ਜੀ, 13 ਬਾਜ 2-3 ਸਾਲਾਂ ਦੇ ਵਿੱਚ ਛੱਡਿਆ। ਇਹ 2-3 ਮੁਸਰਾਂ ਵੀ ਜਿੱਤਿਆ ਜੀ, ਜੀ ਐਲ ਈ ਡੀ ਵੀ ਜਿੱਤਿਆ ਜੀ, ਇਹ ਜੀ ਪੱਖਾ ਵੀ ਜਿੱਤਿਆ ਜੀ, ਜੀ ਅਤੇ ਬਾਕੀ ਇੱਕ ਠੱਲਾ ਵੀ ਜਿੱਤਿਆ ਜੀ, ਚਾਂਦੀ ਦੀਆਂ ਠੱਲਾਂ। ਹਾਂਜੀ, ਅਤੇ 12-13 ਬਾਈਆਂ ਦੇ ਵਿੱਚੋਂ ਵੀ 6-7 ਜਿੱਤਿਆ ਜੀ, ਸਹੀ ਹਕੀਕਤ ਦੇ ਵਿੱਚ 7-5 ਆ ਰਿਹਾ ਜੀ। ਲਓ ਜੀ, ਆਹ 13 ਬਾਜੀਆਂ ਜਿੱਤੀਆਂ ਬਾਈ ਦੇ ਕਬੂਤਰ ਨੇ, ਅਤੇ ਥੋੜ੍ਹਾ ਜਿਹਾ ਚਾਨਣਾ ਪਾਓ ਜੀ, ਕਿਹੜੀ ਕਿਹੜੀ ਬਾਜੀ ਕਿੱਥੇ ਕਿੱਥੇ ਜਿੱਤਿਆ? ਇਹ ਬਾਜੀ ਇੱਕ ਤਾਂ ਜੀ ਜਿੱਥੇ ਐਲ ਸੀ ਡੀ ਜਿੱਤਿਆ ਸੀਗਾ ਜੀ, ਉਹ ਪਿੰਡ ਦਾ ਫਿਰ ਦਿਮਾਗ 'ਚੋਂ ਨਾਂ ਨਿਕਲ ਗਿਆ ਜੀ, ਜੀ ਬਿਕਰ ਨਾਲ ਕਬੂਤਰ ਜਾਂਦੀ, ਇਹ ਬਿਕਰ ਅਤੇ ਸਾਡਾ ਦੋਨਾਂ ਦੇ ਕਬੂਤਰ ਸਾਂਝਾ ਹੋਇਆ ਸੀ ਜੀ, ਅਤੇ ਉਹ ਐਲ ਈ ਡੀ ਜਾਂਦੀ, ਕਹਿਣ ਦਾ ਮਤਲਬ ਸਾਂਝੀ ਹੋ ਗਈ ਸਾਡੀ, ਅਤੇ ਉਹ ਪੈਸੇ ਦੇ ਕੇ ਮੈਂ ਐਲ ਈ ਡੀ ਉਹਨਾਂ ਤੋਂ ਲੈ ਲਈ ਸੀ। ਇਹ ਕਬੂਤਰ ਉੱਥੇ ਉੱਡਿਆ ਜਾਂਦਾ, ਬਹੁਤ ਜ਼ੋਰ ਲਾਇਆ ਜੀ ਇਹ ਕਬੂਤਰ ਨੇ, ਅਤੇ ਬਿਕਰ ਦਾ ਕਬੂਤਰ ਵੀ ਬਹੁਤ ਸੋਹਣਾ ਉੱਡਿਆ ਸੀਗਾ ਜੀ ਆਪਣੇ ਨਾਲ। 4 ਕਬੂਤਰਾਂ ਦੀ ਬਾਜੀ ਸਾਂਝੀ ਹੋਈ ਸੀਗੀ, ਉਹ ਰਾਏਕੋਟ ਦੇ ਨਾਲ ਪਿੰਡ ਆਈ, ਉੱਥੇ ਦਿਮਾਗ ਵਿੱਚ ਨਿਕਲ ਗਿਆ ਜੀ, ਪੱਖੋਵਾਲ ਦੇ ਨਾਲ ਹੀ ਹੈ ਜੀ ਉਹ। ਕੀ ਨਾਮ ਰੱਖਿਆ ਉਸ ਤੋਂ ਬਾਅਦ ਇਹਦਾ, 13 ਬਾਜੀਆਂ ਜਿੱਤਣ ਤੋਂ ਬਾਅਦ ਇਹਦਾ ਕੀ ਨਾਮ? ਮੈਂ ਤਾਂ ਇਹਨੂੰ ਐਲ ਈ ਡੀ ਵਾਲਾ ਹੀ ਕਹਿੰਦਾ, ਐਲ ਈ ਡੀ ਵਾਲਾ ਕਹਿੰਦੇ ਤੁਹਾਡਾ ਇਹ ਐਲ ਈ ਡੀ ਵਾਲਾ ਕਬੂਤਰ? ਹਾਂਜੀ, ਉਦੋਂ ਬਾਅਦ ਦੂਸਰਾ ਵੀ ਛੱਡਤਾ ਜੀ ਕਈ, ਉਦੋਂ ਬਾਅਦ ਗੱਜਣ ਵਾਲੇ ਵੀ ਛੱਡਿਆ ਜੀ ਦੂਸਰਾ, ਉੱਥੇ ਚਲੋ ਕੁਛ ਕਾਰਨਾਂ ਕਰਕੇ ਮੈਂ ਵੀਡੀਓ ਦੇ ਵਿੱਚ ਦੱਸਣਾ ਨਹੀਂ ਚਾਹੁੰਦਾ ਜੀ, ਇਹ ਕਬੂਤਰ ਹਾਰ ਗਿਆ ਸੀ, ਜਾਣੀ ਜਿੱਥੇ ਛੱਡਤਾ ਜੀ ਉੱਥੇ ਹੀ ਖੜਾ ਰਿਹਾ ਸੀਗਾ ਜੀ, ਕੁਝ ਸ਼ਰਾਰਤੀ ਅਨਸਰ ਜੀ ਜਿਹਨਾਂ ਨੇ ਕੋਈ ਗਲਤ ਕਰਤਾ ਸੀ ਕਦਮ, ਤਾਂ ਇਹ ਕਬੂਤਰ ਆ ਕੇ ਜਾਣੀ ਨਹੀਂ ਬਹਿ ਗਿਆ ਸੀਗਾ ਜੀ, ਉੱਥੇ ਵੀ 7-7 ਹਾਰਿਆ ਸੀਗਾ। 13 ਬਾਜੀਆਂ ਜਿੱਤੀਆਂ ਜੀ ਇਸ ਕਬੂਤਰ ਨੇ ਵੀਰ ਦੇ ਨੇ, ਜੋ ਕਿ 1000 ਵਾਲਾ ਕਬੂਤਰ। ਲਓ ਜੀ, ਵੀਰ ਜੰਟੀ ਜਿਉਂ ਦੇ ਚੇਲੇ ਲੈ ਕੇ ਆਏ ਆ ਕਬੂਤਰ, ਕੀ ਨਾਂ ਵੀਰ ਆਪਣਾ? ਕੁਲਦੀਪ ਸਿੰਘ ਕੱਦੂ, ਕਬੂਤਰਾਂ ਵਾਲੇ ਕੱਦੂ ਦੇ ਨਾਂ ਤੋਂ ਜਾਣਦੇ। ਕਿਹੜੀ ਜਗ੍ਹਾ ਤੋਂ ਵੀਰ? ਸਹਿਜੜਾ, ਕਾਫੀ ਪਿੰਡ ਸੁਣਿਆ। ਕਬੂਤਰ ਵੀ ਲੱਗ ਜਾ ਲੈ ਕੇ ਆਏ ਆ, ਇਹਦੇ ਮੌਜ ਹੈ ਜੀ ਪੈਰ ਦੇ ਸਾਈਡ 'ਤੇ, ਆਪਣੀ ਨਹੀਂ ਦੇਖੋ ਕੋਚਰ ਮੌਜਾ, ਥੋੜ੍ਹੇ ਜਿਹੇ ਇੱਥੇ ਵੀ ਇਹਦੇ ਆਏ ਹੋਏ ਆ ਖੰਭ ਮੌਜੇ। ਅੱਖਾਂ ਇਹਦੀਆਂ ਹੈਗੀਆਂ ਜੀ ਚਿੱਟੀਆਂ, ਜਿਵੇਂ ਕਿ ਪਿਓਰ ਹਜ਼ਾਰ ਵਾਲੇ ਕਹਿ ਦਿੰਦੇ ਨਾ ਆਪਾਂ ਕਬੂਤਰ ਵੀ, ਚਿੱਟੀਆਂ ਅੱਖਾਂ ਦੇ ਸੀ, ਆਹ ਜਮਾਂ ਪਿਓਰ ਹੈ ਜੀ, ਮੁੱਢੋਂ ਹੈ ਜੀ, ਜਮਾਂ ਮੁੱਢੋਂ ਹੈ ਜੀ ਹਜ਼ਾਰ ਵਾਲਾ। ਤਿੰਨ ਭਾਈ ਹੈ ਜੀ, ਤਿੰਨ ਭਰਾ ਇਹਦੇ? ਠੀਕ ਹੈ ਜੀ। ਲਓ ਜੀ, ਕੀ ਖਾਸੀਅਤ ਹੈ ਜੀ ਇਹਦੇ 'ਚ? ਥੋੜ੍ਹਾ ਜਿਹਾ ਆਪਾਂ ਵੀ ਤੁਹਾਨੂੰ ਵੀ ਪੁੱਛੀਏ, ਚੇਲੇ ਹੋ ਇਹਨਾਂ ਦੇ? ਉਹਨਾਂ ਦੇ ਬੱਚੇ ਬਹੁਤ ਵੱਡੇ ਸਾਡੇ ਕੋਲ, ਮਤਲਬ ਕਿ ਵੀਰ ਨੇ ਛੋਟੇ ਪਿੰਡਾਂ ਤੋਂ ਬਾਜੀ ਜਿੱਤਣ ਵਾਲੇ ਕਬੂਤਰ ਨੇ।
ਵੀ ਵੀਰ ਨੇ ਕੁਛ ਨਹੀਂ ਲਿਖੋਇਆ ਤੁਹਾਡੇ ਤੋਂ, ਤੁਹਾਨੂੰ ਕਬੂਤਰ ਉਹੀ ਸਾਵੇਂ ਦਿੱਤੇ। ਬਿਲਕੁ�ਲ ਜੀ, ਬਹੁਤ ਵਧੀਆ। ਇਹ ਵੀ ਬਾਜ਼ੀਆਂ ਛੱਡਿਆ ਜੀ ਆਪਾਂ ਕਬੂਤਰ? ਨਹੀਂ, ਇਹ ਕਬੂਤਰ ਵੀ ਨਸਲ ਵਾਸਤੇ ਕਬੂਤਰ ਸਾਵੇਂ ਕਰਨ ਵਾਲਾ ਨਸਲ ਵਾਸਤੇ ਰੱਖ ਲਓ। ਵਾਕਿਆ ਜੀ ਇੱਕ ਡਾਉਣ ਵਾਲਾ ਕਬੂਤਰ ਹੀ ਹੈ ਨੀਗਾ ਜੀ। ਚੰਗੀ ਤਰ੍ਹਾਂ ਦੇਖੋ ਜੀ ਤੁਸੀਂ ਇੱਕ ਕਬੂਤਰ ਨੂੰ, ਇਹਦੀ ਅੱਖ ਦਾ ਜਿਹੜਾ ਅੱਖ ਦੇ ਵਿੱਚ ਦੇਖੋ, ਇਹ ਪੋਤਾ ਜੀ ਇਹਦਾ ਕੋਈ ਫਰਕ ਨਹੀਂ ਕਹਿ ਸਕਦਾ ਜੀ। ਇਹ ਆਪਾਂ ਦਿਖਾਉਂਦੇ ਜੀ ਇੱਕ ਰਿਆ, ਦੇਖੋ ਦਾਣਾ ਦਿਖਾ ਦਈਏ ਇਹਦੇ ਅੱਖ ਦੇ ਵਿੱਚ। ਪਿਓਰ ਹਜ਼ਾਰ ਵਾਲਾ ਕਬੂਤਰ ਜੀ, ਬਿੱਲੀਆਂ ਅੱਖਾਂ, ਜਿਵੇਂ ਤੋਤੇ ਪਹਾੜੀ ਤੋਤੇ ਦੀ ਅੱਖ ਹੁੰਦੀ ਹੈ ਉਸ ਤਰ੍ਹਾਂ ਜੀ। ਚਿੱਟੇ ਬੱਚੇ ਉਸ ਕਬੂਤਰ ਦਾ ਜਿਹੜਾ ਤੁਹਾਨੂੰ ਪਹਿਲਾਂ ਡਾਇਆ ਨਹੀਂ, ਉਹਦਾ ਪੁੱਤ, ਇਹਦੇ ਵੀ ਉਸੇ ਤਰ੍ਹਾਂ ਹੀ ਮੌਜ ਹੈ। ਇਹ ਬਾਜੀ ਛੱਡਿਆ ਜੀ, ਇਹ ਵੀ ਛੱਡਿਆ ਜੀ, ਮੈਂ ਕਬੂਤਰ ਬੰਦ ਹੀ ਕਰ ਲਾਂ ਨਸਲ ਵਾਸਤੇ। ਇਹਨਾਂ ਦੇ ਹੋਰ ਬੱਚੇ ਬੁੱਚੇ ਆਪਣੇ ਕੋਲ ਬਹੁਤ ਵੱਡੇ ਵੱਡੇ ਮੌਜਾਂ ਤੇ ਅੱਖਾਂ ਕੱਢ ਜਾਂਦਾ ਉਹ ਨਹੀਂ ਡਾਇਆ ਨਾ ਹੀ ਮੈਂ ਨਸਲ ਵਾਸਤੇ। ਬਸ ਇਹਦੇ ਨਾਲ ਦੇ ਮੇਰੇ ਕੋਲ ਹੋਰ ਬਹੁਤ ਬੈਠੇ ਜੀ ਚੇਲੇ। ਲਓ ਜੀ ਆਹ ਇੱਕ ਕਬੂਤਰ ਹੋਰ ਦਿਖਾਉਂਦੇ ਹਾਂ ਤੁਹਾਨੂੰ, ਮੇਨ ਇਹਨਾਂ ਦਾ ਕਰੋ ਜੀ, ਕਿਸੇ ਜਾਲ ਦੇ ਵਿੱਚ ਛੱਡ ਕੇ। ਬਹੁਤ ਪਿਆਰਾ ਕਬੂਤਰ ਹੈ ਜੀ ਤੁਹਾਡਾ, ਇਹ ਭਾਜੀ ਛੱਡਿਆ ਸੀ। ਲਓ ਜੀ ਅੱਗੇ ਲੈ ਕੇ ਆਏ ਨੇ ਟੀਰਾ ਕਬੂਤਰ, ਦੋਨੇ ਅੱਖਾਂ ਤੋਂ ਟੀਰਾ ਜੀ, ਵਰਲਡ ਹੈ, ਥੋੜੇ ਪਾਸੇ ਹੋ ਜੂਗਾ ਘੱਟ ਹੈ, ਬਣਦਾ ਆਉਂਦਾ ਇੱਧਰ। ਇਹ ਬਾਜੀ ਛੱਡਿਆ ਜੀ ਆਪਾਂ? ਇਹ ਬਾਜੀਆਂ ਦੋ ਛੱਡਿਆ ਜੀ, ਦੋ ਬਾਜੀਆਂ ਛੱਡ, ਤਿੰਨ ਬਾਜੀਆਂ ਛੱਡਿਆ ਜੀ, ਇੱਕ ਬਾਜੀ ਹਾਰ ਗਿਆ ਸੀਗਾ, ਇਹ ਦੋ ਬਾਜੀ ਜਿੱਤੇ, ਦੋ ਬਾਜੀਆਂ ਜਿੱਤੇ ਲੁਧਿਆਣੇ ਦੀ ਛੱਡਿਆ, ਲੁਧਿਆਣੇ ਦੀ ਛੱਡਿਆ ਜੀ। ਬਹੁਤ ਖੂਬਸੂਰਤ ਕਬੂਤਰ ਹੈ, ਤਿੰਨ ਬਾਜੀਆਂ ਛੱਡਿਆ ਜਿਹਨਾਂ ਤੋਂ ਦੋ ਵੀਰ ਦੇ ਕਬੂਤਰ ਨੇ ਬਾਜੀਆਂ ਜਿੱਤੀਆਂ। ਉੱਧਰ ਆਪਣੇ ਚੇਲੇ ਵੀ ਹੋਣਗੇ, ਦੇਖਿਆ ਹੋਣਾ ਤੁਸੀਂ ਉੱਡਦਾ ਕਬੂਤਰ, ਵਧੀਆ ਉੱਡਦਾ, ਠੀਕ ਹੈ ਜੀ। ਥੋੜ੍ਹਾ ਜਿਹਾ ਜ਼ਿਆਦਾ ਟੀਰ ਆ, ਬਹੁਤ ਹੀ ਖੂਬਸੂਰਤ, ਥੋੜ੍ਹੇ ਜਿਹੇ ਜੋ ਕਿ ਮੋਟੇ ਇਹਦੇ ਖੰਭ ਹੈ, ਕਈ ਕਬੂਤਰਾਂ ਦੇ ਬਰੀਕ ਖੰਭ ਹੁੰਦੇ ਨੇ ਲੰਬੇ। ਇਸ ਨਸਲ ਨੇ ਨਾ ਬਣਾਇਆ, ਜਿੰਨਾ ਬਣਾਇਆ। ਲਓ ਜੀ ਅੱਗੇ ਵੀਰ ਦੇ ਲਾਲ ਸ਼ਰਟ ਪਾਈ ਆ ਚੇਲੇ ਜਿਹੜੇ ਲੈ ਕੇ ਆਏ ਆ ਲਾਲ ਚੀਨੀ ਵੱਖਰੀ, ਵੱਡਾ ਕਬੂਤਰ ਹੈ ਜੀ, ਵੱਡਾ ਕਬੂਤਰ ਹੈ ਜੀ ਲਾਲ ਚੀਨਾ। ਦੇਖੋ ਜੀ ਪੂਰਾ ਲਾਲ ਚੀਨਾ ਕਬੂਤਰ, ਅੱਖਾਂ ਪੀਲੀਆਂ ਜੀ ਇਹਦੀਆਂ, ਕੀ ਖੂਬੀ ਹੈ ਜੀ ਇਹ ਕਬੂਤਰ ਵੀ ਨਸਲ ਵਾਸਤੇ ਬੰਦ ਕਰ ਲਿਆ ਸੀ, ਇਹਦੇ ਇਹਦੀ ਨਸਲ ਇੰਨੀ ਉੱਡਦੀ ਜੀ ਆਪਾਂ, ਜਿਹੜੀ ਤਿਸਰਾ ਚੌਸਰਾ ਜਿੱਤਦੇ ਆ ਕਬੂਤਰ ਦੇ ਜਿੱਤਦੇ ਆ, ਤਿਸਰਾ ਚੌਸਰਾ ਇਹਦੇ ਜਿੱਤਦੇ, ਜਿਹੜੀ ਬੂਲ ਛੱਡੀ ਸੀ ਕਬੂਤਰੀ ਇਹਦੀ ਆਪਣੀ ਜੀ, ਜੀ ਜੀ ਇਹਦੀ ਸਕੀ ਸੀਗੀ ਜੀ, ਧੀ ਸੀਗੀ ਇਹਦੀ ਅਤੇ ਸ਼ਾਹ ਕੀ ਸੀਗੀ ਜੀ ਉਹ ਕਬੂਤਰੀ ਆਪਣੇ ਕੋਲ, ਜੀ ਜਿਹੜੀ ਬੈਠੀ ਆਪਣੇ ਕੋਲ ਇਸ ਦੇ ਉੱਡਦੇ ਜੀ। ਇਹ ਵੀ ਨਸਲ ਵਾਸਤੇ ਰੱਖ ਲਿਆ, ਇਹ ਵੱਡਾ ਕਬੂਤਰੀ ਹੈ ਜੀ, ਮਤਲਬ ਇਹ ਹੋਰ ਵੀ ਲਾਲ ਚੀਨੇ ਕੱਢ ਦਿੰਦੇ ਆ, ਲਾਲ ਚੀਨੇ ਕੋਈ ਨਿਕਲਦਾ ਨਹੀਂ, ਲਾਲ ਚੀਨੇ ਹੈ ਬਸ ਸਿਰ ਤੋਂ ਟੋਪੀ ਕੱਢਦੇ ਜੀ ਆਪ ਹੀ ਲਾਲ ਚੀਨਾ, ਠੀਕ ਹੈ ਜੀ। ਕਬੂਤਰ ਇੱਕ ਲੈ ਕੇ ਆਈ, ਦੋ ਕਬੂਤਰ ਕੱਢਿਆ ਐਤਕੀ ਨੇ ਲਾਲ ਚੀਨੇ, ਇੱਕ ਸ਼ਾਹ ਕੀ ਕੱਢੀ ਲਾਲ ਚੀਨੇ, ਠੀਕ ਹੈ ਜੀ। ਲਓ ਜੀ ਇਹਦੇ ਬਾਰੇ ਵੀ ਚਾਨਣਾ ਪਾਓ, ਇਹ ਹੈ ਖੱਟੀਆਂ ਅੱਖਾਂ, ਬਹੁਤ ਗੂੜੀਆਂ ਜ਼ਿਆਦਾ ਖੱਟੀਆਂ ਜੀ, ਅਤੇ ਪੂਰੀ ਪਿੰਕ ਚੁੰਝ ਹੈ ਦੀ ਜੀ, ਕੀ ਖਾਸੀਅਤ ਹੈ ਜੰਟੀ ਜੀ ਇਸ ਕਬੂਤਰ? ਇਹਨੇ ਪਹਿਲੀ ਬਾਜੀ ਦਾ ਜੀ ਕਨੇਜ ਛੱਡਿਆ ਸੀਗਾ ਜੀ, ਸਾਡੇ ਕੋਲ ਰਾਤ ਨੂੰ ਹੱਥ ਨਹੀਂ ਲੱਗਿਆ ਸੀਗਾ ਜੀ, ਜੀ ਇਹ ਰਾਤ ਨੂੰ ਹੱਥ ਨਾਲ ਲੱਗਿਆ, ਹੁਣ ਤੜਕੇ ਤਾਂ ਕਿਸੇ ਨੇ ਰਾਤ ਨੂੰ ਦਾਣੇ ਦੂਣੇ ਪਾ ਦੇ ਜੀ ਇਹਨੂੰ, ਅਤੇ ਚਲੋ ਇਹਦੇ ਠੱਲ ਪਾਈ ਵੀ ਸੀ ਉਹ ਬੰਦੇ ਨੂੰ, ਚਲੋ ਖੂਨ ਕੀਤਾ ਠੱਲ ਮੇਰੇ ਨਾਂ ਦੀ ਨਹੀਂ ਸੀ, ਆਪਣਾ ਮੁੰਡਾ ਰੁਪਿੰਦਰ ਸੀ ਉਸੇ ਤੋਂ ਜੀ, ਉਹਦੇ ਚਾਚਾ ਜੀ ਦਾ ਠੱਲ ਉੱਤੇ ਨੰਬਰ ਲਿਖਿਆ ਜੀ, ਉਹਦੇ ਕੋਲ ਨੰਬਰ ਵੱਗ ਗਿਆ ਜੀ ਫੋਨ, ਉਹ ਸਾਨੂੰ ਬਾਅਦ 'ਚ ਪਤਾ ਲੱਗਿਆ ਜਦੋਂ ਤੜਕੇ ਸੀ ਕਬੂਤਰ ਸਾਂਭ ਕੇ ਉੱਥੇ ਗਏ ਤਾਂ ਸਾਨੂੰ ਇਹ ਕਬੂਤਰ ਮਿਲ ਗਿਆ, ਇਹ ਅਸੀਂ ਤੜਕੇ ਸਾਂਭ ਕੇ ਛੱਡਤਾ ਜੀ, ਰਾਤ ਨੂੰ ਉੱਤੇ ਹੀ ਰਹਿ ਗਿਆ ਸੀਗਾ ਜੀ, ਸੱਚ ਵੀ ਜਿੱਤ ਗਿਆ ਜੀ, ਅਤੇ ਉਦੋਂ ਬਾਅਦ ਤਾਂ ਬਾਜੇ ਬਹੁਤ ਛੱਡਿਆ ਜੀ, ਇਹਦੀ ਇੱਕ ਖਾਸੀਅਤ ਜਿੱਥੋਂ ਛੱਡਦੇ ਉੱਥੇ ਖੜਾ ਰਹਿੰਦਾ ਜੀ, ਅਤੇ ਭੁੱਖਾ ਇਹ ਇੱਥੋਂ ਇੱਥੇ ਵੀ ਨਹੀਂ ਉੱਡਦਾ, ਦੂਜਿਆਂ ਨਾਲ ਖਾਲੀਆਂ ਜੀ ਪਾਣੀ ਪੀ ਜਾਂਦਾ ਜੀ।
ਕਿੰਨੀਆਂ ਬਾਜ਼ੀਆਂ ਛੱਡ ਲਿਆ ਤੁਸੀਂ? ਇਹ ਮਤਲਬ ਜੀ 14 ਬਾਜ਼ੀਆਂ ਛੱਡਤਾ ਜੀ। ਇਹ ਕਬੂਤਰ ਵੀ 14 ਬਾਜ਼ੀਆਂ? ਇਹ ਕਬੂਤਰ ਜਿੱਤਿਆ 5-6 ਬਾਜ਼ੀਆਂ, ਮੈਨੂੰ ਸਹੀ ਗੱਲ ਦੱਸੀ ਜੀ। ਜਿਹੜੀ ਹਕੀਕਤ ਹੈ ਕੀ ਤਾਂ ਆਪਾਂ ਕਹੀ ਵੀ 14-14 ਜਿੱਤੀਆਂ ਨਹੀਂ ਜੀ, 7-8 ਬਾਜ਼ੀਆਂ ਜਿੱਤੀਆਂ ਜੀ। 7 ਹਰ ਗਿਆ, 7 ਹਰ ਗਿਆ, ਫੜਿਆ ਨਹੀਂ ਜਾਂਦਾ ਸੀ, ਕਹਿਣ ਦਾ ਮਤਲਬ ਹਾਰਿਆ ਵੀ ਆਇਆ ਜੀ, ਉੱਤੇ ਉੱਤੇ ਰਹਿ ਰੂ ਜਾਂਦਾ ਜੀ, ਛੱਡਦਿਆਂ ਨੂੰ ਮੈਂ ਜ਼ਿਆਦਾ ਦੱਸਿਆ ਜੀ। ਚੌਦਾਂ ਬਾਜ਼ੀਆਂ ਵੀਰ ਦੇ ਕਹਿਣ ਤੇ 15 ਬਾਜ਼ੀਆਂ ਛੱਡਿਆ ਸੀ, ਜਿਹਨਾਂ ਤੋਂ 8 ਜਿੱਤੀਆਂ ਤੇ 7 ਹਾਰ ਗਿਆ। ਹੁਣ ਇਹ ਬੱਚਿਆਂ ਵਾਸਤੇ ਜਿੰਨੇ ਵੀ ਕਬੂਤਰ ਤੁਹਾਨੂੰ ਦਿਖਾ ਰਹੇ ਹਾਂ ਆਪਾਂ, ਇਹ ਬੱਚਿਆਂ ਵਾਲੇ ਆ ਵੱਡੇ ਕਬੂਤਰ, ਦਿਖਾਓ ਜੀ ਬੱਚਿਆਂ ਵਾਸਤੇ ਰੱਖੇ ਹੋਏ ਆ ਉਹ ਕਬੂਤਰ ਵਿਖਾ ਰਹੇ ਹਾਂ। ਬਾਜ਼ੀਆਂ ਜਿਹੜੀਆਂ ਨੇ ਜਿੱਤੀਆਂ ਉਹ ਤੁਹਾਨੂੰ ਬਾਅਦ 'ਚ ਦਿਖਾਵਾਂਗੇ। ਕਰਤਾ ਜੀ ਸਟਾਰਟ, ਦਿਖਾਵਾਂਗੇ ਤੁਹਾਨੂੰ ਆਪਾਂ ਬੜੀ ਗਲਤੀ ਜਿਉਣ ਦੇ ਕਬੂਤਰ। ਸ਼ੇਅਰ ਕਰਦੇ ਹੋ ਜੀ ਸਾਰੇ ਜਿੰਨੇ ਵੀ ਵੀਰ ਆ, ਬਾਕੀ ਕਿਸੇ ਵੀ ਵੀਰ ਨੇ ਕਰਾਉਣੀ ਹੁੰਦੀ ਸਾਹਮਣੇ 170-35 ਕੋਈ ਵੀ ਵੀਰ ਕਰੂਗਾ ਪਹਿਲੀ ਭਾਜੀ ਸਾਡੀ ਕਮਾਲਪੁਰ ਉੱਥੇ ਲੰਮੇ ਜੱਟਪੁਰੇ ਆਪਣਾ ਵਾਲਾ ਉਹ ਜੀਤ ਬਾਈ ਵਾਲੀ ਟੱਪ ਗਾਂ ਟੱਪ ਗਈ ਆਪਣਾ ਬਹਿ ਗਿਆ ਉਹਦੇ ਮੋਟਰਸਾਈਕਲ ਤੇ, ਉਦਾਂ ਹੀ ਹੋਣੀ ਵਧੀਆ ਹੋਈ ਪਹਿਲੀ ਦੀ। ਲੋਕਾਂ ਨੂੰ ਰੱਬ ਵਾਂਗੂ ਪੂਜਦੇ ਆ ਪਰ ਵਿੱਚੋਂ ਬੰਦਾ ਪਤਾ ਨੀ ਉਹ ਕੀ ਹੈ, ਉਹ ਮੈਂ ਜਾਣਦਾ ਫਿਰ ਤਾਂ ਦੂਜੇ ਦਾ ਬਈ ਬੰਦੇ ਨੀ। ਉਹੀ ਗੱਲ ਕਹੀ ਸੀ, ਲੋਕ ਕਹਿ ਦਿੰਦੇ ਫਲਾਨਾ ਪਾਣੀ ਪਾਣੀ ਨਾਲ ਕਬੂਤਰ ਕਬੂਤਰ ਇੱਕ ਹੀ ਜਿੱਤਣਾ ਹੁੰਦਾ, ਠੀਕ ਹੈ ਮਿਹਨਤਾਂ ਰੰਗ ਨਹੀਂ ਜੀ ਲਵਾਇਆ ਨਹੀਂ।
हाँ जी, सत श्री अकाल जी। इन्हें सरदार सौण सिंह जो कि जंटी जौन के दादा जी, सरदार जसबीर सिंह बादल रोडा, बाबा जी पाग, जिन्होंने इन्होंने बाजियां उड़ाइया जी। टोटल मैनु लगता पंजाब के जिन्हें भी पुराने खिडारी है सारे स्वर्गीय सौण सिंह जानते होंगे जी जौंदा तो। अज उन्हों का जोड़ा पोतरा है उन्हें नाम चमका रहा जी जंटी जौंद। इन्हें स्वर्गीय मिठू सिंह जी जंटी जौन के फादर, इन्होंने भी बहुत वधिया कबूतरबाजी च मल्ला मारियां, क्योंकि इन्हों का जो खानदानी आप कह सकते हैं जो रीति रिवाज तुर आ कबूतरबाजी का, इन्ह तो बाद हूँ बई जंटी जौन जी जो कि कबूतरबाजी को संभाल रहे हैं तो आपका नाम भी रोशन कर रहे हैं। ये उन्होंने फादर है जी मिठू सिंह। हरबंत सिंह बिजली बोर्ड च लगे सी, नाल नाल कबूतरबाजी का शौक से जी, इन्हें उन्होंने ताया जी। ये जंटी वीर दे इधर जिहड़ियां कबूतरियां वीर, हाँ जी हाँ जी, इधर वड्डियां कबूतरियां है वीर दियां जो कि रोक लिया कर। एक कड़ी कबूतरी है नीला रंग लगे, ये कबूतरी प्योर हजार वाली है जी, ये प्योर हजार वाली है जी। बच्चों वास्ते है, बच्चों वास्ते मुगरे ये चार बाइयां छड़ी सी, दो जित गई सी दो हार गई सी। ठीक है जी, क्लोज करो। उस तो अगे आ गई जी शाह आखी कबूतरी। हाँ जी, ਇਹ ਕਬੂਤਰੀ ਵੀ ਸ਼ਾਹ ਆਖੀ ਹੈ ਜੀ। ਉਹ ਜਿਹੜਾ ਕਬੂਤਰ ਤੁਹਾਨੂੰ ਦਿਖਾਇਆ ਸੀ ਡਬਲ, ਵੀ ਸ਼ਾਹ ਆਖੇ ਕੱਢਦਾ ਜੀ। ਜੀ ਜੀ, ਇਹ ਜਿਹੜੀਆਂ ਸ਼ਾਹ ਆਖੀਆਂ ਕੱਢਦਾ ਮੈਂ ਬੰਦ ਕਰ ਲੈਣਾ ਜੀ। ਠੀਕ ਹੈ, ਉਹ ਇਹ ਵੀ ਨਸਲ ਵਾਸਤੇ ਰੱਖੇ ਹੋਏ ਜੀ। ਬਾਕੀ ਇੱਕ ਇਹ ਨਸਲ ਵਾਸਤੇ ਰੱਖ ਕੇ ਇਹਦੀ ਭੈਣ ਛੱਡੀ ਸੀ ਬਾਜੀ, ਉਹ ਜਿੱਤ ਕੇ ਉੱਤੇ ਰਹਿ ਗਈ ਸੀ, ਮੁੜ ਕੇ ਸਾਡੇ ਹੱਥ ਨਹੀਂ ਲੱਗੀ। ਠੀਕ ਹੈ, ਇਹ ਉਹਦੀ ਭੈਣ ਸੀਗੀ। ਇੱਕ ਉਸ ਤੋਂ ਉੱਤੇ ਆ ਗਿਆ ਵੀਰ ਜੀ ਲਾਲ ਚੀਨਾ ਕਬੂਤਰ। ਹਾਂ ਜੀ, ਕਬੂਤਰੀ ਹੈ ਜੀ ਲਾਲ ਚੀਨੀ। ਹਾਂ ਜੀ, ਇਹ ਕਿਹੜਿਆਂ ਚੋਂ ਹੈ ਜੀ? ਇਹ ਕਬੂਤਰੀ ਜੀ ਉਹ ਅਸੀਂ ਪੁੰਨੂ ਵਾਲਿਆਂ ਦੀ ਕਹਿ ਦਿੰਦੇ ਹਾਂ ਜੀ। ਜੀ ਹਾਂ, ਪਰ ਉਹ ਇਹ ਸਾਡੇ ਕਬੂਤਰਾਂ ਨੇ ਕੱਢੀ ਉਹਨਾਂ ਨੇ ਹੈ ਜੀ, ਹਜ਼ਾਰ ਵਾਲਿਆਂ ਨੇ, लाल गला वीर कबूतर बैठा जी, मूहरे बैठी है जी, हजार वाले पट्टी है जी, लीले रंग वाली कबूतरी दिखाई, पर लाल गला कबूतर आ गया जिहड़ा। हां जी हां, ओ किहड़ियां चो है? ओ लाल सिर, ओ भी हजार वाले दी, हजार वाले है जी अपने। ਇਹ ਜਿੰਨੇ ਖੱਟੀਆਂ ਜੀ ਕਹਿਣ ਦਾ ਮਤਲਬ ਚਿੱਟੀਆਂ ਵਾਲਾ ਜੀ, ਖੱਟੀਆਂ ਵਾਲੇ ਮਿਸ ਪਾ ਕੇ ਇਹ ਕਬੂਤਰ ਕਢਾਏ ਹੋਏ ਜੀ। ਸਾਰੇ ਬੇਣ ਵੱਡੇ ਕਬੂਤਰ ਹੈ ਜੀ, ਵਧੀਆ ਉੜਦੇ ਜੀ ਕਹਿਣ ਦਾ। ਇੱਕ ਜਿਹੜਾ ਰੱਤਾ ਆ ਗਿਆ, ਰੱਤਾ ਇਹ ਆਪਣੇ ਮੁੰਡੇ ਜੀ ਕਟਾਈ ਹੋ ਯਾਰ ਮਿੱਤਰ ਆਈ, ਚੇਲੇ ਵੀ ਕਹਿੰਦੇ ਉਹਨਾਂ ਨੂੰ ਜੀ, ਜਿਹੜਾ ਐਤਕੀ ਬਾਜੀ ਗੁਣਾ ਚਾਰ ਹੋਈ ਸੀਗੀ ਜੀ। ਜੀ, ਇਹ ਉਹ ਕਬੂਤਰ ਦਾ ਪਿਓ ਆ ਜੀ, ਉੱਥੋਂ ਸਾਡਾ ਕਬੂਤਰ ਜਾਣੀ ਦੀ ਅਸਲ ਬਹੁਤ ਚੰਗਾ ਫਿਰਦਾ ਜੀ, ਉਹਨੂੰ ਲਗਣ ਮਾਰ ਕੇ ਸਿੱਟ ਗਿਆ ਸੀ ਮੋਟਰਸਾਈਕਲ ਤਕਰੀਬਨ ਜਾਣੀ ਦੀ, ਅਸੀਂ ਜਿੱਤਿਆ ਜੀ ਉੱਥੇ। ਮੈਂ ਉੱਥੇ ਦੋ ਕਬੂਤਰ ਛੱਡੇ ਜੀ, ਇੱਕ ਕਾਕੇ ਚੰਨਣ ਦਾ, ਜਿਹੜੇ ਕਬੂਤਰ ਨੇ ਮੋਟਰਸਾਈਕਲ ਜਿੱਤਿਆ ਉਹ ਕਾਕੇ ਚੰਨਣ ਵਾਲਾ ਸੀ। ਕਹਿਣ ਦਾ ਮਤਲਬ ਵੀ ਜੇ ਕਬੂਤਰ ਨੂੰ ਉਹ ਇਹਦੇ ਬੱਚੇ ਨੂੰ ਲਗਣ ਨਾ ਛੱਡ ਕੇ ਜਾਂਦਾ ਤਾਂ ਉਹ ਮੋਟਰਸਾਈਕਲ ਦਾ ਹੱਕਦਾਰ, ਅਸਲ ਉਹ ਪੂਰਾ ਕੰਪੀਟੀਸ਼ਨ ਲੜਦਾ ਸੀਗਾ ਜੀ। ਹਾਂ, ਉਹ ਬੱਚਾ ਸੀ, ਉਹ ਜੋੜਾ ਮੈਂ ਚੱਕ ਲਿਆ ਸੀਗਾ ਜੀ ਉਹਨਾਂ ਕੋਲੋਂ। ਇਹ ਉਹਦਾ ਪਿਓ ਆ ਜੀ ਉਸ ਕਬੂਤਰ ਦਾ, ਆਹ ਕਬੂਤਰੀ ਬੈਠੀ ਹੈ ਜਿਹੜੀ, ਇਹ ਉਹਦੀ ਮਾਂ ਜੀ, ਇਹ ਉਹਦੀ ਮਾਂ। ਹਾਂ, ਉਹ ਬੱਚੇ ਨੇ, ਇਹ ਮੇਰੇ ਕੋਲੇ ਆ ਜੀ, ਮੇਰੇ ਕੋਲੇ ਬੱਚੇ ਖੜਾਏ ਇਹਨਾਂ ਦੇ, ਸੱਤ ਅੱਠ ਬੱਚੇ ਹੈਗੇ ਜਿਹੜਾ ਗੁਣਾ ਚੌਰ ਤੁਸੀਂ ਬਾਜੀ ਛੱਡਿਆ, ਜਿਹੜੇ ਗੁਣਾ ਚੌਰ ਇਸ ਵਾਰ ਮੋਟਰਸਾਈਕਲ ਜਿੱਤੇ ਆ ਜੀ। ਜੀ, ਹਾਂਜੀ, ਇਹ ਲਾਗਰ ਸਿੱਟ ਗਏ ਸੀ, ਇਹਦਾ ਪੁੱਤ ਜੀ ਬਾਅਦ ਬਹੁਤ ਚੰਗਾ ਫਿਰਦਾ ਸੀਗਾ ਜੀ ਦੂਸਰ ਦੇ ਵਿੱਚ। ਇੱਕ ਆਹ ਥੱਲੇ ਬੈਠਾ ਲਾਲ ਦਾੜੀ ਵਾਲਾ ਕਬੂਤਰ, ਜਿਹਨੂੰ ਆਮ ਗਾਲੜਾ ਵਾਲੇ ਵੀ ਕਹਿ ਦਿੰਦੇ ਆ। ਇਹ ਕਬੂਤਰੀ ਜੀ ਬਾਜੀ ਛੱਡੀ ਜੀ ਦੂਸਰ ਦੀ ਜੀ, ਚਲੋ ਮੈਂ ਉਹ ਪਿੰਡ ਦਾ ਨਾਂ ਨਹੀਂ ਵਾਲਾ ਦੇਖ ਕੇ ਕਹਿੰਦਾ ਵੀ ਸਾਡੀ ਆ ਜਾਂ ਫਲਾਨੀ ਆ ਜੀ। ਇਹ ਕਬੂਤਰੀ ਸਾਡੇ ਰਾਤ ਨੂੰ ਛਤਰੀ ਤੇ ਬਹਿ ਗਈ ਸੀਗੀ ਜੀ, ਦੂਸਰੇ ਦਿਨ ਮੈਂ ਸਾਂਭ ਕੇ ਵੀ ਲੈ ਗਿਆ ਜੀ ਦੂਸਰ ਦੇ ਵਿੱਚ, ਤਾਂ ਉੱਥੋਂ ਕਿਸੇ ਨੇ ਕਬੂਤਰ ਦੀ ਹਾਮੀ ਨਹੀਂ ਭਰੀ ਸੀ, ਇਹ ਕਬੂਤਰੀ ਜਾਂਦੀ ਰਾਤ ਨੂੰ ਦੂਸਰੇ ਦੇ ਵਿੱਚ ਰਹੀ, ਦੂਜੇ ਨੇ ਸਾਡੇ ਸਤਰੀ ਤੇ ਬਹਿ ਗਈ ਸੀ, ਇਹ ਕਬੂਤਰੀ ਮੇਰੇ ਕੋਲ ਉੱਥੋਂ ਆਈ ਵੀ ਹੈ ਜੀ, ਜਾਂ ਇਹਦੇ ਬੱਚੇ ਬਹੁਤ ਵਧੀਆ ਆਇਆ ਹੀ ਨਹੀਂ ਲੈਣ, ਨਹੀਂ ਕੋਈ ਲੈਣ ਨਹੀਂ ਆਇਆ ਜੀ, ਲੈਣ ਨਹੀਂ। ਹਾਂ, ਮੈਂ ਦੂਸਰੇ ਵੀ ਸਾਂਭ ਕੇ ਲੈ ਗਿਆ ਸੀ ਇਹਨੂੰ ਜੀ। ਬਹੁਤ ਵਧੀਆ ਗੱਲ ਬਾਈ ਜੰਟੀ ਤੇਰੀ ਵੀ, ਜਿਹੜਾ ਤੂੰ ਆਹ ਅੱਜ ਵੀਡੀਓ ਦੇ ਵਿੱਚ ਦੱਸ ਰਿਹਾ ਕਿ ਬਾਜੀ ਤੇ ਕਬੂਤਰੀ ਲੈ ਕੇ ਗਿਆ ਸੀ ਪਰ ਕੋਈ ਲੈਣ ਹੀ ਨਹੀਂ ਆਇਆ ਜੀ, ਜਾਂ ਜੀ ਉਹਨੂੰ ਜ਼ਿਆਦਾ ਹੋ ਗਿਆ ਵੀ ਕਬੂਤਰ ਸਾਡਾ ਆਇਆ ਨਹੀਂ ਹੱਥ, ਵੀ ਦੂਜੇ ਦਿਨ ਉਹ ਬੰਦੇ ਨਹੀਂ ਆਏ, ਬੰਦੇ ਨਹੀਂ ਆਏ। ਹਾਂ ਜੀ, ਤੁਸੀਂ ਲੈ ਕੇ, ਅਸੀਂ ਕਬੂਤਰੀ ਸਾਂਭ ਕੇ ਲੈ ਗਏ ਸੀ ਬਾਜੀ ਦੇ ਵਿੱਚ ਵੀ ਸੀਗੀ ਜੀ, ਜਾਂ ਫਿਰ ਆਪਾਂ ਛੱਡੀ ਨਹੀਂ ਜਦੋਂ ਉੱਥੇ ਮਾਲਕ ਹੀ ਹੈ ਨਹੀਂ ਸੀ, ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ, ਇਹ ਚੀਜ਼ ਸੀ। ਅਤੇ ਉੱਤੇ ਇੱਕ ਜੋੜੇ 'ਤੇ ਲਿਆਓ ਜੀ, ਉਹ ਜ਼ੂਮ ਕਰੋ ਪੂਰਾ ਇਹਨੂੰ, ਇੱਕ ਆ ਮੌਜੀ ਅਤੇ ਨਾਲ ਬੈਠਾ ਜੀ ਖੱਟੀਆਂ ਅੱਖਾਂ ਦਾ ਜੋੜਾ,
ਇਹਦਾ ਭਾਈ ਜੀ ਘੁੱਗਣੀ ਚ ਆ ਗਿਆ ਸੀਗਾ ਜੀ, ਇੱਥੇ ਕੋਈ ਆਪਣੇ ਕੋਲ ਅਜੇ ਵੀ ਬੈਠਾ, ਉਹ ਸੱਤ ਅੱਠ ਬਾਈਆਂ ਸਾਡੇ, ਜਿਹਦੇ ਵਿੱਚੋਂ ਪੰਜ ਬਾਈਆਂ ਜਿੱਤ ਗਿਆ ਸੀਗਾ ਜੀ, ਉਹਨੂੰ ਹਰੀ ਲਾਲ ਕਾਂਤ ਵਾਲਾ ਕਬੂਤਰ ਕਹਿਣਾ ਜੀ, ਉਹਦਾ ਰੰਗ ਲੱਗਿਆ ਹੋਇਆ ਸੀ, ਉਹਦੀ ਭੈਣ ਆ ਜੀ ਇੱਕ ਝੂਲੀ ਦੇ ਆ, ਉਹ ਡਾਲਿਆ ਸੀ, ਇਹ ਮੈਂ ਨਸਲ ਵਾਸਤੇ ਬੰਦ ਕਰ ਲਈ ਸੀਗੀ ਜੀ। ਠੀਕ ਹੈ, ਜਾਣੀ ਵਧੀਆ ਉਹਦਾ ਰਿਜ਼ਲਟ ਬਹੁਤ ਵਧੀਆ ਇਹਨਾਂ ਦਾ ਜੀ। ਜੀ ਜੀ ਹਾਂਜੀ। ਸੋ ਵੀਰੋ ਇਹ ਤਾਂ ਸਨ ਵੀਰ ਜੰਟੀ ਜੌਨ ਦੀਆਂ ਜਿਹੜੀਆਂ ਕਬੂਤਰੀਆਂ, ਇਹਨਾਂ ਨੇ ਬਰੀਡ ਵਾਸਤੇ ਅੱਗੇ ਰੱਖੀਆਂ। ਹਾਂਜੀ ਵੀਰ, ਜਿਹੜੇ ਆਪਾਂ ਤੁਹਾਨੂੰ ਬਾਹਰ ਕਬੂਤਰ ਇੱਕ ਇੱਕ ਕਰਕੇ ਦਿਖਾਏ ਸੀ, ਹੁਣ ਤੁਹਾਨੂੰ ਦੂਜੇ ਖੁੱਡੇ ਦੇ ਵਿੱਚ ਦਿਖਾ ਰਹੇ ਹਾਂ ਕਬੂਤਰ ਅਸੀਂ, ਕਿਉਂਕਿ ਹੱਥ ਦੇ ਵਿੱਚ ਫੜੇ ਕਬੂਤਰ ਦੀ ਕੁਛ ਅਲੱਗ ਪਹਿਚਾਣ ਬਣਦੀ, ਜਿਹੜਾ ਆਪਾਂ ਖੁੱਡੇ ਦੇ ਵਿੱਚ ਛੱਡ ਕੇ ਦਿਖਾਉਂਦੇ ਉਹਦੀ ਅਲੱਗ। ਸੋ ਆਹ ਦੇਖੋ ਜੀ ਉਹ ਕਬੂਤਰ, ਉਹ ਕਾਠੀ ਵਾਲਾ ਜਿਹੜਾ ਪਿੱਛੇ ਲਮਕ ਰਿਹਾ ਜੀ, ਨਾਲ ਹੀ ਉਹਨਾਂ ਦੇ ਹਜ਼ਾਰ ਵਾਲੇ ਜਿਹੜੇ ਕਬੂਤਰ ਆ ਉਹ ਗੁੜਕ ਰਿਹਾ ਜੀ, ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਅਸੀਂ। ਆਹ ਲਾਲ ਚੀਨਾ ਦਿਖਾ ਛੱਡੇ ਜੀ, ਇੱਕ ਆ ਗਿਆ ਜੀ ਲਾਲ ਗਲਾ, ਇਹ ਵੀ ਹਜ਼ਾਰ ਵਾਲਿਆਂ ਦੇ ਹਜ਼ਾਰ ਦੌੜਦੀ। ਲਾਲ ਗਲਾ ਆ ਜਿੰਨੇ ਵੀ ਕਬੂਤਰ ਵਿੱਚ ਬੈਠੇ ਆ ਜੀ, ਸਾਰੇ ਤੁਹਾਨੂੰ ਆਪਾਂ ਪਹਿਲਾਂ ਦਿਖਾ ਚੁੱਕੇ ਹਾਂ ਇੱਕ ਇੱਕ ਕਰਕੇ, ਦੁਬਾਰਾ ਫਿਰ ਤੁਹਾਨੂੰ ਖੁੱਡੇ ਦੇ ਵਿੱਚ ਦਿਖਾ ਰਹੇ ਹਾਂ ਜੀ। ਠੀਕ ਹੈ ਜੀ, ਕਾਠੀ ਪਾਈ ਹੁੰਦੀ ਆ, ਥੋੜਾ ਜਿਹਾ ਦਿਖਾਉਂਦੇ ਤੁਹਾਨੂੰ, ਕਾਠੀ ਆ ਗਈ ਜੀ ਪੂਰੀ ਇਹਦੀ, ਆ ਕਾਠੀ ਹੈ ਜੀ ਬਣੀ ਰੰਗ ਦੇ ਨਾਲ। ਇਹ ਵੀਰ ਦੇ ਨੇ ਜੋੜਿਆਂ ਵਾਲੇ ਕਬੂਤਰ, ਵੀਰ ਦੇ ਜਿੰਨੇ ਵੀ ਆ, ਸਮਝ ਲਓ ਇਹ ਵੀਰ ਦੇ ਜਿਹੜੇ ਐਤਕੀ 2019 ਦੇ ਵਿੱਚ ਬਾਜੀਆਂ ਛੱਡਣੀਆਂ ਵੀਰ ਨੇ, ਤੇ ਉਹ ਕਬੂਤਰ ਇੱਕਾ ਕਬੂਤਰ ਤੁਹਾਡੇ ਕੋਲ ਵੱਖਰੀ ਨਸਲ ਦਾ ਬੈਠਾ ਵੀਰ, ਆਹ ਆਹ ਸ਼ਾਹ ਅੱਖਾ ਕਬੂਤਰ, ਉਹ ਜਾਲੀ ਦੇ ਨਾਲ ਇਹ ਕਬੂਤਰੀ ਆਏ ਉਸੇ ਡੱਬ ਵਾਲੇ ਕਬੂਤਰ ਨੇ ਕੱਢੀ ਜੀ, ਕਾਠੀ ਵਾਲੇ ਜਿਹੜੀ ਆਹ ਆਹ ਚੁਗੀ ਜਾਂਦੀ ਆ ਹੁਣ, ਜਿਹੜੀ ਆਹ ਕੱਢੇ ਗਈ ਨਹੀਂ ਸ਼ਾਹ ਅੱਖੀ ਹੈ ਜਿਹਦੇ ਵਿੱਚ ਕਿੱਧਰ ਗਈ ਉਹ, ਆ ਆ ਜਾਂਦੀ ਮੈਂ ਦਿੰਦਾ ਫੜ ਕੇ, ਵਧੀਆ ਨਸਲ ਪਛਾਣਿਆ ਜੀ ਇਹਦੀ, ਹਾਂ ਪਾਣੀ ਦੇ ਕੁੰਡੇ ਦੇ ਜਿਹੜੇ ਇੱਕ ਸ਼ਾਹ ਅੱਖੀ ਕੱਢੀ ਜੀ ਉਹਨਾਂ ਨੇ, ਠੀਕ ਹੈ ਇੱਕ ਸ਼ਾਹ ਅੱਖੀ, ਹਾਏ ਮੈਂ ਨਸਲ ਵਾਸਤੇ ਛੱਡਦਾ ਨਹੀਂ ਬੰਦ ਕਰ ਲਈ, ਬਹੁਤ ਪਿਆਰੀ ਕਬੂਤਰੀ ਇਹਨੂੰ ਕੱਲੀ ਵੀ ਵਿਖਾਵਾਂਗੇ ਆਪਾਂ,
ਕਿਉਂਕਿ ਜਿਹੜੇ ਮੀਰਾ ਵਾਲੇ ਕਬੂਤਰ ਮਸ਼ਹੂਰ ਹੋਏ ਸੀ ਨਾ ਇਹ ਸੇਮ ਉਹਨਾਂ ਦੀਆਂ ਅੱਖਾਂ ਦੇ ਉੱਤੇ ਪਲਕ ਲਾਲ ਅਤੇ ਚੁੰਝ ਭੁੱਖ ਲੈਂਦੀ ਸਾਡੀ ਕਬੂਤਰੀ ਦੇਖ ਕੇ ਤੁਹਾਨੂੰ ਪੱਲੀ ਛੱਡ ਕੇ ਦਿਖਾਵਾਂਗੇ ਹਾਂ ਇਹ ਕਬੂਤਰੀ ਤਾਂਹੀਓ ਮੈਂ ਤੁਹਾਨੂੰ ਪੁੱਛੀ ਵੀ ਕਿਹੜਿਆਂ 'ਚੋਂ ਹੈ ਇਹ ਨਸਲਵਾਦ ਦੇਖੋ ਜੀ ਪਸੰਦ ਹੁੰਦੀ ਆ ਆਪਦੀ ਆਪਦੀ ਪਰ ਹੁਣ ਆਹ ਕਬੂਤਰ ਵੀਰ ਦੇ ਆਪਾਂ ਵੇਖ ਰਹੇ ਸੀ ਅਤੇ ਆਹ ਮੈਨੂੰ ਕਬੂਤਰੀ ਬਹੁਤ ਹੀ ਜ਼ਿਆਦਾ ਜਿਵੇਂ ਕਹਿੰਦੇ ਆ ਨਾ ਪਸੰਦ ਆਈ ਹੈ ਇਹਦੇ ਬਾਰੇ ਚਾਨਣਾ ਪਾਓ ਜੀ ਥੋੜ੍ਹਾ ਜਿਹਾ ਵੀ ਕਿਹੜੇ ਨਸਲ 'ਚੋਂ ਹੈ ਕਿਹੜੀ ਕਬੂਤਰੀ ਹੈ ਇਹਦੇ ਬਾਰੇ ਜ਼ਰੂਰ ਦੱਸੋ ਇਹ ਕਬੂਤਰੀ ਉਸੇ ਜੋੜੇ ਦੀ ਜਿਹੜਾ ਗੁਣਾ ਚਾਰ ਉੱਡਿਆ ਜੀ ਇਹਦਾ ਭਾਈ ਜੀ ਜਿਹੜੇ ਆਪਣੇ ਮੁੰਡੇ ਦੱਸਦੇ ਜੀ ਕਟਹਿਰੀ ਗੰਜ ਰੱਤਾ ਪਿਆ ਹੋਇਆ ਜੀ ਅਤੇ ਚਿੱਟੀਆਂ ਵਾਲੀ ਉਹ ਕਬੂਤਰੀ ਹੈ ਜੀ ਉਹਨਾਂ ਨੇ ਇੱਕ ਹੀ ਕੱਢੀ ਹੈ ਜੀ ਸ਼ਾਹ ਕੀ ਵੈਸੇ ਉੱਡਾਂ ਦੇ ਲਾਇਕ ਵੀ ਹੈ ਨਹੀਂ ਜਿਹਦੇ ਪਰਾਂ ਜਿਹਾ ਫਰਕ ਜਿਹਾ ਪੈ ਗਿਆ ਸੀਗਾ ਅੱਡੇ ਜਿਹੇ ਹੋ ਗਏ ਸੀਗੇ ਜੀ ਅਤੇ ਊਂ ਵੀ ਵੈਸੇ ਆਪਾਂ ਨਸਲ ਵਾਸਤੇ ਰੱਖਣੀ ਸੀਗੀ ਨਸਲ ਵਾਸਤੇ ਰੱਖ ਹਾਂਜੀ ਹਾਂਜੀ ਜੀ 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 ਕਿਉਂਕਿ ਹੀਰਾ ਜਿਹੜਾ ਹੁੰਦਾ ਨਾ ਉਹ ਦੂਰੋਂ ਚਮਕਾ ਮਾਰਦਾ ਹੁੰਦਾ ਬਹੁਤ ਇੰਨੇ ਕਬੂਤਰ ਦੇਖੇ ਜੀ ਹਾਂ ਜੀ ਇਹ ਹੀਰਾ ਹੈ ਹੀਰ ਦਾ ਬਹੁਤ ਵਧੀਆ ਕਬੂਤਰੀ ਹੈ ਜੀ ਨਸਲ ਚੋਂ ਲਾਓ ਜੀ ਕਬੀਰ ਨੇ ਹੋਰ ਕਬੂਤਰੀ ਫੜੀ ਹੈ ਜੀ ਉਸੇ ਲਾਲ ਚੀਨੀ ਦੀ ਜੀ ਜਿਹੜੀ ਆਪਣੀ ਤਿਸਰ ਜਿੱਤੀ ਸੀ ਬੂਲ ਬੂਲ ਤਿਸਰ ਜਿੱਤੀ ਸੀ ਹਾਂਜੀ ਲਾਓ ਜੀ ਬੂਲ ਵਾਲੀ ਕਬੂਤਰੀ ਜਿਹੜੀ ਤਿਸਰ ਜਿੱਤੀ ਸੀ ਉਹ ਵੀ ਵਿਖਾਈਏ ਜੀ ਨਸਲ ਤੁਹਾਨੂੰ ਸ਼ਾਹ ਆਖੀ ਲਾਲ ਗਲੀ ਹੈ ਚਿੱਟੀਆਂ ਦੀ ਜੀ ਚਿੱਟੀਆਂ ਵਾਲੇ ਕਬੂਤਰਾਂ ਦੀ ਹੈ ਜੀ ਇਹ ਟਾਵੇਂ ਟਾਵੇਂ ਹੀ ਕੱਢਦੇ ਜੀ ਇਹੋ ਜਿਹੇ ਕਬੂਤਰ ਪਾਣੀ ਵਾਲੀਆਂ ਅੱਖਾਂ ਜਿਹੜੀਆਂ ਆਪਾਂ ਕਹਿ ਸਕਦੇ ਪਾਣੀ ਪੱਤ ਨਿੱਕੇ ਹੁੰਦੇ ਗੋਲੀਆਂ ਖੇਡਦੇ ਸੀ ਨਾ ਕਹਿੰਦੇ ਪਾਣੀ ਪੱਤ ਦੇ ਨਿਸ਼ਾਨਾ ਨਾਲ ਇਹ ਗੋਲੀ ਹੈ ਅੱਖ ਦੇ ਵਿੱਚ ਉਹ ਗੋਲੀ ਹੈ ਜੀ ਬਿਲਕੁਲ ਜੀ ਇਹ ਲੋਕਾਂ ਦੇ ਨਿਸ਼ਾਨੇ ਲਾਉਂਦੀ ਹੈ ਜੀ ਹੁਣ ਸਹੀ ਹੈ ਨਾ ਜੀ ਵਾਕਿਆ ਜੀ ਪਾਣੀ ਪੱਤ ਅੱਖ ਬਹੁਤ ਵਧੀਆ ਰਿਜ਼ਲਟ ਆਏ ਕਬੂਤਰਾਂ ਪਾਣੀ ਪੱਤ ਅੱਖ ਵੇਖੋ ਜੀ ਇਹਦੀ ਸ਼ਕਲ ਥੋੜੀ ਥੋੜੀ ਮਮਤਾ ਕੋਲ ਕਰਨੀ ਨਾਲ ਮਿਲਦੀ ਹੈ ਨਾ ਉਹ ਜੀ ਉਹ ਡੰਟੀ ਜੀ ਹਾਂਜੀ ਹਾਂਜੀ ਮਮਤਾ ਕੋਲ ਕਰਨੀ ਅਰਕੀ ਨੀ ਥੋੜੀ ਜੀ ਸਹੀ ਗੱਲ ਹੈ ਹੈ ਤਿੱਖੀ ਜੀ ਹੈ ਮੈਂ ਅੱਜ ਨਾਂ ਰੱਖਤਾ ਇਹਦਾ ਮਮਤਾ ਕੋਲ ਕਰਨੀ ਵਾਹ ਠੀਕ ਹੈ ਜੀ ਤੁਹਾਡਾ ਨਾਂ ਲੈ ਕੇ ਠੀਕ ਹੈ ਜੀ ਹਾਂ ਲਓ ਜੀ ਮਮਤਾ ਕੋਲ ਕਰਨੀ ਵਾਕਿਆ ਕਬੂਤਰੀ ਹੈ ਜੀ ਕਿਉਂਕਿ ਇੱਕ ਬਾਈ ਦੇ ਅਸੀਂ ਘਰੇ ਗਏ ਸੀ ਉਹਨੇ ਅਮਿਤਾਬ ਬੱਚਨ ਅਸੀਂ ਨਾਮ ਤਾਂ ਲੈਣਾ ਭੁੱਲ ਗਏ ਬਾਈ ਨੇ ਕਬੂਤਰਾਂ ਦੇ ਨਾਂ ਰੱਖੇ ਸੀ ਅਮਿਤਾਬ ਬੱਚਨ ਧਰਮਿੰਦਰ ਇੱਕ ਦਾ ਰੱਖਿਆ ਅਮਰੀਸ਼ ਪੁਰੀ ਅੱਛਾ ਜੀ ਮੈਂ ਸੋਚਿਆ ਵੀ ਇਹਦਾ ਨਾਂ ਅਮਰੀਸ਼ ਪੁਰੀ ਕਿਉਂ ਰੱਖਿਆ ਅਖੇ ਯਾਰ ਸਾਰਿਆਂ ਨੂੰ ਡਰਾਉਂਦਾ ਇਹਦਾ ਨਾਂ ਤਾਂ ਅਮਰੀਸ਼ ਪੁਰੀ ਰੱਖਿਆ ਚੰਦੂ ਚੀਮੇ ਬਾਠਾਂ ਦੇ ਘਰੇ ਉਹ ਵੀਡੀਓ ਦੀ ਕਲਿੱਪ ਸਾਥੋਂ ਡਿਲੀਟ ਹੋ ਗਈ ਸੀ ਅੱਛਾ ਅੱਛਾ ਅਤੇ ਉਹ ਪਾ ਨਹੀਂ ਸਕੇ ਅਸੀਂ ਉਹਨਾਂ ਨੇ ਸਾਰੇ ਕਬੂਤਰਾਂ ਦੇ ਹੀਰੋ ਹੀਰੋਇਨਾਂ ਦੇ ਨਾਂ ਰੱਖੇ ਸੀ ਅਮਿਤਾਬ ਬੱਚਨ ਮੈਂ ਕਿਹਾ ਇਹਦਾ ਕਿਉਂ ਰੱਖਿਆ ਕਹਿੰਦਾ ਇਹ ਲੰਬਾ ਵਾਲਾ ਬੱਚਾ ਹੁੰਦੇ ਨੇ ਇਹਨੇ ਬਹੁਤ ਮੈਚ ਲਾਇਆ ਜੀ ਆਪਣੇ ਹਾਂਜੀ ਹਾਂਜੀ ਇਹ ਛੱਡੀ ਸੀ ਰੁੜ ਕੇ ਜੀ ਇੱਕ ਪਾਸੇ ਇਹਦੇ ਇੱਕ ਕੰਨੀ ਇੱਕ ਪਾਸੇ ਇਹਦੇ ਦੋ ਕੰਨੀਆਂ ਸੀਗੀਆਂ ਜੀ 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 ਇੱਕ ਪਾਸੇ ਇਹਦੇ ਤਿੰਨ ਸੀ ਦੋ ਸਰ ਵਿੱਚ ਮੋੜਤੀ ਸੀ ਪਰ ਇਹ ਪੂਰਾ ਕੰਪੀਟੀਸ਼ਨ ਲੜਿਆ ਜੀ ਬਾਜੀ ਆਪਣੀ ਹੁੰਦੀ ਨਹੀਂ ਸੀਗੀ ਜੀ ਠੀਕ ਹੈ ਜੀ ਇੱਕ ਉਸਤਾਦ ਜੀਤੇ ਚੰਨ ਵਾਲ ਦਾ ਸੀਗਾ ਜੀ ਇੱਕ ਹੈਪੀ ਸਵਾਲ ਦਾ ਸੀਗਾ ਜੀ ਅਤੇ ਇੱਕ ਕਬੂਤਰ ਹੋਰ ਸੀਗਾ ਤੀਜੀ ਹਰੀ ਸੀਗਾ ਇਹਨਾਂ ਦਾ ਮਤਲਬ ਪਰ ਮੈਚ ਇਹਨੇ ਪੂਰਾ ਫਸਾ ਕੇ ਰੱਖਿਆ ਜੀ ਚਲੋ ਉਹਨਾਂ ਪਤੀ ਸਾਰਿਆਂ ਨੂੰ ਵੀ ਬਾਜੀ ਨਹੀਂ ਹੁੰਦੀ ਇੱਕ ਦੂਜੇ ਨਾਲ ਕਿ ਨਹੀਂ ਬਿਲਕੁਲ ਜੀ ਬਿਲਕੁਲ ਊਂ ਜੀਤਾ ਆਪਣਾ ਭਰਾ ਆਪਾਂ ਉਹਦੇ ਭਰਾ ਆਗੇ ਠੀਕ ਹੈ ਜੀ ਵਧੀਆ ਕਈ ਦਿਨ ਮਿਲ ਵਰਤਣਾ ਪਰ ਇਹ ਬੱਚਾ ਸੀਗਾ ਜੀ ਉਦੋਂ ਇਹ ਕਹਿਣਾ ਮਤਲਬ ਇਹਦੇ ਦੋਨੇ ਪਾਸੇ ਕਿਤੇ ਖੰਭ ਹੁੰਦੇ ਉੱਥੇ ਸਿੱਟ ਗਿਆ ਜੀ ਰਾਤ ਨੂੰ ਇਹ ਹਾਂਜੀ ਵੈਸੇ ਤਾਂ ਮੋਰ ਵੀ ਉਮੀ ਪਈ ਹੈ ਜੀ ਕਰਕੇ ਇਹਦੇ 'ਚ ਕੁਛ ਕਮੀ ਪੈ ਗਈ ਆਪਣੇ ਜਿਹੜੀ ਜੋ ਵੀ ਸੀ ਆਪਾਂ ਨੂੰ ਲੱਗਦਾ ਉਹ ਕਬੂਤਰ ਸੁੱਟੇ ਜੀ ਪਰ ਫਿਰ ਵੀ ਇਹਨੇ ਪੂਰਾ ਕੰਪੀਟੀਸ਼ਨ ਲੜਿਆ ਜੀ ਐਤਕੀ ਕੱਢਾਂਗੇ ਜੀ ਇਸ ਪਹਿਲਾਂ ਸਟਾਰਟਿੰਗ 'ਚ ਇਹੀ ਕੱਢਣੀ ਹੈ ਜੀ ਹਾਂ ਦਿਖਾਵਾਂਗੇ ਜੀ ਐਤਕੀ ਬੱਚੇ ਕਢਾਉਣ ਵਾਸਤੇ ਜੀ ਦੋ ਜੋੜੇ ਉਹਨਾਂ ਕੋਲ ਆਓ ਕਬੂਤਰ ਦਾ ਪੁੱਤ ਐਤਕੀ ਕੱਢਾਂਗੇ ਜੀ ਬਾਜੀ ਵਾਸਤੇ ਆਪਾਂ ਹੈਪੀ ਨੇ ਤੁਹੀਂ ਕਿ ਦੋਨੇ ਜਾਈਏ
ਕਰੀ। ਇਹਦਾ ਮਾਂ ਪਿਓ ਜੀ ਆਪਣਾ ਹਰਬੰਸ ਸਿੰਘ ਰਾਜਾ ਜੀ ਕੋਲੋਂ ਆਇਆ ਸੀਗਾ ਜੀ ਇਸ ਵਾਰ। ਜੀ 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 ਮੈਂ ਲਿਆ ਸੀ ਉਹ ਆਪਣੇ ਕੋਲ 4 ਅੰਡੇ ਧਰੇ ਸੀ ਉਹਨਾਂ ਨੇ ਜੀ। ਜੀ ਦੋ ਬੱਚੇ ਜਿਹਨਾਂ ਦੀ ਆਪਣੇ ਕੋਲ ਨਿਕਲੇ ਸੀ ਅਤੇ 2 ਅੰਡੇ ਖਰਾਬ ਹੋ ਗਏ ਸੀ, ਜਿਹਨਾਂ ਦੇ ਵਿੱਚੋਂ ਆਪਣੇ ਕੋਲ ਇਕੱਲਾ ਇਹੀ ਬੱਚਾ, ਦੂਜਾ ਪੁੱਤਰ ਵੀ ਪੱਠਾ ਵੀ ਬਿਮਾਰ ਹੋ ਕੇ ਮਰ ਗਿਆ। ਇਹ ਉਹਨਾਂ ਦੇ ਜੋੜੇ ਦਾ ਜੀ, ਇਹਨਾਂ ਇਹਦਾ ਪਿਓ ਜੀ ਪੱਖਰ ਵੱਢ ਉਹਨਾਂ ਦਾ ਇਕੱਲਾ ਜਿੱਤਾ ਜੀ, ਬਹੁਤ ਚੰਗੀ ਵਿੱਥ ਪਾ ਕੇ ਜਿੱਤਾ ਜੀ, ਕਾਲਾ ਚੀਨਾ ਪੁੱਤਰ ਸੀ। ਬਾਈ ਜੀ ਹਰਬੰਸ ਰਾਈਆ ਦੇ ਘਰੋਂ? ਹਾਂ ਜੀ ਹਰਬੰਸ ਸਿੰਘ ਰਾਈਆ ਦੇ ਘਰੋਂ ਆਇਆ ਜੀ। ਪਹਿਲੀ ਵਾਰ ਕਬੂਤਰੀ ਜਾਂਦੀ, ਕਹਿਣ ਦਾ ਮਤਲਬ ਆਪਾਂ ਇਹਨਾਂ ਤੋਂ ਲਿਆਏ ਜੀ। ਜੀ ਜੀ ਨਹੀਂ ਆਪਾਂ ਕਦੇ ਕਬੂਤਰ ਨਹੀਂ ਲਿਆਏ ਜੀ। ਵੱਡਾ ਜੋੜਾ ਲੈ ਕੇ ਆਏ ਸੀ ਜੀ? ਹਾਂ ਜੀ ਵੱਡਾ ਜੋੜਾ ਦਿੱਤਾ ਸੀ ਉਹਨਾਂ, ਵੱਡਾ ਜੋੜਾ ਬਾਜੀ ਜਿੱਤਿਆ ਕਬੂਤਰ ਜੀ। ਉਹਦਾ ਪੁੱਤ ਆ ਜੀ, ਦੇਖਦੇ ਜੀ ਅੱਜ ਕੇ ਰਿਜ਼ਲਟ ਆ ਇਹਨਾਂ ਦਾ, ਰਿਜ਼ਲਟ ਤਾਂ ਆਉਣੇ ਆ ਪਰ ਜੀ ਦੋ ਸਟਾਰ ਕਬੂਤਰ ਦਿੱਤਾ ਜੀ ਉਹਨਾਂ ਨੇ। ਬਿਲਕੁਲ ਰਿਜ਼ਲਟ ਆਊਗਾ ਜੀ, ਉਹਨਾਂ ਨੇ ਮਾਣ ਕਰਕੇ ਦਿੱਤਾ ਤੁਹਾਡੇ ਨਾਲ। ਵੈਸੇ ਹੀ ਉਹਦਾ ਇਹ ਆਪਣਾ ਵਧੀਆ ਪਿਆਰ ਹੈ ਜੀ। ਹਾਂਜੀ ਕਲੀਅਰ ਨਹੀਂ ਆਉਣੀ, ਵਧੀਆ ਆਪਣਾ ਹੀ ਆ। ਲਓ ਜੀ ਅੱਗੇ ਮਾਦੀ ਲਿਆਂਦੀ ਆ ਵੀਰ ਨੇ, ਚੰਦ ਬਣਿਆ ਅੱਖ ਦੇ ਵਿੱਚ ਬਹੁਤ ਵਧੀਆ ਰੱਤੀ। ਇਹ ਕਬੂਤਰੀ ਜੀ ਬਾਈ ਕਾਕਾ ਫਤਿਹਗੜ੍ਹ ਸਾਹਿਬ ਕੋਲੋਂ ਆਇਆ, ਕਾਕੇ ਬਾਈ ਫਤਿਹਗੜ੍ਹ ਦੀ ਹੈ ਜੀ ਜੀ। ਉਹਨਾਂ ਤੋਂ ਮੈਂ ਜੋੜਾ ਲਿਆਇਆ ਸੀਗਾ ਜੀ ਬੱਚਿਆਂ ਵਾਸਤੇ ਜੀ ਜੀ। ਦੋ ਜੋੜੇ ਲਿਆਇਆ ਸੀ, ਇੱਕ ਆਪਣੇ ਕੋਲ ਕਬੂਤਰ ਮਕਾਨ ਖੋਲ੍ਹੇ ਸੀਗੇ ਜੀ, ਉਹਨਾਂ ਦਾ ਚਲਿਆ ਗਿਆ ਸੀਗਾ ਜੀ, ਚਲੋ ਮਰ ਗਿਆ ਸੀਗਾ ਜੀ। ਅਤੇ ਇਸ ਨਸਲ ਦੇ ਜੀ ਆਪਣੇ ਕੋਲ ਬੱਚੇ ਵਧੀਆ ਜੀ, ਅੱਜ ਛੋਟੇ ਵੀ ਆ। ਇਸ ਕਬੂਤਰੀ ਦੀ ਆਪਾਂ ਪੱਠੀ ਛੱਡੀ ਸੀਗੀ ਜੀ ਜੀਰਕ ਪਿੰਡ ਜੀ, ਅਤੇ ਜਾਣ ਦੀ ਕਹਿਣ ਦਾ ਮਤਲਬ ਉੱਥੇ ਆ ਏ ਟੂ ਜੈਡ ਖਿਡਾਰੀ ਸੀਗੀ ਜੀ ਸਾਰੀ, ਗਰਮੀ ਵਾਲੇ ਜਿੰਨੇ ਵੀ ਕਹਿੰਦੇ ਆ, ਕਿਉਂਕਿ ਆਪਾਂ ਨੂੰ ਤਾਂ ਵੀਡੀਓ ਵੀ ਚੱਲ ਰਹੀ ਹੈ ਜੀ, ਗਰਮੀ ਵਾਲੇ ਸਮਝਦੇ ਨਹੀਂ ਜੀ ਜੀ। ਕਈ ਮੇਰੇ ਭਰਾਵਾਂ ਦੇ ਵਿੱਚ ਵਹਿਮ ਆ ਵੀ ਜਿਹੜੇ ਆਪਾਂ ਨੂੰ ਗਰਮੀ ਵਾਲੇ ਸਮਝਦੇ ਨਹੀਂ ਜੀ, ਪਰ ਆਪਾਂ ਇਹਦੀ ਪੱਠੀ ਛੱਡੀ ਸੀ ਜਿਹੜੀ ਆਪਣੇ ਕੋਲ ਘਰੇ 2-2.5 ਘੰਟੇ ਉੱਡਦੀ ਸੀ, ਸਿਖਰੀ ਜੀ ਸੀਗੀ ਰੱਤੀ ਜੀ। ਬਾਕੀ ਵੀਡੀਓ ਵੱਲ ਦੇਖਣਗੇ ਬੰਦੇ ਸ਼ੇਅਰ ਵੀ ਕਰਨਗੇ, ਤੁਹਾਨੂੰ ਵੀ ਪਤਾ ਲੱਗੂ ਵੀ ਇਹਦੀ ਪੱਠੀ ਛੱਡੀ ਸੀ ਜੀਰਖ ਪਿੰਡ ਜੀ ਆਪਾਂ ਜੀ, ਭੂਸਲੀ ਜੀ ਸੀ। ਅਤੇ ਐਂਡ 'ਤੇ ਕਹਿਣ ਦਾ ਮਤਲਬ ਉਹ ਸਾਰੀ ਬਾਈ ਜਿੱਤ ਜੀ ਅੱਧੀ ਚਲੀ ਗਈ ਸੀ ਉੱਪਰ ਨੂੰ ਨਿਕਲ। ਹਾਂ ਜਮਾਂ ਨਿੱਕਾ ਜਿਹਾ ਪਿੰਡ ਹੈ ਜੀ ਉਹ, ਇਹ ਬਾਈ ਕਾਟੇਗੜ੍ਹ ਫਤਿਹਗੜ੍ਹ ਦੀ ਕਬੂਤਰੀ ਸੀ ਆ ਜੀ ਰੱਤੀ, ਅਤੇ ਕਬੂਤਰ ਆਪਣਾ ਲੱਗਿਆ ਵੈਸੇ ਉਹਨਾਂ ਨੂੰ ਜੀ। ਹਾਂਜੀ ਬਹੁਤ ਵਧੀਆ ਕਬੂਤਰੀ ਹੈ ਜੀ, ਬਹੁਤ ਵਧੀਆ ਪਲੇਅਰ ਆ ਬਾਈ ਜੀ ਕਾਕਾ ਜੋ ਫਤਿਹਗੜ੍ਹ ਵਾਲੇ ਕਬੱਡੀ ਦੇ ਵੀ ਬਹੁਤ ਵਧੀਆ ਪਲੇਅਰ ਹੈ। ਵਧੀਆ ਪਿਆਰ ਆ ਜੀ ਬਾਈ ਕਾਕਾ ਫਤਿਹਗੜ੍ਹ ਸਾਹਿਬ ਨਾਲ ਜੀ, ਅਤੇ ਬਾਈ ਟੀਟੂ ਨਾਲ। ਮੈਨੂੰ ਵੀ ਇੱਕ ਵਾਰੀ ਮਿਲਣ ਦਾ ਮੌਕਾ ਮਿਲਿਆ ਸੀ ਬਾਈ ਨੂੰ, ਉੜਾਂਗਾ ਬਾਜੀ 'ਤੇ ਆਇਆ ਸੀ ਬਾਈ ਦੋਧਰ ਵਾਲੇ ਵੀਰ ਨਾਲ। ਹਾਂਜੀ ਸ਼ਾਇਦ ਜਿਹੜਾ ਵੀਰ ਨਾਲ ਆਇਆ ਸੀ ਦੋਧਰ ਤੋਂ ਥੋੜ੍ਹਾ ਜਿਹਾ ਲਗੜਾ ਕੇ ਤੁਰਦੇ ਆ। ਅੱਛਾ ਉਹਨਾਂ ਨੇ ਦਿੱਤੀ ਸੀ ਆਪਾਂ ਨੂੰ ਗਿਫਟ ਵਜੋਂ ਜੀ, ਆਪਾਂ ਮੋੜ ਕੇ ਵੀ ਨਹੀਂ, ਉਹਨਾਂ ਨੇ ਆਪਾਂ ਤੋਂ ਮੰਗੀ ਨਹੀਂ ਜੀ। ਬਹੁਤ ਵਧੀਆ ਕਬੂਤਰ ਹੈ ਜੀ, ਇਹਦੇ ਨਾਲ ਆਪਣੇ ਮਨ ਦੀ ਕਹਿਣ ਦਾ ਵਧੀਆ ਰਿਜ਼ਲਟ ਆਈ, 4 ਬੱਚੇ ਆਪਣੇ। ਆਪਣੇ ਕੋਲ ਕਢਾਈ 4 ਅੰਡੇ ਧਰਾਈ, ਵੈਸੇ ਬੱਚਾ ਇੱਕ ਹੀ ਬੱਚਾ ਜੀ, ਪਰ ਬਹੁਤ ਵਧੀਆ ਉੱਡਿਆ ਜੀ। ਬਾਕੀ ਹੁਣ ਫਰ ਸਾਰਾ ਹੋ ਗਿਆ, ਮੈਂ ਤਾਂ ਉਹੀ ਹੱਥ ਵਾਲਾ ਸੀ ਕਬੂਤਰ ਫੜਿਓ। ਆਹ ਬੇਟੀ ਆ ਵੀਰ ਦੀ, ਲਓ ਜੀ ਇਹ ਵੀ ਆਪਣੇ ਕਿਸਮਤ ਆ ਰਹੇ ਜੀ। ਆਹ ਵੇਖੋ ਜੀ ਨਿੱਕੀਆਂ ਨਿੱਕੀਆਂ ਲੁੰਡੀਆਂ, ਪੱਗ ਦਾ ਰੰਗ ਵੇਖੋ ਤੇ ਅੱਖਾਂ ਦਾ ਰੰਗ ਵੇਖੋ, ਇੱਕੋ ਹੈ। ਬਾਈ ਨੇ ਚੇਲੇ ਨੇ ਦਿੱਤੀ ਆ ਬਾਈ ਨੂੰ, ਇਹ ਚੇਲਾ ਜੀ ਆਪਣਾ ਸੰਦੀਪ ਫੂਲ ਬਨਜਾਰੇ ਤੋਂ ਜੀ। ਜੀ 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 ਉਹਨੇ ਉਹ ਆਪਣੇ ਇਹ ਕਬੂਤਰੀ ਦਿੱਤੀ ਹੈ ਜੀ, ਕਹਿੰਦਾ ਜੀ ਬੱਚਾ ਹੁੰਦਾ ਘਰੀ ਆਪਣੇ ਸੱਤੋ ਸੱਤ ਕਰਦੀ ਰਹੀ ਜੀ, ਉਹ ਕਹਿੰਦਾ ਜੀ ਮੈਨੂੰ ਕਹਿੰਦਾ ਤੁਸੀਂ ਡਾ ਕੇ ਦੇਖੋ, ਮੈਂ ਜ਼ਰੂਰ ਦੇਖਾਂਗੇ। ਨਸਲੋਂ ਤਾਂ ਕਾਫੀ ਚੰਗੀ ਲੱਗ ਰਹੀ ਹੈ ਜੀ, ਬਾਕੀ ਤੁਹਾਨੂੰ ਜੋ ਦੇ ਚੀਜ਼ ਦੇ ਕੇ ਗਿਆ ਜੇ ਵੀਰ, ਤਾਂ ਮੈਨੂੰ ਲੱਗਦਾ ਵੀ ਹੋਰ ਵੀ ਚੰਗੀ ਹੋਊਗੀ। ਉਹ ਦੇਖੀ ਕੋਈ ਗੱਲ ਨਹੀਂ, ਹਾਂ ਹਾਂ ਲੱਗੀ ਦੇਖਿਓ ਯਾਰ ਦੇ ਕੇ ਗਿਆ ਜੀ। ਦੇਖੋ ਰਿਜ਼ਲਟ ਆਪਾਂ ਕਿਸੇ ਕਬੂਤਰ ਪਸੰਦ ਨੀ ਕਰਦੇ, ਰਿਕਾਰਡ ਕੱਢੂ ਗਿਫਟ ਕੀਤਾ ਤਾਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਹੋਇਆ। ਆਪਣਾ ਜੇਲਾ ਦੇ ਗਿਆ ਜੀ ਟੂਲ ਬਨਜਾਰੇ ਤੋਂ। ਜੀ ਜੀ ਬੱਚਾ ਆਉਂਦਾ ਹੀ ਆ ਤਾਂ ਬਾਜੀ ਜਿੱਤੀ ਵੀ ਹੈ ਜੀ ਘਰੇ ਇਹ ਜੀ। ਹਾਂਜੀ ਹਾਂਜੀ ਬਹੁਤ ਚੰਗੀ ਹੈ ਜੀ। ਹਾਂਜੀ ਹਾਂਜੀ
ਪਾਠੀ ਵਾਲਾ ਮਸੀਂ ਕੱਢਦੇ ਜੀ ਲਓ ਜੀ ਇਹ ਪਾਠੀ ਵਾਲਾ ਕਬੂਤਰ ਆਪਾਂ ਸ਼ੁਰੂ ਚ ਦੇਖਿਆ ਸੀ ਵੀਰ ਦਾ ਛੋਟੇ ਵਾਲਾ ਕਾਫੀ ਕਲਰ ਦੀ ਕਬੂਤਰੀ ਉਹਨੇ ਕੱਢੀ ਆ ਜੀ ਹਜ਼ਾਰ ਵਾਲੇ ਕਬੂਤਰ ਤੁਸੀਂ ਕੱਟੇ ਆ ਬਹੁਤ ਵਧੀਆ ਜੀ ਉਹ ਤੁਸੀਂ ਦੇਖਿਆ ਜੀ ਬਾਕੀ ਪਰਖੀ ਬੰਦੇ ਜਾਣਨਗੇ ਵੀ ਹੈ ਵੀ ਪਿਓਰ ਕਿ ਨਹੀਂ ਹੈ ਇਹ ਕਿਹੜਾ ਫੜਿਆ ਜੀ ਗੁਣਾ ਚੋਰ ਦਾ ਭਾਈ ਹੈ ਜੀ ਭੈਣ ਹੈ ਜੀ ਲਓ ਜੀ ਆ ਜਿਹੜਾ ਗੁਣਾ ਚੋਰ ਵੀਰ ਨੇ ਛੱਡਿਆ ਸੀ ਲਗੜ ਪਾੜ ਗਈ ਸੀ ਲਗੜ ਪਾੜ ਗਈ ਉਹਦਾ ਇਹ ਭਰਾ ਹੈ ਜੀ ਜੋ ਵੀ ਵੀਰ ਦੇ ਤੁਹਾਨੂੰ ਇੱਥੋਂ ਕਬੂਤਰ ਅਸੀਂ ਜਾਲ ਦੇ ਵਿੱਚੋਂ ਦਿਖਾ ਰਹੇ ਹਾਂ ਐਤਕੀ ਵੀਰ ਨੇ ਸਾਰੇ ਕਬੂਤਰ ਬਾਜੀਆਂ ਦੇ ਵਿੱਚ ਛੱਡਣੇ ਆ ਸ਼ਾਇਦ 75 ਕਬੂਤਰ ਬੱਚੇ 75 ਬੱਚੇ ਆ ਜੀ ਟੋਟਲ ਐਤਕੀ ਜੋ ਬਾਜੀਆਂ ਦੇ ਵਿੱਚ ਵੀਰ ਨੇ ਛੱਡਣੇ ਆ ਬਾਬਾ ਜੀ ਪੁੰਨੂ ਭੁੱਲਰ ਦੇ ਕਬੂਤਰ ਆਮ ਹੀ ਲਾਲ ਚੀਨੇ ਕਾਲੇ ਚੀਨੇ ਜਿਆਦਾ ਨਿਕਲਦੀਆਂ ਸਨ ਟੇਬਲ ਤੇ ਲਾਓ ਸਾਰਾ ਕੁਝ ਲਿਆ ਕੇ ਦੁਬਾਰੇ ਸਾਰੀਆਂ ਪਲੇਟਾਂ ਪਲੂਟਾਂ ਲਿਆ ਕੇ ਲਾਓ ਟੇਬਲ ਤੇ ਨਮਕੀਨ ਮਕੂਨ ਜਾ ਪਾਣੀ ਪੁੱਛ ਲਏ ਕਿਸੇ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਬਾਤ ਰਾਣਾ ਜੀ ਮਨਮੋਹਰ ਵੀ ਕਹਿ ਦਿੰਦੇ ਉਹਨਾਂ ਨੂੰ ਉਹਨਾਂ ਨੇ ਆਪਾਂ ਨੂੰ ਗਿਫਟ ਕੀਤੀ ਹੈ ਜੀ ਜੋਟਾ ਜੋਟ ਵੀ ਪਿੰਜਰਾ ਵੀ ਬਹੁਤ ਵਧੀਆ ਚੀਜ਼ ਗਿਫਟ ਕੀਤੀ ਹੈ ਜੀ ਅਤੇ ਸੋਹਣੀ ਵੀ ਲੱਗੀ ਹੈ ਸਾਨੂੰ ਨਸਲ ਛਤਰੀ ਇਹ ਤਾਂ ਲਾਉਣੇ ਜੀ ਆਪਾਂ ਅੱਜ ਆਪਣੇ ਕੋਲ ਪਹੁੰਚੇ ਨੇ ਵੀਰ ਭਿੰਦਰ ਚਖੜਾ ਇੱਥੇ ਪਹੁੰਚਣ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੋਰ ਵੀ ਜਿੰਨੇ ਮੇਰੇ ਮਿੱਤਰ ਦੋਸਤ ਰਾਮਪੁਰਾਜ ਤੋਂ ਜੀ ਬਿੱਟੂ ਦਰਾਜ ਤੋਂ ਧੀਰਾ ਜੀ ਰਾਈ ਤੋਂ ਹਰਬੰਸ ਸਿੰਘ ਬੰਸੀ ਜੀ ਭਗਵਾਨ ਕਰਿਆੜਾ ਵਾਲਾ ਮੌੜ ਜੀ ਔਰ ਜਿੰਨੇ ਵੀ ਹੋਰ ਮੇਰੇ ਸੱਜਣ ਮਿੱਤਰ ਆਪਣੇ ਵੱਲ ਪਹੁੰਚੇ ਨੇ ਜੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਭਿੰਦਰ ਵੀਰ ਦਾ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਧੰਨਵਾਦ ਜੋ ਸਾਡੇ ਕੋਲ ਪਹੁੰਚਿਆ ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਜੋ ਸਾਡੇ ਲਈ ਇੰਨਾ ਸਮਾਂ ਕੱਢਿਆ ਅਤੇ ਕਬੂਤਰ ਬਾਜੀ ਨੂੰ ਉੱਪਰ ਲੈ ਕੇ ਜਾਣ ਦਾ ਉਹਨਾਂ ਦਾ
ਵਧੀਆ ਮਾਜਦਾ ਜਿਹੜੇ ਕਿ ਇੰਟਰਵਿਊਆਂ ਰਾਹੀਂ ਚੰਗੀ ਗੱਲਬਾਤ ਕਰਦੇ ਨੇ। ਜਿਹੜੀ ਕਿ ਨਿੱਕੀ ਮੋਟੀ ਕੋਈ ਕੂਤਰਬਾਈ ਦੇ ਵਿੱਚ ਘਾਟ ਬਾਅਦ ਹੈ ਜੀ, ਉਹ ਇਹਨਾਂ ਇੰਟਰਵਿਊਆਂ ਰਾਹੀਂ ਪੂਰੀ ਹੋਣੀ ਆ। ਭਿੰਦਰ ਬਾਈ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਬਾਈ ਜੀ ਦਾ ਚੈਨਲ ਜ਼ਰੂਰ ਜੀ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਕਿਉਂਕਿ ਇੰਨੀ ਮਿਹਨਤ ਕਰਦੇ, ਇੰਨੀ ਦੂਰੋਂ ਚੱਲ ਕੇ ਆਉਂਦੇ ਆ ਜੀ, ਇਕੱਲੇ ਇਕੱਲੇ ਬੰਦੇ ਨਾਲ ਇੰਟਰਵਿਊ ਕਰਾਉਂਦੇ ਆ। ਕਹਿਣ ਦਾ ਮਤਲਬ ਕੂਤਰਬਾਈ ਨੂੰ ਉੱਚੇ ਲੈਣ ਦੇ ਪੱਧਰ ਦੇ ਵਿੱਚ ਇਹਨਾਂ ਦਾ ਵੱਧ ਯੋਗਦਾਨ ਹੈ। ਬਾਈ ਭਿੰਦਰ ਜੀ ਦਾ ਇੱਥੇ ਪਹੁੰਚਣ 'ਤੇ ਵੈਲਕਮ ਕਰਦੇ ਹਾਂ, ਅਤੇ ਹੋਰ ਵੀ ਸਾਰੇ ਸੱਜਣ ਮਿੱਤਰਾਂ ਦਾ ਜੋ ਆਪਣਾ ਸਮਾਂ ਕੱਢ ਕੇ ਪਿੰਡ ਜਿਉਂਦ ਜੈਂਦੀ ਆਪਣੇ ਕੋਲ ਪਹੁੰਚੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਜਿੰਨੇ ਵੀ ਇੱਥੇ ਸੱਜਣ ਮਿੱਤਰ, ਜੋ ਵੀ ਬਜ਼ੁਰਗ, ਜਿੰਨੇ ਵੀ ਭਰਾ ਇੱਥੇ ਪਹੁੰਚੇ ਆ, ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸਾਡੀ ਟੀਮ ਵੱਲੋਂ, ਜੋ ਸਾਡੇ ਚੈਨਲ ਦੀ ਟੀਮ ਹੈ, ਜੀ ਆਇਆਂ ਕਹਿੰਦੀ ਹੈ ਕਿ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੋ ਵੀ ਆਪਣੇ ਗਿਲੇ ਸ਼ਿਕਵੇ ਕਬੂਤਰਬਾਜ਼ੀ 'ਚ ਹੋ ਰਹੇ ਹੈ, ਗਰੁੱਪਾਂ ਜਿਹੜੇ ਗਰੁੱਪ ਬਣੇ ਆ ਵਟਸਐਪ 'ਤੇ, ਪਲੀਜ਼ ਤੁਸੀਂ ਜਿਹੜੇ ਗਰੁੱਪ ਹੈ ਉਹਦੇ 'ਚ ਘੱਟ ਜਾਇਆ ਕਰੋ, ਕਿਉਂਕਿ ਗਰੁੱਪ ਇੱਕ ਆਰਾਮ ਦਾ ਘਰ ਹੈ। ਸਹੀ ਗੱਲ। ਬਾਕੀ ਆਪਦੀ ਕਬੂਤਰਬਾਜ਼ੀ ਬੜੀ ਖੁਸ਼ੀ ਹੁੰਦੀ ਹੈ, ਜਿਵੇਂ ਅੱਜ ਬਜ਼ੁਰਗ ਖਿਡਾਰੀ ਹੈ ਦੇਖੋ ਜੀ ਤੁਸੀਂ, ਅਤੇ ਬੜੀ ਖੁਸ਼ੀ ਹੈ ਕਿ ਇੰਨੀ ਇੰਨੀ ਉਮਰ ਦੇ ਆਪਣੇ ਜਿਹੜੇ ਖਿਡਾਰੀ ਇੰਨੀ ਆਪਣੀ ਕਬੂਤਰਬਾਜ਼ੀ ਨੂੰ ਪਿਆਰ ਕਰਦੇ ਆ ਜੀ। ਅਤੇ ਪਰ ਜਦੋਂ ਆਪਾਂ ਸ਼ਾਮ ਨੂੰ ਗਰੁੱਪਾਂ ਦੇ ਵਿੱਚ ਜਾਂਦੇ ਹਾਂ ਨਾ, ਕੁਛ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ, ਕੁਛ ਗਲਤ ਫਹਿਮੀਆਂ ਹੋ ਜਾਂਦੀਆਂ, ਉਹਨਾਂ ਤੋਂ ਗਰੇਜ਼ ਕਰੋ ਜੀ, ਇੰਨਾ ਹੀ ਕਹਿਣਾ ਚਾਹਵਾਂਗੇ। ਬਾਕੀ ਸਾਡੀ ਹਾਜ਼ਰੀ ਆ ਜੀ, ਜੋ ਵੀਰ ਸਾਨੂੰ ਬੁਲਾਊਗਾ ਫੋਨ ਕਰੂਗਾ 9417-3535, ਅਸੀਂ ਉਹਦੀ ਵੀਡੀਓ ਜ਼ਰੂਰ ਬਣਾਵਾਂਗੇ ਜੀ। ਪਹਿਲਾਂ ਵੀ ਬਣਾਉਂਦੇ ਰਹੇ ਹਾਂ, ਇੱਕ ਵੈਸੇ ਦਾਗ ਲਾ ਦਿੱਤਾ ਸੀ ਕਿ ਪੈਸੇ ਲੈਂਦੇ ਆ ਵੀਰ, ਐਂ ਕਰਦੇ ਆ, ਕੋਈ ਵੀ ਬੰਦਾ ਹੱਥ ਖੜਾ ਕਰੇ ਸਾਤੋਂ ਕਬੂਤਰ ਲਏ ਆ, ਸਾਤੋਂ ਪੈਸੇ ਲਏ ਆ, ਅਸੀਂ ਉਸਦੇ ਦੇਣਦਾਰ ਹੋਵਾਂਗੇ ਬਾਈ ਜੀ। ਅਬੋਹਰ ਤੋਂ ਚੱਲ ਕੇ ਆਉਂਦੇ ਹਾਂ ਲੁਧਿਆਣਾ, ਜਿੱਥੋਂ ਮਰਜ਼ੀ ਸਾਨੂੰ ਬੁਲਾਇਓ, ਅਸੀਂ ਵੀਡੀਓ ਬਣਾਵਾਂਗੇ ਜੀ। ਬਾਕੀ ਜੇ ਤੁਹਾਨੂੰ ਪਸੰਦ ਸਾਡੀ ਵੀਡੀਓ ਲੱਗੇ ਤਾਂ ਕਮੈਂਟ ਲਾਈਕ ਜ਼ਰੂਰ ਕਰਿਓ ਜੀ। ਹੋਰ ਵੀ ਵੀਰ ਇੱਥੇ ਪਹੁੰਚੇ ਆ, ਸਾਰਿਆਂ ਦਾ ਇਹ ਦਿਲ ਤੋਂ ਧੰਨਵਾਦ ਹੈ ਜੀ ਤੁਹਾਡਾ, ਸਾਰੇ ਵੀਰਾਂ ਜਿੰਨੇ ਵੀ ਵੀਰ, ਕਿਉਂਕਿ ਤੁਹਾਡੇ ਕਰਕੇ ਸਾਡਾ ਚੈਨਲ ਹੈ ਜੀ, ਜਿਹੜਾ ਹੇਅਰ ਰਿਕਾਰਡ ਹੈ ਤੁਸੀਂ ਦੇਖਦੇ ਹੋ ਤਾਂ ਸਾਡਾ ਚੈਨਲ ਹੈ ਜੀ, ਤੁਹਾਡੇ ਬਿਨਾਂ ਅਸੀਂ ਕੁਛ ਨਹੀਂ। ਖੂਬਸੂਰਤ ਕੌਣ ਦੇਗਾ ਜੀ ਜਪਤ ਛੱਤਰੀ? ਇਹ ਜੀ ਆਪਣੇ ਮਿੱਤਰ ਹੈ ਜੀ, ਨਵੇਂ ਬਣਿਆ ਹੈ ਸਾਲੀ ਰਾਣਾ ਜੀ ਯੂਪੀ ਤੋਂ ਜੀ, ਵਧੀਆ ਗਿਫਟ ਹੈ, ਜੋਟ ਵੀ ਗਿਫਟ ਕਰਕੇ ਗਿਆ, ਪਿੰਜਰੇ ਵੀ, ਬਹੁਤ ਬੰਦੇ ਵਧੀਆ ਸੁਭਾਅ ਦੇ ਜੀ, ਉਹਨਾਂ ਨੇ ਗਿਫਟ ਕੀਤੇ ਜੀ ਆਪਣੇ ਦੋ ਛੱਤਰੀਆਂ। ਉਹ ਜਿਹਾ ਗਿਫਟ ਮਿਲਿਆ ਵੀਰ ਨੂੰ ਛੱਤਰੀ ਦਾ, ਉਹਨਾਂ ਦੇ ਨਾਲ ਦੀਆਂ ਛੱਤਰੀਆਂ ਜੀ, ਆਪਾਂ ਉੱਧਰ ਵੀ ਬਾਈਆਂ ਛੱਤਰੀਆਂ ਯੂਪੀ ਦੇ ਵਿੱਚ, ਠੀਕ ਹੈ, ਉਹਨਾਂ ਦੀ 21,000 31,000 ਵਾਲੀਆਂ ਐਂਟਰੀਆਂ ਕਰਾਈਆਂ ਜੀ, ਠੀਕ ਹੈ, ਕਹਿੰਦੇ ਆਪਣਾ ਉਹ ਤਾਂ ਛੱਤਰੀ ਦੇ ਗਿਆ ਵੀ ਇੱਥੋਂ ਕਬੂਤਰ ਲਾਉਣੇ ਜੀ, ਆਪਾਂ ਉੱਧਰ ਵੀ ਬਾਈਆਂ, ਠੀਕ ਹੈ, ਬਹੁਤ ਵਧੀਆ ਕਹਿੰਦੀ ਸਰਕਾਰ ਪੂਰੀ ਛੱਤਰੀ ਦੀ। ਲਓ ਜੀ ਧੀਆਂ, ਵੈਸੇ ਤਾਂ ਕਹਿੰਦੇ ਵੀ ਪਰਾਇਆ ਧਨ ਹੁੰਦੀਆਂ, ਪਰ ਬਾਈ ਜੰਟੀ ਦਾ ਕਹਿਣਾ ਕਿ ਦੋ ਜਿਹੜੀਆਂ ਬੇਟੀਆਂ ਬਾਈ ਦੀਆਂ ਜਦੋਂ ਦੀ ਇਸ ਘਰੇ ਆਈਆਂ ਕਿ ਰੱਬ ਨੇ ਰੰਗ ਭਾਗ ਲਾ ਦੇ ਜੀ ਇਸ ਘਰ ਨੂੰ। ਸਹੀ ਗੱਲ ਹੈ ਤੇ ਬਾਕੀ ਬਾਈ ਜੀ ਆਪ ਦੱਸਣਗੇ ਤੁਹਾਨੂੰ। ਪਰਾਇਆ ਧਨ ਜੀ, ਹਾਂਜੀ ਸਾਨੂੰ ਤਾਂ ਬਹੁਤ ਵਧੀਆ, ਆਪਾਂ ਤਾਂ ਪੁੱਤਾਂ ਨਾਲ ਵੀ ਵੱਧ ਕੇ ਆਏ ਜੀ, ਬਹੁਤ ਫਿਰ ਹੋਵੇ ਜਾਂ ਨਾ ਹੋਵੇ ਜੀ ਆਪਾਂ ਨੂੰ ਕੋਈ ਯਾਦ ਨਹੀਂ, ਕੋਈ ਗੱਲ ਨਹੀਂ, ਜਿਹੜਾ ਪਰਮਾਤਮਾ ਨੇ ਦਿੱਤਾ ਆਪਾਂ ਨੂੰ ਵਧੀਆ ਜੀ, ਪਰ ਜਿੱਦਾਂ ਦੇ ਆਪਣੇ ਘਰੇ ਆਏ ਜੀ, ਅੱਜ ਕੋਈ ਪੰਜਾਬ ਦੇ ਬੱਚਾ ਬੱਚਾ ਵੀ ਆਪਾਂ ਨੂੰ ਇਹਨਾਂ ਦੇ ਬਦੌਲਤ ਨਹੀਂ ਜਾਣਦਾ। ਉਹਨਾਂ ਦੀ ਆਪਾਂ ਇੰਟਰਵਿਊ ਕੀਤੀ ਸੀ ਤੇ ਉਦੋਂ ਇਹ ਬਾਜੀ ਹੋਈ ਨਹੀਂ ਸੀਗੀ ਬੁਲਟ ਮੋਟਰਸਾਈਕਲ ਵਾਲੀ, ਉੱਥੇ ਬੈਠ ਕੇ ਮੈਂ ਵਧਾਈ ਪਹਿਲਾਂ ਹੀ ਦੇਤੀ ਸੀ ਵੀ ਜਿਹੜਾ ਵੀਰ ਇਸ ਮੋਟਰਸਾਈਕਲ ਨੂੰ ਜਿੱਤੂਆ ਨੂੰ ਮੇਰੇ ਵੱਲੋਂ ਅੱਜ ਹੀ ਵਧਾਈ ਹੈ, ਪਰ ਅੱਜ ਮੌਕਾ ਦੁਬਾਰਾ ਮਿਲ ਗਿਆ ਕਿ ਸਾਡੇ ਵੀਰ ਹਰਬੰਸ ਰਾਈਆ ਜੀ ਇਹਨਾਂ ਨੇ ਮੋਟਰਸਾਈਕਲ ਜਿੱਤ ਲਿਆ ਸੀ, ਤੇ ਅੱਜ ਮੌਕਾ ਮਿਲ ਗਿਆ ਜੀ ਦੁਬਾਰਾ ਉਸੇ ਮੋਟਰਸਾਈਕਲ ਦੀ ਸੀਟ ਤੇ ਬਹਿਣ ਦਾ, ਮੈਂ ਵਧਾਈ ਪਹਿਲਾਂ ਦੇਤੀ ਸੀ ਤੇ ਬਾਈ ਨੂੰ ਬਹੁਤ ਵਧਾਈਆਂ ਜੀ। ਬਾਈ ਭੱਟੀ ਕਮਾਲਪੁਰਾ ਬਹੁਤ ਵਧੀਆ ਇਨਸਾਨ ਹੈ, ਤੇ ਇੱਕ ਦੁਆ ਅੱਜ ਵੀ ਕਰਦਾ ਮੈਂ ਪਰਮਾਤਮਾ ਅੱਗੇ ਕਿ ਉਹਨਾਂ ਦੇ ਪੁੱਤਰ ਦੀ ਦਾਤ ਪਰਮਾਤਮਾ ਜ਼ਰੂਰ ਉਹਨਾਂ ਨੂੰ ਬਖਸ਼ੇ, ਇਹ ਦੁਆ ਹੈ ਜੀ, ਤੁਸੀਂ ਵੀ ਦੁਆ ਕਰੋ ਜੀ ਬਾਈ ਭੱਟੀ ਦੇ ਲਈ, ਕਿਉਂਕਿ ਉਹਨਾਂ ਦੇ ਕੋਈ ਬੇਟਾ ਬੇਟੀ ਨਹੀਂ ਹੈ ਜੀ, ਜਦੋਂ ਬਾਈ ਜੰਟੀ ਚੌਂਕ ਦੇ ਘਰੇ ਰੰਗ ਭਾਗ ਲੱਗੇ ਤੇ ਬਾਈ ਭੱਟੀ ਕਮਾਲਪੁਰਾ ਦੇ ਘਰੇ ਵੀ ਇੱਕ ਦਿਨ ਕਿਲਕਾਰੀ ਗੂੰਜੇ, ਜ਼ਰੂਰ ਵਾਹਿਗੁਰੂ ਜੀ ਅਰਦਾਸ। ਸਹੀ ਗੱਲ, ਇੱਥੇ ਪਹੁੰਚਣ 'ਤੇ ਜੀ ਬਾਈ ਭਿੰਦਰ ਜੀ ਨੂੰ ਜੀ ਆਇਆਂ ਆਖਦੇ ਹਾਂ, ਅਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਜੀ ਜਿਨ੍ਹਾਂ ਦਾ ਤੋਂ ਹੋ ਸਕਿਆ ਜੀ, ਅਤੇ ਭਿੰਦਰ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ ਜੀ ਸਾਰੇ ਵੀਰਾਂ।